ਪ੍ਰੇਜ਼ ਦ ਲਾਰਡ ਸਾਰਿਆਂ ਨੂੰ ਜੈਮ ਸੀ ਦੀ ਤੁਹਾਡਾ ਸਵਾਗਤ ਹੈ ਡਾਕਟਰ ਜੀਸਸ ਯੂਟਿਊਬ ਚੈਨਲ ਦੇ ਇਸ ਨਵੇਂ ਪੋਡਕਾਸਟ ਦੇ ਵਿੱਚ। ਦੋਸਤੋ, ਅੱਜ ਦਾ ਇਹ ਪੋਡਕਾਸਟ ਕੋਈ ਪਲੈਨਡ ਜਾਂ ਸਕ੍ਰਿਪਟਡ ਨਹੀਂ ਹੋ ਰਿਹਾ। ਮੈਂ ਅਤੇ ਮੇਰਾ ਭਰਾ ਪੰਕਜ ਜੀ ਅਸੀਂ ਬੈਠੇ ਗੱਲਬਾਤ ਕਰ ਰਹੇ ਸੀ ਕ੍ਰਿਸਚਨ ਕੌਮ ਦੇ ਕੁਝ ਮੁੱਦਿਆਂ ਨੂੰ ਲੈ ਕੇ, ਅਤੇ ਉਹ ਗੱਲਬਾਤ ਨੂੰ ਮੈਨੂੰ ਲੱਗਾ ਕਿ ਤੁਹਾਡੇ ਤੱਕ ਪਹੁੰਚਾਉਣੀ ਬੜੀ ਜ਼ਰੂਰੀ ਹੈ, ਕਿਉਂਕਿ ਅਸੀਂ ਆਪਸ ਦੇ ਵਿੱਚ ਜਿਹੜੀ ਗੱਲਬਾਤ ਕਰ ਰਹੇ ਸੀ ਉਹ ਕੁਝ ਸਾਡੇ ਸਮਾਜ ਨੂੰ ਲੈ ਕੇ, ਅੱਜ ਦੇ ਸਿਨੈਰੀਓ ਨੂੰ ਲੈ ਕੇ ਇੰਨਾ ਅਹਿਮ ਅਤੇ ਜ਼ਰੂਰੀ ਹੈ, ਜਿਹੜਾ ਤੁਹਾਡੇ ਤੱਕ ਪਹੁੰਚਣਾ ਬੜਾ ਹੀ ਮੈਂ ਜ਼ਰੂਰੀ ਸਮਝਦਾ ਵਾਂ ਅਤੇ ਆਪਣਾ ਕਰਤੱਵ ਸਮਝਦਾ ਹੈ ਕਿ ਇਹ ਗੱਲਾਂ ਤੁਹਾਡੇ ਤੱਕ ਵੀ ਪਹੁੰਚਣ। ਕਿਉਂਕਿ ਜਦੋਂ ਇੱਕ ਆਮ ਵਿਸ਼ਵਾਸੀ ਨੂੰ ਅੱਜ ਕ੍ਰਿਸਚਨ ਕਮਿਊਨਿਟੀ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਵਾਂ, ਸਾਡੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਖਰਾਬ ਕਰਨ ਦੀਆਂ, ਉਹ ਬਹੁਤ ਹੀ ਭਿਅੰਕਰ ਹੁੰਦੀਆਂ ਜਾ ਰਹੀਆਂ। ਅੱਜ ਦੇ ਦਿਨ 'ਚ ਕੁਝ ਲੋਕ ਬਾਹਰੋਂ ਆਉਂਦੇ ਨੇ ਜਾਂ ਸਾਡੇ ਸਮਾਜ ਦੇ ਵਿੱਚ ਆ ਕੇ ਕੈਮਰੇ ਦਾ, ਇਸ ਮੀਡੀਆ ਦਾ ਗਲਤ ਯੂਜ਼ ਕਰਦੇ ਨੇ ਹੇਟ ਸਪੀਚ ਫੈਲਾਉਣ ਦੇ ਲਈ, ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਲਈ। ਕਿਉਂਕਿ ਕੁਝ ਗੱਲਾਂ ਇੰਟੈਂਸ਼ਨਲੀ ਉਸ ਤਰੀਕੇ ਨਾਲ ਨਹੀਂ ਕੀਤੀਆਂ ਜਾਂਦੀਆਂ ਜਿਸ ਤਰੀਕੇ ਨਾਲ ਤੁਹਾਨੂੰ ਸੁਣਾ ਦਿੱਤੀਆਂ ਜਾਂਦੀਆਂ ਜਾਂ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਜਾਂਦੀਆਂ, ਅਤੇ ਸੁਣਨ ਵਾਲਾ ਇਨਸਾਨ ਇਹ ਸਮਝਦਾ ਹੈ ਕਿ ਸ਼ਾਇਦ ਇਹ ਗੱਲ ਤਾਂ ਬੜੀ ਗਲਤ ਕਹੀ ਜਾ ਰਹੀ ਹੈ, ਸ਼ਾਇਦ ਜੋ ਅਸੀਂ ਸੁਣ ਰਹੇ ਹਾਂ ਸ਼ਾਇਦ ਸਾਡੇ ਸਮਾਜ ਲਈ ਸਹੀ ਨਹੀਂ ਆ। ਪਰ ਇਹ ਚੀਜ਼ਾਂ ਉਸ ਤਰੀਕੇ ਨਾਲ ਨਹੀਂ ਹੁੰਦੀਆਂ ਜਿਸ ਤਰੀਕੇ ਨਾਲ ਤੁਹਾਡੇ ਤੱਕ ਪਰੋਸੀਆਂ ਜਾਂਦੀਆਂ ਨੇ। ਇਸ ਕਰਕੇ ਅੱਜ ਦੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਕਿਉਂਕਿ ਜੋ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ, ਬਹੁਤ ਸਾਰੀਆਂ ਅੱਜ ਤੁਸੀਂ ਆਪਣੇ ਫੋਨ ਦੇ ਉੱਤੇ ਵੀਡੀਓਜ਼ ਦੇਖ ਰਹੇ ਹੋ ਕਿ ਕਿੱਦਾਂ ਕੋਈ ਇਨਸਾਨ ਕਰੂਸੇਡ ਦੇ ਬਾਰੇ ਮਾੜਾ ਚੰਗਾ ਬੋਲ ਰਿਹਾ ਕਿ ਕ੍ਰਿਸਚਨ ਲੋਕ ਆਪਣੇ ਕਰੂਸੇਡਸ ਕਰਦੇ ਨੇ, ਹਾਲਾਂਕਿ ਉਹਨਾਂ ਨੂੰ ਉਹਦੇ ਮਤਲਬ ਦਾ 1% ਵੀ ਨਹੀਂ ਪਤਾ, ਕਿਉਂਕਿ ਇਹ ਸ਼ਬਦ ਐਸੇ ਨੇ ਜਾਂ ਇਹ ਸਾਡੇ ਸਮਾਜ ਦੀਆਂ ਭਾਸ਼ਾਵਾਂ ਦੇ ਵਿੱਚ ਜੋ ਵਰਡਸ ਬੋਲੇ ਜਾਂਦੇ ਨੇ, ਇੱਕ ਇੱਕ ਵਰਡ ਦੇ ਕਈ ਹਜ਼ਾਰਾਂ ਮਤਲਬ ਹੁੰਦੇ ਨੇ, ਪਰ ਸਾਨੂੰ ਇੱਕ ਪਰਟੀਕੁਲਰ ਉਹਦਾ ਨੈਗੇਟਿਵ ਫੇਸ ਦਿਖਾਇਆ ਜਾਂਦਾ ਕਿ ਇਹ ਵਰਡ ਗਲਤ ਹੈ, ਇਹ ਵਰਡ ਕਈ ਲੋਕ ਬੋਲਦੇ ਜਿਹਾਦ ਹੈ ਜਾਂ ਇੱਦਾਂ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਅਤੇ ਪਹਿਲਾਂ ਮੈਂ ਚਾਹੁੰਦਾ ਵਾਂ ਕਿ ਅਸੀਂ ਸਵਾਗਤ ਕਰੀਏ ਬ੍ਰਦਰ ਪੰਕਜ ਜੀ ਦਾ ਅਤੇ ਬ੍ਰਦਰ ਫਿਲਿਪ ਜੀ ਦਾ, ਅਤੇ ਮੈਂ ਤੁਹਾਡਾ ਸਵਾਗਤ ਕਰਦਾ ਡਾਕਟਰ ਜੀ ਇਸ ਚੈਨਲ 'ਤੇ। ਅਤੇ ਮੈਂ ਚਾਹੁੰਦਾ ਵਾਂ ਇਸ ਸਾਰੀ ਗੱਲਬਾਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਛੋਟੀ ਛੋਟੀ ਆਪਣੇ ਬਾਰੇ ਇੰਟਰੋਡਕਸ਼ਨ ਜ਼ਰੂਰ ਦਿਓ ਮੇਰੇ ਦਰਸ਼ਕਾਂ ਨੂੰ। ਹਾਂਜੀ ਸਰ, ਜੈਮ ਸਿਰੀ, ਮੇਰਾ ਨਾਮ ਪੰਕਜ ਆ, ਅਤੇ ਅੱਜ ਆਪਾਂ ਚਲੋ ਇੱਕ ਡਿਸਕਸ਼ਨ ਲਈ, ਇੱਕ ਡਿਬੇਟ ਲਈ ਇਕੱਠੇ ਹੋਏ ਹਾਂ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਪੰਜਾਬ ਦੇ ਵਿੱਚ ਕੁਝ ਮਹੀਨਿਆਂ ਦਾ ਟਾਈਮ ਨਹੀਂ ਪੈਂਦਾ ਅਤੇ ਕੋਈ ਨਵਾਂ ਉੱਠ ਕੇ ਆ ਜਾਂਦਾ, ਕਿਉਂਕਿ ਸਾਰਿਆਂ ਨੂੰ ਇਹ ਚੀਜ਼ ਪਤਾ ਹੈ ਕਿ ਕ੍ਰਿਸਚੈਨਿਟੀ ਇੱਕ ਇੱਦਾਂ ਦਾ ਰਿਲੀਜਨ ਬਣ ਚੁੱਕਿਆ ਹੈ ਜਾਂ ਇੱਕ ਕਹਿ ਲਓ ਕਿ ਪੰਜਾਬ ਦੇ ਵਿੱਚ, ਕਿ ਜੇ ਆਪਾਂ ਇਹਨਾਂ ਦੇ ਬੋਲਾਂਗੇ ਤਾਂ ਆਪਾਂ ਫੇਮਸ ਹੋ ਜਾਵਾਂਗੇ। ਅਤੇ ਆਪਾਂ ਉਸੇ ਮਸਲੇ 'ਤੇ ਲੈ ਕੇ ਜਿਹੜੀਆਂ ਕੁਛ ਉਹਨਾਂ ਦੇ ਵਿਚਾਰ ਸੀਗੇ ਉਹਨਾਂ ਨੂੰ ਡਿਸਕਸ਼ਨ ਕਰਾਂਗੇ ਅੱਜ ਭਾਈ ਉਹਨਾਂ ਦੇ ਨਾਲ। ਜੀ ਬ੍ਰਦਰ ਜੀ, ਤੁਸੀਂ ਵੀ ਆਪਣੀ ਇੰਟਰੋ ਜ਼ਰੂਰ। ਸਭ ਕੁਝ ਐਵੇਂ ਸੀ, ਮੇਰਾ ਨਾਮ ਫਿਲਿਪ ਹੈ ਔਰ ਹਮ ਇਸ ਛੋਟੇ ਸੇ ਮੁੱਦੇ ਪਰ ਯਹਾਂ ਪਰ ਜੋ ਪੰਜਾਬ ਮੇਂ ਮਾਹੌਲ ਬਣਾ ਹੁਆ ਹੈ ਮਸਜਿਦ ਕੇ ਖਿਲਾਫ ਮੇਂ ਜੋ ਭੜਕਾਓ ਮੈਸੇਜ ਲੋਕ ਕੇ ਦੁਆਰਾ ਦੀਏ ਜਾ ਰਹੇ ਹੈ, ਤੋ ਉਸਕੇ ਯਹਾਂ ਪਰ ਹਮ ਥੋੜਾ ਸਾ ਡਿਸਕਸ਼ਨ ਕੇ ਲੀਏ ਯਹਾਂ ਪਰ ਜਮਾ ਹੁਏ ਹੈ ਔਰ ਹਮ ਆਪ ਤੱਕ ਇਹ ਮੈਸੇਜ ਪਹੁੰਚਾਏਂਗੇ ਕਿ ਕ੍ਰਿਸਚੈਨਿਟੀ ਜੋ ਹੈ ਕਿਤਨਾ ਸੱਚ ਹੈ, ਬਾਈਬਲ ਮੇਂ ਕਿਤਨੇ ਸਬੂਤ ਕ੍ਰਿਸਚੈਨਿਟੀ ਕੇ ਬਾਰੇ ਮੇਂ ਹੈ ਔਰ ਵੋ ਹਮ ਆਪ ਤੱਕ ਪਹੁੰਚਾਏਂਗੇ। ਜੀ, ਅੱਜ ਦਾ ਇਹਨਾਂ ਦਾ ਛੋਟਾ ਇੰਟਰੋ ਤਾਂ ਤੁਹਾਨੂੰ ਦੱਸਣਾ ਜ਼ਰੂਰੀ ਸੀਗਾ ਕਿ ਤੁਸੀਂ ਸਮਝ ਪਾਓ ਕਿ ਕਿਹਨਾਂ ਬੰਦਿਆਂ ਨਾਲ ਅੱਜ ਦੀ ਇਹ ਗੱਲਬਾਤ ਹੋ ਰਹੀ ਹੈ। ਬ੍ਰਦਰ ਪੰਕਜ ਬਾਰੇ ਤੁਸੀਂ ਜਾਣਦੇ ਹੋ, ਬ੍ਰਦਰ ਪੰਕਜ ਯੂਸਫ ਵਿਰਨੀ ਇਹਨਾਂ ਦਾ ਯੂਟਿਊਬ ਚੈਨਲ ਹੈ, ਅਤੇ ਬ੍ਰਦਰ ਫਿਲਿਪ ਜੀ ਦੀ ਬਾਈਬਲ ਦੇ ਜਾਣਕਾਰ ਨੇ, ਬਾਈਬਲ ਦੇ ਸਕਾਲਰ ਨੇ, ਅਤੇ ਬਾਈਬਲ ਬਾਰੇ ਬੜਾ ਗਿਆਨ ਰੱਖਦੇ ਨੇ, ਅਤੇ ਇਹ ਅਵੇਲੇਬਲ ਜੋ ਸਾਡੇ ਤੋਂ ਸੋਰਸਿਸ ਸੀਗੇ ਅੱਜ ਦੀ ਇਸ ਗੱਲਬਾਤ ਲਈ, ਕਿਉਂਕਿ ਤੁਸੀਂ ਸਮਝੋਗੇ ਕਿ ਇੱਕ ਬੰਦਾ ਹਿੰਦੀ ਬੋਲ ਰਿਹਾ ਹੈ, ਇਹ ਸਿਰਫ ਇਸ ਕਰਕੇ ਕਿ ਤੁਹਾਨੂੰ ਬਾਈਬਲ ਦੇ ਬਾਰੇ ਵੀ ਦੱਸਿਆ ਜਾ ਸਕੇ, ਕਿਉਂਕਿ ਕੁਝ ਚੀਜ਼ਾਂ ਜਦ ਬਾਈਬਲ ਦੇ ਸਕਾਲਰਸ ਤੁਹਾਨੂੰ ਦੱਸਦੇ ਨੇ ਤੁਸੀਂ ਉਹਨਾਂ ਨੂੰ ਗਹਿਰਾਈ ਦੇ ਨਾਲ ਸਮਝ ਪਾਉਂਦੇ ਹੋ, ਅਤੇ ਮੇਰੇ ਖਿਆਲ ਨਾਲ ਮੇਰੇ ਦਰਸ਼ਕਾਂ ਨੂੰ ਜਾਂ ਜਿਹੜੇ ਵੀ ਲੋਕ ਇਹ ਸੁਣ ਰਹੇ ਨੇ ਹਿੰਦੀ ਸਮਝਣ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ, ਅਤੇ ਇਹ ਜੋ ਗੱਲਬਾਤ ਹੈ ਜੋ ਅੱਜ ਦਾ ਮੁੱਦਾ ਹੈ ਬੜਾ ਸੀਰੀਅਸ ਆ, ਅਤੇ ਇਸ ਕਰਕੇ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤਿਆਂ ਪੂਰਾ ਆਰਾਮ ਦੇ ਨਾਲ ਜ਼ਰੂਰ ਸੁਣਨਾ, ਇੱਕ ਇੱਕ ਪੁਆਇੰਟ ਨੂੰ ਜ਼ਰੂਰ ਸਮਝਣਾ, ਕਿਉਂਕਿ ਜਦ ਸਮਾਜ ਦੇ ਵਿੱਚ ਲੋਕ ਤੁਹਾਡੇ ਤੋਂ ਉਹਨਾਂ ਵਿਸ਼ਿਆਂ ਬਾਰੇ ਗੱਲ ਕਰਨਗੇ ਤਾਂ ਤੁਹਾਡੇ ਤੋਂ ਇੱਕ ਪ੍ਰੋਪਰ ਜਵਾਬ ਹੋਏਗਾ ਬਿਬਲਿਕਲ ਤਰੀਕੇ ਦੇ ਨਾਲ ਕਿ ਤੁਸੀਂ ਕੀ ਕਹਿਣਾ ਉਹਨਾਂ ਨੂੰ। ਜੀ ਬ੍ਰਦਰ ਜੀ, ਕਰੂਸੇਡ ਦੀ ਬੜੀ ਚਰਚਾ ਚੱਲ ਰਹੀ ਹੈ, ਲੋਕ ਸੋਚਦੇ ਕਿ ਅਸੀਂ ਮਤਲਬ ਫੇਮਸ ਹੋ ਜਾਵਾਂਗੇ ਅਸੀਂ ਕ੍ਰਿਸਚੈਨਿਟੀ ਬਾਰੇ ਗੱਲ ਕਰਕੇ, ਬੜਾ ਈਜ਼ੀ ਟਾਰਗੇਟ ਹੋ ਗਿਆ ਹੈ,
ਕੀ ਸੋਚਦੇ ਹੋ ਤੁਸੀਂ, ਕੀ ਵਿਚਾਰ ਰੱਖਦੇ ਹੋ ਇਸ ਚੀਜ਼ ਦੇ? ਉਹੀ ਗੱਲ ਆ ਕਿ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਕ੍ਰਿਸਚੈਨਿਟੀ ਪੰਜਾਬ ਦੇ ਵਿੱਚ ਇਹ ਇੱਦਾਂ ਬਣ ਚੁੱਕਿਆ ਕਿ ਪਹਿਲੇ ਸਮੇਂ ਵਿੱਚ ਗੱਲ ਕਰੀ ਉਦੋਂ ਕੋਈ ਨਹੀਂ ਸੀ ਬੋਲਦਾ ਕ੍ਰਿਸਚੈਨਿਟੀ ਬਾਰੇ। ਆਪਾਂ ਚਰਚ ਦੇ ਹਾਂ, ਸਾਨੂੰ ਡੇਰਾਵਾਦ ਦਾ ਨਾਮ ਦਿੱਤਾ ਜਾਂਦਾ ਦੂਜੇ ਲੋਕਾਂ ਵੱਲੋਂ, ਪਰ ਡੇਰਾਵਾਦ ਜਿਹੜੇ ਰਿਐਲਿਟੀ 'ਚ ਡੇਰਾਵਾਦ ਚੱਲਦੇ ਨੇ ਜਿੱਥੇ ਪਖੰਡਵਾਦ ਹੁੰਦਾ ਆ, ਉਹਨਾਂ ਦਾ ਕੋਈ ਵਿਰੋਧ ਨਹੀਂ ਕਰੇਗਾ। ਉੱਥੇ ਲੱਖਾਂ ਦੇ ਉੱਥੇ ਸਿੱਖ ਲੋਕ ਵੀ ਜਾਂਦੇ ਆ, ਹਿੰਦੂ ਲੋਕ ਵੀ ਜਾਂਦੇ ਆ। ਹੁਣ ਆਪਾਂ ਬੱਸ ਸਟੈਂਡਾਂ 'ਤੇ ਦੇਖਦੇ ਪੋਸਟਰ ਲੱਗੇ ਹੁੰਦੇ ਜੀ ਵਸ਼ੀਕਰਨ ਕਰਾ ਲਓ, ਇਹ ਕਰਾ ਲਓ, ਉੱਥੇ ਕਿਉਂ ਨਹੀਂ ਕੋਈ ਵਿਰੋਧ ਕੀਤਾ ਜਾਂਦਾ? ਉੱਥੇ ਮਸ਼ਹੂਰੀ ਕੋਈ ਨਹੀਂ, ਉੱਥੇ ਕੋਈ ਮਸ਼ਹੂਰੀ ਨਹੀਂ। ਕ੍ਰਿਸਚੈਨਿਟੀ ਦੇ ਖਿਲਾਫ ਬੋਲੋ, ਕ੍ਰਿਸਚਨਾਂ ਨੇ ਤੁਹਾਨੂੰ ਪਤਾ ਕਿ ਤੁਹਾਨੂੰ ਜਿੱਦਾਂ ਬੜੇ ਆ ਇਹ ਮਸ਼ਹੂਰ ਹੋ ਗਏ, ਪਰ ਅੱਜ ਉਹ ਲੱਭਦੇ ਨਹੀਂ ਅਤੇ ਲੱਭਣਾ ਇਹਨਾਂ ਨੇ ਵੀ ਨਹੀਂ ਹੈ ਭਾਈ। ਇੱਕ ਹੋਰ ਮਜ਼ੇਦਾਰ ਚੀਜ਼, ਮਤਲਬ 5-7 ਕ੍ਰਿਸਚੈਨਿਟੀ ਦੇ ਫੇਮਸ ਪਾਸਟਰ ਨੇ ਜਿਨ੍ਹਾਂ ਦੇ ਖਿਲਾਫ ਹੀ ਬੋਲਦੇ, ਬਾਕੀ ਕਿਸੇ ਪਾਸਟਰ ਤੋਂ ਕੋਈ ਲੈਣ ਦੇਣ, ਇਹਨਾਂ ਦੇ ਘਰ ਦੇ ਨਾਲ ਭਾਵੇਂ ਪਾਸਟਰ ਰਹਿੰਦਾ ਹੋਵੇ ਉਹਦੇ ਬਾਰੇ ਨਹੀਂ ਬੋਲਣਗੇ, ਹੈ ਨਾ। ਆ ਫਲਾਨਾ ਪਾਸਟਰ ਬੜਾ ਜ਼ਿਆਦਾ ਧਰਮ ਪਰਿਵਰਤਨ ਕਰ ਰਹੇ ਨੇ, ਕਰੂਸੇਡ ਕਰ ਲਿਆ ਨੇ, ਇਹ ਕਰ ਲਿਆ। ਐਕਚੁਅਲੀ ਨਾ ਇਹਨਾਂ ਦੇ ਮਾਇੰਡ 'ਚ ਇੱਕ ਹੋਰ ਚੀਜ਼ ਆ ਭਾਈ, ਉਹ ਇਹ ਚੀਜ਼ ਆ ਕਿ ਕ੍ਰਿਸਚਨ ਲੋਕਾਂ ਦਾ, ਇਹਨਾਂ ਨੂੰ ਇਹ ਚੀਜ਼ ਪਤਾ ਕਿ ਕ੍ਰਿਸਚਨ ਲੋਕ ਜਵਾਬ ਨਹੀਂ ਦਿੰਦੇ ਅੱਗਿਓ ਜੀ। ਬਟ ਸਾਡਾ ਅੱਜ ਦੀ ਇਸ ਗੱਲਬਾਤ ਦਾ ਵਿਸ਼ੇ ਕਿਸੇ ਦਾ ਵਿਰੋਧ ਕਰਨਾ ਨਹੀਂ ਹੈ। ਅਸੀਂ ਆਪਣੇ ਕ੍ਰਿਸਚਨ ਭੈਣਾਂ ਭਰਾਵਾਂ ਤੱਕ ਸਿਰਫ ਇਹ ਮੈਸੇਜ ਕਨਵੇ ਕਰਨਾ ਚਾਹੁੰਦੇ ਕਿ ਜੋ ਅਸੀਂ ਆਪਣੇ ਆਲੇ ਦੁਆਲੇ ਸੁਣ ਰਹੇ ਹਾਂ ਉਹ ਸਹੀ ਨਹੀਂ ਆ, ਕਿਉਂਕਿ ਬਹੁਤ ਸਾਰਿਆਂ ਲੋਕਾਂ ਦੇ ਮਨ ਵੀ ਸ਼ੁਕਤ ਹੁੰਦੇ ਆ। ਕਿਉਂਕਿ ਕਈ ਲੋਕ ਸਵਾਲ ਪੁੱਛਦੇ ਜੀ ਜੇ ਇਹਨਾਂ ਨੂੰ ਕਰੂਸਡ ਸ਼ਬਦ ਦੀ ਪ੍ਰੋਬਲਮ ਆ ਤਾਂ ਕਿਉਂ ਇਹ ਕਰੂਸਡ ਸ਼ਬਦ ਵਰਤਦੇ ਆ? ਮੈਂ ਇੱਕ ਜੀ ਦੱਸਣਾ ਚਾਹੁੰਦਾ, ਜਿਹੜੇ ਗੂਗਲ ਦੇ ਜਾਣਕਾਰ ਨੇ ਆ, ਗੂਗਲ ਦੇ ਉੱਤੇ ਸਰਚ ਕਰਕੇ ਕਰੂਸਡ ਸ਼ਬਦ ਦਾ ਮਤਲਬ ਲੱਭ ਲਿਆ ਅਤੇ ਜੀ ਕਿਸੇ ਕੌਮ ਦੇ ਉੱਤੇ ਚੜ੍ਹਾਈ ਕੀਤੀ, ਤੁਸੀਂ ਹਿਸਟਰੀ ਨਹੀਂ ਪੜ੍ਹੀ ਉਹਨਾਂ ਦੀ। ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦਾ, ਆ ਜਿਹੜੇ ਲੋਕ ਕਰੂਸਡ ਸ਼ਬਦ ਨੂੰ ਕਹਿ ਰਹੇ ਨਾ ਕਿ ਬੜਾ ਹਊਆ ਬਣਾ ਦਿੱਤਾ, ਹੈ ਨਾ, ਮਤਲਬ ਇਹਨੂੰ ਇੰਨਾ ਜ਼ਿਆਦਾ ਇਹਨਾਂ ਨੇ ਮਤਲਬ ਕਿ ਵਰਡ ਇਹਨੂੰ ਇੰਨਾ ਡੇਂਜਰਸ ਬਣਾ ਦਿੱਤਾ, ਹਾਲਾਂਕਿ ਤੁਸੀਂ ਉਸ ਵਰਡ ਨੂੰ ਜੇ ਪੜ੍ਹੋ ਇੰਟਰਨੈਟ ਉੱਤੇ ਵੀ ਸਰਚ ਕਰਕੇ ਗੂਗਲ ਦੇ ਵਿੱਚ ਉਹਦੇ ਸਿਨੋਨੀਅਮਸ ਪੜ੍ਹੋ, ਉਹਦਾ ਮਤਲਬ ਹੈ ਇੱਕ ਕਲੱਬ ਜਿਹੜਾ ਅੱਛਾ ਕੰਮ ਕਰਦਾ, ਇੱਕ ਕੈਂਪੇਨ, ਜਿੱਦਾਂ ਲੋਕ ਅੱਜ ਕੱਲ੍ਹ ਨਸ਼ਾ ਛਡਾਊ ਕੈਂਪੇਨ ਚਲਾਉਂਦੇ ਨੇ, ਹੈ ਨਾ। ਅਤੇ ਜੇ ਉੱਤੇ ਕੋਈ ਲਿਖਦੇ ਡਰੱਗ ਫਰੀ ਕਰੂਸੇਡ, ਹੈ ਨਾ, ਜਾਂ ਡਰੱਗ ਫਰੀ ਕਰਨ ਵਾਲੀ ਕੋਈ ਐਸੀ ਕੰਪੇਨ, ਤਾਂ ਮੇਰੇ ਖਿਆਲ ਨਾਲ ਉਹਦਾ ਕੋਈ ਗਲਤ ਮਤਲਬ ਨਹੀਂ ਆ, ਲੋਕ ਮੁਹਿੰਮ ਚਲਾਉਂਦੇ ਆ, ਹੈ ਨਾ। ਇਹ ਤੁਹਾਡੇ 'ਤੇ ਆ, ਤੁਸੀਂ ਕਿੱਦਾਂ ਲੈਣਾ ਉਸ ਚੀਜ਼ ਨੂੰ ਭਾਈ? ਕਈ ਹੈਗੇ ਵੀ ਆ ਉਹ ਡਰੱਗ ਫਰੀ ਲਿਖਦੇ ਵੀ ਆ ਨਾਲ, ਹਾਂ, ਤੁਹਾਨੂੰ ਪਤਾ ਹੋਏਗਾ। ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਨਾ, ਮਤਲਬ ਇਹ ਅਸੀਂ ਉਸ ਸ਼ਬਦ ਨੂੰ ਜਾਂ ਉਸ ਵਰਡ ਨੂੰ, ਹੁਣ ਇੱਕ ਪੰਜਾਬੀ ਆ, ਪੰਜਾਬੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਵਰਡ ਆ ਜਿਹੜੇ ਟਿਪੀਕਲ ਪੰਜਾਬੀ ਦੇ ਵਿੱਚ ਹਰ ਏਰੀਏ ਦੇ ਵਿੱਚ ਅਲੱਗ ਅਲੱਗ ਬੋਲੇ ਜਾਂਦੇ। ਜਿੱਦਾਂ ਇੱਕ ਸ਼ਬਦ ਆ ਕਿ ਇਹ ਮੈਨੂੰ ਪਰਟੀਕੁਲਰ ਏਰੀਆ ਤੁਸੀਂ ਜ਼ਰੂਰ ਦੱਸਣਾ ਤੁਹਾਡੇ ਏਰੀਏ 'ਚ ਕੀ ਬੋਲਿਆ ਜਾਂਦਾ। ਜਿੱਦਾਂ ਆਪਾਂ ਕਹਿੰਦੇ ਅੱਗੇ ਆ ਜਾ, ਉਹ ਕਹਿੰਦੇ ਗਾੜੀ ਕਰ ਲਓ। ਹੁਣ ਸਾਡੇ ਗਾੜੀ ਗੱਡੀ ਨੂੰ ਬੋਲਦੇ ਆ, ਉਹ ਕਹਿੰਦੇ ਗਾੜੀ ਕਰ ਲਓ, ਹੈ ਨਾ। ਉਹ ਮਤਲਬ ਉਹ ਹੈ ਪੰਜਾਬੀ ਦਾ ਸ਼ਬਦ ਆ, ਮਤਲਬ ਦੋ ਆ, ਇੱਕੋ ਹੀ ਮਤਲਬ ਲੈਂਗੁਏਜ ਦੇ ਇੱਕ ਸ਼ਬਦ ਦੇ ਕਈ ਮੀਨਿੰਗ ਨਿਕਲਦੇ। ਕਰੂਸਡ ਨੂੰ ਤੁਸੀਂ ਇਹ ਫੜ ਲਿਆ ਜੀ ਇਹ ਜਿਹਾਦ ਆ ਜੀ, ਇਹ ਬਸ ਅਟੈਕ ਕਰਨ ਲੱਗੇ ਬੰਦਿਆਂ ਦੇ ਉੱਤੇ, ਉਹ ਚੀਜ਼ ਐਕਚੁਅਲ ਦੇ ਵਿੱਚ ਨਹੀਂ ਆ ਜਿੱਦਾਂ ਤੁਹਾਨੂੰ ਦਿਖਾਈ ਜਾ ਰਹੀ ਆ। ਉਹਦਾ ਮਤਲਬ ਆ ਕਿ ਜਿੱਦਾਂ ਬਾਈਬਲ ਦੇ ਵਿੱਚ ਇੱਕ ਚੀਜ਼ ਲਿਖੀ ਆ ਕਿ ਸਾਡਾ ਜਿਹੜੀ ਲੜਾਈ ਆ ਜੰਗ ਆ ਉਹ ਮਾਸ ਅਤੇ ਲਹੂ ਨਾਲ ਨਹੀਂ ਬਲਕਿ ਵੈਰੀ ਦੀਆਂ ਤਾਕਤਾਂ ਦੇ ਨਾਲ। ਉਹ ਤਾਕਤਾਂ ਜਿਹੜੀਆਂ ਸਾਡੇ ਸਮਾਜ ਨੂੰ ਗੰਦਲਾ ਕਰ ਰਹੀਆਂ, ਸਾਡੇ ਬੱਚਿਆਂ ਨੂੰ ਬਿਮਾਰ ਕਰ ਰਹੀਆਂ, ਸਾਡੇ ਬੱਚਿਆਂ ਦੇ ਮਨ ਦੇ ਵਿੱਚ ਕੂੜਾ ਭਰ ਰਹੀਆਂ, ਇੰਨਾ ਜ਼ਿਆਦਾ ਅੱਜ ਕੱਲ੍ਹ ਸਾਡੇ ਸਮਾਜ ਦੇ ਵਿੱਚ ਅਡਲਟਰੀ, ਇੰਨਾ ਜ਼ਿਆਦਾ ਨਸ਼ਾ, ਇੰਨਾ ਜ਼ਿਆਦਾ ਮਤਲਬ ਬਹੁਤ ਬੁਰੀਆਂ ਚੀਜ਼ਾਂ, ਮਤਲਬ ਵਰਸਟ ਤੋਂ ਵਰਸਟ ਥਿੰਗ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਨੇ। ਉਹਨਾਂ ਦੇ ਖਿਲਾਫ਼ ਕੋਈ ਗੱਲ ਨਹੀਂ ਕਰਦਾ, ਬਟ ਜਿਹੜੀਆਂ ਚੀਜ਼ਾਂ ਸਮਾਜ ਦੇ ਸੁਧਾਰ ਦੇ ਲਈ ਹੋ ਰਹੀਆਂ ਵਾ, ਉਹਨਾਂ ਤੋਂ ਇਹਨਾਂ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ। ਅੱਛਾ ਬ੍ਰਦਰ ਜੀ, ਮੈਂ ਚਾਹਤਾ ਹਾਂ ਆਪ ਪਲੀਜ਼ ਇਸ ਵਰਡ ਕੋ ਬਾਈਬਲ ਮੇ ਸੇ ਜ਼ਰੂਰ ਡਿਸਕ੍ਰਾਈਬ ਕਰੇ। ਤੋ ਬਾਈਬਲ ਇਸ ਬਾਤ ਕੋ ਬਤਾਤੀ ਕਿ ਹਮੇ ਕਿਆ ਹੈ, ਆਪਣੇ ਆਪ ਕੋ ਤਿਆਰ ਰੱਖਣਾ ਹੈ, ਜੋ ਸੱਚ ਹੈ ਉਸੀ ਕੋ ਫੋਲੋ ਕਰਨਾ ਹੈ, ਕਿਉਂਕਿ ਦੁਨੀਆਦਾਰੀ ਬਹੁਤ ਕੁਛ ਬੋਲੇਗੀ, ਲੋਕੋ ਕੋ ਭਰਮਾਇਆ ਜਾਏਗਾ, ਲੋਕੋ ਕੋ ਸਤਾਇਆ ਜਾਏਗਾ, ਲੇਕਿਨ ਹਮਾਰਾ ਜੋ ਬਾਈਬਲ ਕਹਿਤੀ ਹੈ ਹਮੇ ਉਸਕੇ ਹਿਸਾਬ ਸੇ ਚੱਲਣਾ ਹੈ। ਇੱਕ ਇੱਕ ਆਤਮਿਕ ਜੀਵਨ ਹੈ, ਇੱਕ ਸ਼ਾਰੀਰਿਕ ਜੀਵਨ ਹੈ, ਇੱਕ ਇਨਸਾਨ ਕਾ ਜੀਵਨ ਹੈ, ਔਰ ਉਸ ਜੀਵਨ ਕੇ ਉੱਪਰ ਸਰੀਰ ਵੀ ਰਾਜ ਕਰਨਾ ਚਾਹਤਾ ਹੈ ਔਰ ਆਤਮਾ ਵੀ ਰਾਜ ਕਰਨਾ ਚਾਹਤੀ ਹੈ। ਬਾਈਬਲ ਜੋ ਹੈ ਇੱਕ ਸਰੀਰ ਪਰ ਔਰ ਇੱਕ ਜੀਵਨ ਪਰ ਆਤਮਿਕ ਰਾਜ ਕਰਨੇ ਕੇ ਲਈ ਬਾਤ ਕਰਤੀ ਹੈ, ਇਹ ਇਸਮੇ ਬਾਈਬਲ ਮੇ ਦਿਆ ਗਿਆ ਹੈ। ਤੋ ਜੋ ਲੋਕ ਅਭੀ ਇਸ ਵਰਤਮਾਨ ਮੇ ਲੋਕ ਐਸੀ ਟਿੱਪਣੀਆਂ ਬਣਾ ਰਹੇ ਹੈ ਕਰੂਸੇਡ ਕੇ ਉੱਪਰ ਔਰ ਮਸੀਹ ਲੋਕ ਕੇ ਖਿਲਾਫ਼ ਮੇ ਭੜਕਾਊ ਮੈਸੇਜ ਕੋ ਦੇ ਰਹੇ, ਇਹ
बिल्कुल गलत है। अब जैसे हम लोग, हमको बाइबल के हिसाब से जीने के लिए प्रभु ने बोला है। अगर हम जाके क्रूसेड कर रहे हैं, लोग क्रूसेड का, लोग बड़ी बड़ी मीटिंग का मजाक उड़ाते हैं, लोग हालेलुया शब्द का मजाक उड़ाते हैं, तो हमको जब उनके उनके रिचुअल्स से, उनके चीज़ों से अगर हमको कोई परेशानी नहीं है, तो सामने वालों को भी हमारे रिचुअल्स से परेशानी नहीं होनी चाहिए। तो अब हमें, हमारे, मैं मसीह बहन भाइयों को यही संदेश देना चाहता हूँ कि ये समय है, अपने आप को तैयार करें और आत्मिक युद्ध के लिए तैयार हो, क्योंकि ये आत्मिक युद्ध है। अगर आप उसके बारे में सुनोगे, अगर क्रूसेड के बारे में, ये भी एक होली वार है, एक पवित्र लड़ाई है। लड़ाई मतलब एडिक्शन से छूटने के लिए लड़ाई, फाइनेंस से छूटने के लिए लड़ाई, उनके बीमारी से छूटने के लिए। लेकिन लोग इस बात को सोचते हैं कि धर्म परिवर्तन करने के लिए यहाँ पर क्रूसेड्स को करते हैं, यहाँ पर बड़ी बड़ी मीटिंग्स करते हैं। ये बहुत बड़ी गलत बात है, ये ऐसा नहीं होना चाहिए। क्योंकि असी समझते हैं ये एक्चुअल दे विच एक आत्मिक लड़ाई है, शरीरिक नहीं आ। क्योंकि जिहड़े लोग ये असी सारी अज्ज दा पॉडकास्ट पंजाबी च असी इस करके कर रहे क्योंकि ये मसला पंजाब दा है, ते ब्रदर जी हिंदी विच डिस्क्राइब कर रहे क्योंकि उन्होंने पंजाबी बोलण दे विच थोड़ा जिहा इशू आ। मेरे तो अवेलेबल सीगे ये, तो करके इन्हों अज इस पॉडकास्ट के रखा, क्योंकि बहुत सारे लोग कहेंगे कि तुम कोई वो पासर लिया जे पंजाबी गलबात कर सकते हैं ना, क्योंकि मसला हजे भखदा होया मुद्दा पंजाब का। इस करके मैं चीज़ा क्लैरीफाई कर रहा ताकि तुम समझ पाओ, क्योंकि बहुत सारे लोग यहोजे कमेंट भी करे कि तुम उस बइबल के प्रीचर रखते जेडे पंजाबी जानते हैं ना, तो बट मेरा विश्वास है तुम समझ पा रहे हो। यीज़ा ना जिड़िया पंकज भाजी जिड़िया चल रही, सिर्फ मशहूरी की गेम है इस टाइम। सही गल है ना, होर कुछ नहीं। बिल्कुल बिल्कुल मशहूरी की विचार थोड़े, जिवें तुहानू पता है सारी जिहड़ी गेम आ इस टाइम पॉपुलैरिटी की आ। जिहड़े रियल गुरु के सिख लोग आ वो इन चीज़ों से इन्होंने मसलों से नहीं पेंदे, वो गुरुद्वारे च बैठ के पाठ करते हैं, अपने धर्म नूं उच्चा चुकते हैं। अगर आप बोलण वाले लोगों के विच, मैं पूछना चाहुंदा, अगर थोड़े लोगों के विच अगर थोड़ा जिहा भी सिखिज़म नूं लैके प्रेम हुंदा, प्यार हुंदा, या सिखिज़म नूं लैके थोड़ा हुंदा कि यार सिखिज़म नूं आपां ग्रो करिए, साडी सिखिज़म नूं कोई क्यों जिहड़ा कि हर्ट कर दे या धक्का ला दे, तो थोड़े मन च किसी नूं टारगेट करन तों पहलां यह विचार होना कि आपां सिखिज़म दा प्रचार किवें करिए। अज तुसीं सिखिज़म दा प्रचार नहीं कर रहे, थोड़े एक ग्रंथी साहब ने ते उहनां दा तुसीं अमृतसर दे विच बैन कीते होए ने, उहनां दे दरबार लगाउणे। इहनां दे जिहड़े डरियां वाले, इन्होंने बैन किए, इन्हों को पता मतलब नाम अं एक्चुअल किसी ने मतलब डीफेम नहीं करना चाहते, बट वो सिख तो कौम के बड़े अच्छे प्रीचर ने, बहुत अच्छे प्रचारक ने। वह इदा के प्रीचर आ कि वो सिख कौम को कहें कि तुम डांगा लैके कदे कि पुज जाने, कदे कि पुज जाने कि गल थोड़े को धर्म का प्रचार कर ली, थोड़े को शब्द है नहीं है, तुहाडे को की है नहीं, तुम आपके धर्म का प्रचार करो, आप आपके धर्म उच्चा चुको, तुम उन्होंने डांगा लैके रोकण पै जाते हो। तो एक जैलसी भी कह सकते हैं कि ये वधी जाते हैं साडे पंजाब च। तो मैं कहना चाहूँगा कि ये जे बंदे इन्हों सिखी कोई प्यार नहीं है, अगर सिखी ना प्यार हुंदा ते सिखी नूं उच्चा चक दे, उहदा प्रचार प्रसार कर दे, क्योंकि साडे नाल रहण वाले सिख लोग भी हैगे, हिंदू लोग भी हैगे, साडे नाल रहिंदे खांदे पींदे आ, पर आ एजेंसियां दे बंदे आ, इन्हां नूं ज़्यादा फेम चाहीदा, जां उहनां नूं इह आ कि आपां पंजाब दा जिहड़ा माहौल आ मुद्दा हमेशा भखिया रहे, तां कि सरकारां नूं जिहड़ी कि एक दूजे धर्मां नूं आपस च लड़ा के ये उस चीज़ का फायदा चकते हैं। भाजी जी उही हो रहा वा, सारा कुछ फेम गेम चल रही आ। ना कहिंदे रीसेंट मैं वीडियो देखण डिया किसे सिख वीर दी, यू एस तो आए ने भाई, वो इंटरव्यू कर रहे, तो कहें कि सब क्रिश्चियन लोग इदा करन डे, उन्होंने इंटरव्यू उत्ते भावें आप पूरा पॉडकास्ट कर लीए, उन्होंने कई मतलब कि गल्लां इहो जिहियां कहीं मतलब बिना अफेक्ट तो। तो जिन्ना कि मैं उन्होंने बारे जानता वा, कुछ उन्होंने पहला मैं वीडियोज़ देखिया, उन्होंने बइबल की बड़ी नॉलेज है, पढ़ी हुई उन्होंने बइबल, उन्होंने गल करते जिन्हें, हाँ गुरप्रीत सिंह मेरे ख्याल नाम उन्होंने, उदासी शायद कुछ, हाँ 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 बाबा गुरप्रीत सिंह उदासी जी, तो बड़ा चलो मन च सत्कार उन्होंने, क्योंकि वो एक
ਸਿੱਖੀਜ਼ਮ ਨਾਲ ਜੁੜੇ ਹੋਏ ਆ ਕਿ ਜਿਹੜਾ ਬੰਦਾ ਆਪਣੇ ਪੰਥ ਨੂੰ ਆਪਣੇ ਧਰਮ ਨੂੰ ਵਧੀਆ ਤਰੀਕੇ ਨਾਲ ਫੋਲੋ ਕਰਦਾ, ਮੈਂ ਅਕਸਰ ਹੀ ਉਹਨਾਂ ਦਾ ਸਤਿਕਾਰ ਕਰਦਾ ਵਾਂ, ਬਟ ਕਿਸੇ ਰਿਲੀਜਨ ਨੂੰ ਡੀਫੇਮ ਕਰਕੇ ਤੁਸੀਂ ਸੋਚੋ ਤੁਹਾਡੀ ਮਸ਼ਹੂਰੀ ਹੋ ਜਾਵੇ, ਅੱਜ ਕੱਲ੍ਹ ਬੜਾ ਈਜ਼ੀ ਹੋ ਗਿਆ ਮਸ਼ਹੂਰੀ ਲੈਣੀ ਆ, ਤੁਸੀਂ ਇੱਕ ਚੋਲਾ ਪਾਓ, ਠੀਕ ਆ, ਬੜਾ ਈਜ਼ੀ ਹੋ ਗਿਆ, ਅਤੇ ਦੂਜੇ ਧਰਮ ਨੂੰ ਮਾੜਾ ਚੰਗਾ ਕਹਿ ਦਿਓ, ਭਾਵੇਂ ਕੋਈ ਵੀ ABCD ਧਰਮ ਹੋਵੇ, ਭਾਵੇਂ ਹਿੰਦੂਇਜ਼ਮ ਨੂੰ ਹੋਵੇ, ਅਤੇ ਲੋਕ ਤੁਹਾਨੂੰ ਕਈਆਂ ਮਿੱਤਲ ਵਾਂਗ ਬਾਅਦ 'ਚ ਮਾਫ਼ੀ ਮੰਗ ਲਓ, ਹਾਂ ਬਾਅਦ 'ਚ ਬੜਾ ਈਜ਼ੀ ਜੋ ਇਹਨਾਂ ਨੇ ਤਾਂ ਮਾਫ਼ ਕਰ ਹੀ ਦੇਣਾ ਕ੍ਰਿਸਚਨ ਲੋਕ, ਹਾਂ ਕਿ ਮਸ਼ਹੂਰੀ ਹੈ, ਪਰ ਸਾਡੇ ਖੁਦਾ ਦੀ ਟੀਚਿੰਗ ਇਹ ਨਹੀਂ ਆ, ਅਸੀਂ ਵਿਰੋਧ ਦੇ ਬਦਲੇ ਵਿਰੋਧ ਨਹੀਂ ਕਰਦੇ, ਅਸੀਂ ਸਿਰਫ ਆਪਣੇ ਪੱਖ ਨੂੰ ਕਲੈਰੀਫਾਈ ਕਰ ਰਹੇ, ਅਸੀਂ ਵਿਰੋਧ ਨਹੀਂ ਕਰ ਰਹੇ ਕਿਸੇ ਦਾ, ਕਿਉਂਕਿ ਇਹ ਸਾਡੇ ਪਰਮੇਸ਼ੁਰ ਦੀ ਟੀਚਿੰਗ ਹੀ ਇਹ ਹੈ, ਉਹਦੀ ਪ੍ਰੀਚਿੰਗ ਹੈ, ਪ੍ਰਭੂ ਯਿਸੂ ਮਸੀਹ ਨੇ 3.5 ਸਾਲ ਜਿਹੜੀ ਸੇਵਾ ਕੀਤੀ, ਉਹਨੇ ਪਿਆਰ ਦੀ ਸੇਵਕਾਈ ਕੀਤੀ ਆ, ਨਾ ਅਤੇ ਉਹੀ ਅਸੀਂ ਕਰਦੇ ਪਏ ਐਕਚੁਅਲ 'ਚ, ਇਹ ਕਈ ਇੱਕ ਬੜਾ ਸ਼ਬਦ ਇੱਕ ਅੱਜ ਕੱਲ੍ਹ ਵਰਤਿਆ ਜਾਂਦਾ ਜਬਰਨ ਧਰਮ ਪਰਿਵਰਤਨ ਕਰਦੇ ਹਨ, ਦੇਖੋ 76 ਸਾਲਾਂ ਦੀ ਆਜ਼ਾਦੀ ਹੋ ਗਈ ਸਾਡੀ ਦੇਸ਼ ਦੀ, ਉਸ ਤੋਂ ਪਹਿਲਾਂ ਦੀ ਕ੍ਰਿਸਚੈਨਿਟੀ ਇੱਥੇ, ਮਤਲਬ ਕਈ ਲੋਕਾਂ ਨੂੰ ਇਹ ਵਹਿਮ ਆ ਕਿ ਗੋਰਿਆਂ ਤੋਂ ਬਾਅਦ ਇੱਥੇ ਕ੍ਰਿਸਚਨ ਰਿਲੀਜਨ ਜਿਹੜਾ ਜਾਂ ਕ੍ਰਿਸਚੈਨਿਟੀ ਦਾ ਪ੍ਰਸਾਰ ਪ੍ਰਸਾਰ ਹੋਇਆ, ਉਸ ਤੋਂ ਪਹਿਲਾਂ ਦੇ ਆ, ਮਤਲਬ 2000 ਦੀ ਕ੍ਰਿਸਚੈਨਿਟੀ ਇੱਥੇ ਹੈਗੀ, ਬਾਈਬਲ ਦੱਸਦੀ ਆ ਕਿ ਸੰਤ ਥੋਮਾ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਚੇਲੇ ਸੀ, 1ਵੀਂ ਸ਼ਤਾਬਦੀ ਦੇ ਵਿੱਚ ਉਹਨਾਂ ਨੇ ਭਾਰਤ ਦੇ ਵਿੱਚ ਆਏ ਅਤੇ ਉਹਨਾਂ ਨੇ ਇੱਥੇ ਪ੍ਰਚਾਰ ਕੀਤਾ, ਅਤੇ ਉੱਥੇ ਦੇ ਚਿੰਨ ਹੈਗੇ ਨੇ, ਮਤਲਬ ਅੱਜ ਵੀ ਉਹਨਾਂ ਜਗ੍ਹਾਵਾਂ ਦੇ ਉੱਤੇ ਜਿੱਥੇ ਸੰਤ ਥੋਮਾ ਜੀ ਆਏ ਉਹਨਾਂ ਨੇ ਪ੍ਰਚਾਰ ਕੀਤਾ, ਪਾਣੀ ਰੋਕਿਆ, ਉਹ ਸਾਰੀਆਂ ਚੀਜ਼ਾਂ ਇੰਡੀਆ ਦੇ ਵਿੱਚ ਹਿਸਟੋਰੀਕਲ ਐਵੀਡੈਂਸਿਸ ਹੈਗੇ ਨੇ, ਅਤੇ ਇਹ ਲੋਕ ਜਿਹੜੇ ਆ ਉਹਨੂੰ ਬਣਾਉਂਦੇ ਕਿ ਗੋਰਿਆਂ ਤੋਂ ਬਾਅਦ ਉੱਥੇ ਕ੍ਰਿਸਚੈਨਿਟੀ ਦਾ ਪ੍ਰਚਾਰ ਪ੍ਰਸਾਰ ਹੈ, ਗੋਰੇ ਲੈ ਕੇ ਆਏ, ਉਹ ਗੋਰੇ ਤਾਂ ਲੈ ਕੇ ਵੀ ਨਹੀਂ ਆਏ, ਅਤੇ ਭਾਈ ਬੜਾ ਮਿਸਕਨਸੈਪਟ ਹੈ ਜਿਹੜਾ ਲੋਕਾਂ ਦੇ ਵਿੱਚ, ਇਹਨਾਂ ਨੂੰ ਪਤਾ ਨਹੀਂ ਕਿ ਜਿਹੜੇ ਗੋਰੇ ਆਏ ਸੀ ਉਹ ਇੱਥੇ ਬਿਜ਼ਨਸ ਕਰਨ ਆਏ ਸੀਗੇ, ਈਵਨ ਲੋਕਾਂ ਨੂੰ ਹਾਲੇ ਤੱਕ ਇਹ ਚੀਜ਼ ਹੀ ਨਹੀਂ ਪਤਾ ਕਿ ਜਿਹੜੇ ਲੋਕ ਦੇਸ਼ਾਂ ਨੂੰ ਭੱਜਦੇ ਨੇ ਕਿ ਕ੍ਰਿਸਚਨ ਕੰਟਰੀਆਂ ਨੇ, ਕ੍ਰਿਸਚਨ ਦੇਸ਼ ਨੇ, ਸਭ ਤੋਂ ਪਹਿਲਾਂ ਪ੍ਰਚਾਰ ਇੰਡੀਆ 'ਚ ਹੋਇਆ ਸੀਗਾ ਯੂਰਪ ਤੋਂ ਬਾਅਦ, ਉਸ ਤੋਂ ਬਾਅਦ ਜਿਹੜਾ ਇੰਗਲੈਂਡ, ਅਮੈਰੀਕਾ ਇਹਨਾਂ ਦੇਸ਼ਾਂ ਦੇ ਵਿੱਚ ਪ੍ਰਚਾਰ ਏਸ਼ੀਆ 'ਚ ਪਹਿਲਾਂ ਹੋਇਆ, ਬਾਕੀ ਕੰਟੀਨੈਂਟਸ ਦੇ ਵਿੱਚ ਬਾਅਦ ਦੇ ਵਿੱਚ ਪ੍ਰਚਾਰ ਗਿਆ, ਪ੍ਰਚਾਰਕ ਬਾਅਦ ਦੇ ਵਿੱਚ ਪਹੁੰਚੇ, ਇਵੈਂਜਲਿਜ਼ਮ ਹੋਇਆ, ਇਵੈਂਜਲਿਜ਼ਮ ਵਰਡ ਨੂੰ ਵੀ ਕਈ ਲੋਕ ਨਾ ਇੱਕ ਜੋਤ TV ਵਾਲਾ ਕੋਈ ਸਿੰਘ ਪਾਈ ਆ ਮੇਰਾ, ਹੈ ਨਾ, ਮਤਲਬ ਪਤਾ ਨਾ ਥੋਹ ਅਤੇ ਲੈ ਦੇ ਭਾਪਾ, ਉਹ ਪੰਜਾਬੀ ਦੀ ਇਹ ਕਹਾਵਤ ਆ ਨਾ, ਇੱਧਰੋਂ ਉੱਧਰੋਂ ਇਨਫੋਰਮੇਸ਼ਨ ਇਕੱਠੀ ਕਰਕੇ ਤਾਂ ਜੀ ਗਿਆਨਕਾਰ ਬਣਨ ਵਾਲੀ ਹੈ ਨਾ, ਪਿੱਛੇ ਜੇ ਉਹਨਾਂ ਨੇ ਇੱਕ ਵੀਡੀਓ ਪਾਈ ਕਹਿੰਦੇ ਫਲਾਨੀ ਤਰੀਕ ਨੂੰ ਪਰਛਾਵਾਂ ਗਾਇਬ ਹੋ ਜਾਣਾ, ਸੂਰਜ ਗ੍ਰਹਿਣ ਲੱਗਣਾ, ਇੱਧਰੋਂ ਉੱਧਰੋਂ ਇਨਫੋਰਮੇਸ਼ਨ ਸੁਣੀ ਨਾ ਅਧੂਰੀ ਜਾਣਕਾਰੀ, ਕਹਿੰਦੇ ਖਤਰਨਾਕ ਹੁੰਦੀ ਆ, ਅਤੇ ਇੱਧਰੋਂ ਉੱਧਰੋਂ ਇਨਫੋਰਮੇਸ਼ਨ ਸੁਣੀ ਤਾਂ ਕਹਿ ਤਾ ਜੀ ਪਰਛਾਵੇਂ ਗਾਇਬ ਹੋ ਜਾਣ, ਚੈਨਲ ਵਾਲਿਆਂ ਨੂੰ ਵਿਊ ਦਾ ਵੀ ਚੱਕਰ ਹੁੰਦਾ, ਮਾੜੀ ਆਈ ਝੂਠੀ ਕਿ ਚੱਲ ਚੱਕ, ਹਾਂ ਕੋਈ ਵੈਰੀਫਾਈ ਨਹੀਂ ਕਰਨ ਦਾ, ਕੋਈ ਪਈ ਨਹੀਂ ਉਹਨੂੰ ਪਤਾ, ਵੀਡੀਓ ਪਾਤੀ ਨਹੀਂ ਚੱਲੀ, ਆਪਾਂ ਤਾਂ ਪੈਸੇ ਕਮਾ, ਬਿਲਕੁਲ ਬਾਅਦ 'ਚ ਕਹਿਣਾ ਇਹਦੀ ਕੋਈ ਪੁਸ਼ਟੀ ਨਹੀਂ ਹੋਈ, ਹਾਂ, ਅਤੇ ਉਹ ਪਾਤੀ ਮੁੜ ਕੇ ਬਾਅਦ 'ਚ ਮਾਫ਼ੀ ਮੰਗ ਕੇ ਵੀਡੀਓ ਕੱਢੀ ਕਿ ਮੈਂ ਤੁਹਾਨੂੰ ਭਾਈ ਗਲਤ ਜਾਣਕਾਰੀ ਦੇ ਬੈਠਾ, ਹੈ ਨਾ, ਅਤੇ ਮਤਲਬ ਇਹੋ ਜਿਹੇ ਸੀਨ ਚੱਲਦੇ ਪਏ, ਅਤੇ ਉਹਨਾਂ ਨੇ ਕਿਹਾ ਜੀ ਹਾਂ ਬਈ ਕਿ ਲੋਕ ਇਵੈਂਜਲਿਜ਼ਮ ਨੂੰ ਪਤਾ ਨਹੀਂ ਕੀ ਵਰਡ ਬੋਲੀ ਜਾਂਦਾ ਉਹ ਭਾਈ, ਅਤੇ ਚਲੋ ਮਤਲਬ ਬੰਦੇ ਨੂੰ ਜੇ ਤਾਂ ਕਿਸੇ ਚੀਜ਼ ਬਾਰੇ ਬੋਲਣਾ ਨਾ, ਉਹਨੂੰ ਗਿਆਨ ਹੋਣਾ ਚਾਹੀਦਾ, ਹੁਣ ਜੇ ਮੈਂ ਹਿੰਦੂਇਜ਼ਮ ਬਾਰੇ ਗੱਲ ਕਰਨੀ ਆ, ਲੇਕਿਨ ਲੋਕੋ ਕੋ ਪਤਾ ਹੋਣਾ ਚਾਹੀਏ ਕਿ ਬਾਇਬਲ ਮੇਂ ਜੋ ਕ੍ਰਿਸਚੈਨਿਟੀ ਕਾ ਸ਼ਬਦ ਹੈ ਨਹੀਂ, ਠੀਕ ਹੈ, ਕੋਈ ਧਰਮ ਕਾ ਸ਼ਬਦ ਹੈ ਨਹੀਂ, ਐਂਡ ਹਿੰਦੁਸਤਾਨ ਕਾ ਜੋ ਸ਼ਬਦ ਹੈ ਉਹ ਬਾਇਬਲ ਮੇਂ ਹੈ, ਕਿਉਂਕਿ ਜਬ ਜੋ ਯੀਸ਼ੂ ਮਸੀਹ ਹੈ, ਈਸਾ ਮਸੀਹ, ਜੀਸਸ ਕ੍ਰਾਈਸਟ, ਉਨਕਾ ਜਨਮ ਵੀ ਏਸ਼ੀਆ ਮੇਂ ਹੁਆ, ਤੋ ਵੋ ਅਬ ਏਸ਼ੀਆ ਕਾ ਹੀ ਪਰਮੇਸ਼ਵਰ ਹੈ, ਵੋ ਕਾਲੇ ਕਾ ਗੋਰੇ ਕਾ ਪਰਮੇਸ਼ਵਰ, ਐਸੇ ਲੋਕ ਬੋਲਤੇ ਹੈ, ਐਸਾ ਨਹੀਂ ਹੈ, ਐਕਚੁਲੀ ਲੋਕੋ ਕੋ ਬੜਾ ਮਿਸਕਨਸੈਪਟ ਹੈ, ਉਹ ਬਹੁਤ ਸੇ ਜਗ੍ਹਾ ਜਗ੍ਹਾ ਸੇ ਇਨਫੋਰਮੇਸ਼ਨ ਕੋ ਮਿਸਕੁਇਟ ਕਰਤੇ ਹੈ, ਔਰ ਬੋਲਤੇ ਹੈ ਕਿ ਯੀਸ਼ਾ ਮਸੀਹ ਹੈ ਜੋ ਜੀਸਸ ਕ੍ਰਾਈਸਟ ਹੈ, ਉਹ ਬਾਹਰ ਕਾ ਗੋਰੋਂ ਕਾ ਪਰਮੇਸ਼ਵਰ, ਇਹ ਵਟਸਐਪ ਯੂਨੀਵਰਸਿਟੀ ਕੀ ਇਨਫੋਰਮੇਸ਼ਨ ਹੈ ਸਾਰੀ, ਬਾਹਰ ਕਾਲੇ ਕਾ ਪਰਮੇਸ਼ਵਰ, ਗੋਰੇ ਕਾ ਪਰਮੇਸ਼ਵਰ, ਇਸ ਤਰ੍ਹਾਂ ਸੇ ਵੋ ਲੋਕ ਬਾਤ ਕਰਤੇ ਹੈ, ਲੇਕਿਨ ਐਸਾ ਨਹੀਂ ਹੈ, ਕਿਉਂਕਿ ਈਸਾ ਮਸੀਹ ਕਾ ਜਨਮ, ਜੀਸਸ ਕ੍ਰਾਈਸਟ ਕਾ ਜਨਮ ਏਸ਼ੀਆ ਮੇਂ ਹੁਆ, ਅਬ ਇੰਡੀਆ ਕਿਸ ਮੇਂ, ਏਸ਼ੀਆ ਮੇਂ, ਤੋ ਇਹ ਮੈਂ ਆਪ ਸਭ ਕੋ ਮੈਸੇਜ ਦੇਣਾ ਚਾਹਤਾ ਹੂੰ ਜੋ ਲੋਕ ਦੇਖ ਰਹੇ ਹੈ ਕਿ ਯੀਸ਼ੂ ਮਸੀਹ ਗੋਰੋ ਕਾ ਪਰਮੇਸ਼ਵਰ ਨਹੀਂ ਹੈ, ਯੀਸ਼ੂ ਮਸੀਹ ਧਰਮ ਪਰਿਵਰਤਨ, ਜਾਤ ਪਰਿਵਰਤਨ ਕਰਨ ਕੇ ਲਈ ਨਹੀਂ ਆਇਆ ਹੈ, ਔਰ ਬਹੁਤ ਸੇ ਲੋਕ ਐਸੇ ਬੋਲਤੇ ਕਿ ਧਰਮ ਪਰਿਵਰਤਨ ਹੋਤਾ ਹੈ, ਇਨਕਾ ਇਨਕੋ ਜਬਰਨ ਕਰਾਇਆ ਜਾਤਾ ਹੈ, ਐਂਡ
उनको राइस बैग दिए जाते हैं, ये भी एक बहुत बड़ा मैंने बैग वाला मुद्दा बहुत भाई कमेंट च पढ़ लिए कि राइस बैग देंगे दो किलो राइस वाले दो, यदा मतलब दसो कि की हिस्ट्री है पिछले राइस बैग। जो तुम राइस बैग कहने ये समझते हैं कि तुहाडा समाज इन्ना गिरिया होया कि चौलों की बोरी उत्ते विक जाता, मतलब तुम कह रहे हो ताडी कम्यूनिटी नूं तुसी टारगेट कर रहे हो, बदनाम कर रहे हो कि साडी कम्यूनिटी इन्नी गिरी हुई आ कि असीं चंद पैसों लई विक जांदे आ, मतलब इहो जिहे बंदिआं नूं भी शर्म आनी चाहीदी आ। ते इक बड़ी ना वैसे ये बड़ी हैरानीजनक गल आ कि अज जे पे पुत नूं भी कहे ना कि काका मोटरसाइकिल नहीं दवाना तैनूं, तो कहिंदा कोई गल नहीं पापा तैनूं दसूंगा मैं, है ना। तुसीं इह कहिंदे पे कि तुसीं पैसे दे के बंदा क्रिश्चन बनाता तो मुड़ के उह बदलिया ही नहीं, मतलब तुम उन्होंने की ऐसा करता बंदे नूं कि तुम उन्होंने एक बार खरीद पैसे दे के तुम किसी को कम करवा लो। एक्चुअली राष्ट्र ढाडा आ, पंजाब ढाडा आ, तुहाडे को साडे नालों ज़्यादा पैसा है, तुम साडे नालों दस गुणा ज़्यादा दे के देख लो जो वापस आते हैं तो बिल्कुल नहीं दे। तुम एक्चुअल कहिंदे जी ये बंदिआं नूं पैसे देंदे, न्यूज़ सर्वे होया जी, एक BBC दी भी एक चलन दी उन्होंने बनाई एक डॉक्यूमेंट्री ना कि लोगों को कुछ लोग हमें 8,000 रुपया दे दिया, हमने 10,000 रुपया दे दिया। एक्चुअल में मसला यही है कि प्रभु यीशु मसीह एशिया का, वैसे भी कोई भी तुम कहना हिंदी पंजाबी मिक्स करी जाते, मतलब ये जिहड़ा परमेश्वर प्रभु यीशु मसीह वो एशिया दे विच पैदा होए तो समूह मानव जाति लिए पैदा होए, बाइबल दसदी है। कोई भी पीर पैगंबर मैं कहना चलो जो पंजाब दे विच गल करिए अही अपने देवी देवते जिन्होंने लोग मनते हैं उन्होंने तुम एक पर्टिकुलर कम्यूनिटी के नाल बन के रख सकते, फॉरन दे विच जाओ तुम वह पा के सैफरन क्लोथ है ना भगवे कपड़े पा के उत्थे जाप करते पार्कों के करते सड़कों के उत्ते करते, लोग उन्होंने इनफ्लुएंस होकर लोग उन्होंने ज्वाइन करते उन्होंने आश्रमों से जाते हैं। भाई अपने इंडिया से ही है कोई पंडित जी करके तो वह फॉरनर आ इंग्लैंड का है तो इस टाइम वो पता नहीं किन्नी पिछे वो दरबार से लोग आते हैं, मतलब 10-20 हज़ार नहीं करते आप विरोध कर रहे बिल्कुल कोई नहीं सानू किसी रिलीजन तो कोई एक्सपैंड हों को वादा पै। हूँ तुम देखो कि अदर रिलीजन साढ़े सिख वीर ने बड़िया मल्ला मारियां, फॉरन शायद ही कोई कंट्री होगी जिद गुरुद्वारा साहब ना हो, बड़ी अच्छी गल। और ज़्यादातर फॉरन कंट्री में आप देखोगे मसीहत है वहाँ पर, तो अगर बाहर के लोग आकर सिख लोग और हिंदू लोग और मुस्लिम लोग अपने धर्म को धर्म का अभ्यास करते प्रैक्टिस करते कभी भी कोई मसीह व्यक्ति इस बात पर आपत्ति नहीं उठाता, क्यों? क्योंकि बाइबल में लिखा है कि परमेश्वर के लोग जीसस क्राइस्ट के फॉलोवर जो है वो दूसरों से प्यार करने वाले हैं, वो यही लेसन सबको देते हैं कि दूसरों से प्यार करो। तो ये एक सबूत भी है कि बाहर कंट्रीज़ में जो बाहर कंट्रीज़ हैं कितने क्रिश्चियन कंट्रीज़ हैं कभी भी उन्होंने किसी धर्म को अभ्यास करने के लिए उनके फेथ को प्रैक्टिस करने के लिए कभी भी नहीं रोका, क्योंकि उनको मानव जाति के प्रति प्यार है। क्योंकि जो ईसा मसीह ने सुनाया, जो जीसस क्राइस्ट ने मैसेज दिया कि तुम एक दूसरे से प्रेम करो, इस तरह से उनको उन्होंने मैसेज दिया अपलिफ्ट करो एक दूसरे को ब्लेस करो ना, मतलब ये बाइबल की टीचिंग आ उदे करके फॉरन दे विच कोई तुहाडा विरोध नहीं करता पे। तो एक वड्डी गल मतलब फॉरन दे विच मजोरिटी जिहड़े बिग गुरुद्वारा साहब हैगे आ या मंदिर हैगे आ उन्होंने जिहड़ियां जगावां वा वह उत्थे दी ब्रिटिश या उत्थे दी जिहड़ी भी गोरियां दी कह लो ये क्योंकि ईजी समझदे गोरियां दी सरकार ने वो दित्ती है तो वह मतलब लोग इन्ने दानियां। तो ये किहदा कॉन्सैप्ट आ बाइबल का, बाइबल दे विच एक चीज़ लिखी आ प्रभु यीशु मसीह ने जो यहोवा परमेश्वर ने इजराइलियां नूं हिदायतां दित्तियां ना कि तुसीं की करना की नहीं करना, लिखिया कि तुसीं खेतां दे नाल नाल दाणे छड्ड दिओ ताकि जिहड़े गरीब तबके दे लोग आ खा सकन। तो पंजाब दे विच भी लोग करदे रहे, हालांकि भावें लोकी कहण असीं बाइबल नूं नहीं जाणदे पर बाइबल का कॉन्सैप्ट आ, बाइबल दे विच कई हज़ार साल पहला लिखा गया। फिर उहदे विच एक गल लिखी यहोवा परमेश्वर ने इजराइलियां नूं कहा कि तुसीं शरणार्थियों नूं, बाइबल च बड़ा टिपिकल वर्ड लिखिया कि अपने जम्मे होयां दे समान अधिकार देना,
ਵਟ ਇਟ ਮੀਨਸ ਕਿ ਜੋ ਤੁਹਾਡਾ ਇੱਥੇ ਦਾ ਬੋਰਨ ਰਾਈਟ ਰੱਖਦਾ ਨਾ, ਜੇ ਮੰਨ ਲਓ ਤੁਸੀਂ ਇੱਥੋਂ ਇੰਗਲੈਂਡ ਚਲ ਗਏ, ਤੁਸੀਂ ਹਸਬੈਂਡ ਵਾਈਫ ਹੋ, ਤੁਹਾਡੇ ਉੱਥੇ ਬੱਚਾ ਬੋਰਨ ਹੋਇਆ, ਉਹਨੂੰ ਉਹੀ ਰਾਈਟ ਹੋਊਗੇ ਜਿਹੜੇ ਉੱਥੇ ਦੇ ਇੱਕ ਗੋਰੇ ਨੂੰ ਹੋਣਗੇ ਜਾਂ ਇੰਗਲੈਂਡ ਦੇ ਬੰਦੇ ਨੂੰ ਜਾਂ ਕੈਨੇਡਾ ਦੇ ਬੰਦੇ ਨੂੰ ਹੋਣਗੇ, ਉਹੀ ਰਾਈਟਸ ਉਸ ਬੱਚੇ ਨੂੰ ਮਿਲਣਗੇ। ਅਤੇ ਜੇ ਤੁਸੀਂ ਸ਼ਰਨਾਰਥੀ ਹੋ ਗਏ, ਉੱਥੇ ਚੱਲ ਵੀ ਗਏ, ਤੁਹਾਡਾ ਬੇਬੀ ਪਲਾਨ ਕਰਨ ਦਾ ਕੋਈ ਹੈ ਨਹੀਂ, ਜਾਂ ਤੁਸੀਂ ਫੈਮਿਲੀ ਆਲਰੇਡੀ ਹੈਗੇ ਹੋ, ਤੁਸੀਂ ਜੇ ਉੱਥੇ PR ਹੋਗੇ, ਤੁਹਾਨੂੰ ਸੇਮ ਰਾਈਟ ਮਿਲਣਗੇ ਜਿਹੜੇ ਉੱਥੇ ਦੇ ਬੋਰਨ ਨੂੰ ਹੋਣਗੇ। ਲੋਕ ਅੱਜ PR ਹੁੰਦੇ ਪਏ ਆ, ਪਰਮਾਨੈਂਟ ਰੈਜ਼ੀਡੈਂਸ ਹੁੰਦੇ ਪਏ, ਉੱਥੇ ਦੇ ਪਾਸਪੋਰਟਸ ਬਣਵਾਉਂਦੇ ਪਏ, ਉੱਥੇ ਬਾਈਬਲ ਦੇ ਅਕੋਰਡਿੰਗ ਉਹ ਚੱਲਦੇ ਆ। ਹੁਣ ਇਹੀ ਚੀਜ਼ ਤੁਸੀਂ ਡਬਈ ਚਲ ਜਾਓ, 20 ਸਾਲ ਕੰਮ ਕਰ ਲਓ, 50 ਸਾਲ ਕੰਮ ਕਰ ਲਓ, ਤੁਹਾਨੂੰ ਪੱਕਾ ਨਹੀਂ ਕਰਦੇ ਹੋ, ਕਿਉਂਕਿ ਉਹ ਆਪਣੇ ਰਿਲੀਜਨ ਦੇ ਅਕੋਰਡਿੰਗ ਚੱਲਦੇ ਆ। ਤੁਸੀਂ ਕਿਸੇ ਵੀ ਮੁਸਲਿਮ ਕੰਟਰੀ ਦੇ ਵਿੱਚ ਚਲ ਜਾਓ, ਉਹਨਾਂ ਕੋਲ ਇਹ ਕੰਸੈਪਟ, ਕਿਸੇ ਮੁਸਲਿਮ ਦੇ ਵਿਰੋਧ 'ਚ ਨਹੀਂ ਹੈਗੇ, ਪਰ ਆਪਾਂ ਜਸਟ ਕੰਟਰੀ ਦਾ ਜਿਹੜਾ ਕੰਸੈਪਟ ਆ ਉਹ ਦੱਸ ਰਹੇ ਹਾਂ, ਅਸੀਂ ਦੱਸ ਰਹੇ ਕਿ ਜਿਹੜੇ ਲੋਕ ਬਾਈਬਲ ਦੇ ਉੱਤੇ ਜਿਹੜੇ ਮੁਲਕ ਆਧਾਰਿਤ ਨੇ ਉਹ ਕਿੱਦਾਂ ਚੱਲਦੇ। ਰਹੀ ਗੱਲ ਲੋਕ ਉਹ ਸਿਨੈਰੀਓ ਸਮਝ ਮੇ ਆਉਣਾ ਚਾਹੀਦਾ, ਇਸ ਲਈ ਕੰਟਰੀਜ਼ ਕੋ ਹਮ ਕੋਟ ਕਰ ਰਹੇ ਹਾਂ ਰੂਲਸ। ਜੀ, ਰਹੀ ਗੱਲ ਕਿਸੇ ਦੂਸਰੇ ਧਰਮ ਨੂੰ ਮਾੜਾ ਚੰਗਾ ਕਹਿਣਾ, ਮੈਂ ਕਿਸੇ ਧਰਮ ਦੇ ਬਾਰੇ ਜਦ ਜਾਣਦਾ ਹੀ ਨਹੀਂ, ਮੈਨੂੰ ਮਾੜਾ ਕਿੱਦਾਂ ਕਹਿ ਦਾਂਗਾ। ਹੁਣ ਜੇ ਮੰਨ ਲਓ ਬਾਈਬਲ ਮੇਰੀ ਕਹਿੰਦੀ ਹੈ ਤੂੰ ਮੂਰਤੀ ਦੀ ਪੂਜਾ ਨਹੀਂ ਕਰਨੀ, ਹੁਣ ਇੱਕ ਬੰਦੇ ਨੇ ਆਪਣੇ ਘਰੇ ਮੂਰਤੀ ਰੱਖ ਕੇ ਬੈਠੀ, ਮੈਂ ਉਹਦੇ ਘਰੇ ਰੈਂਟ ਦੇ ਉੱਤੇ ਰਹਿਣ ਡਿਆ ਜਾਂ ਉਹ ਮੇਰੇ ਘਰੇ ਰੈਂਟ ਦੇ ਉੱਤੇ ਰਹਿਣ ਡਿਆ, ਮੈਂ ਉਹਨੂੰ ਕਹਿ ਨਹੀਂ ਸਕਦਾ ਭਾਈ ਤੂੰ ਨਹੀਂ ਕਰਨਾ, ਉਹਦੇ ਧਰਮ ਦੀ ਪ੍ਰੈਕਟਿਸ ਆ ਯਾਰ, ਅਤੇ ਉਹਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ। ਵੱਡੀ ਗੱਲ ਜਦੋਂ ਕਾਬੁਲ ਦੇ ਵਿੱਚ, ਜਦੋਂ ਸਾਡੀ ਆਰਮੀ ਸੀਗੀ ਨਾ ਗੋਰਿਆਂ ਦੇ ਟਾਈਮ ਦੇ ਉੱਤੇ, ਕਾਬੁਲ ਦੇ ਵਿੱਚ ਸਿੱਖ ਕਮਿਊਨਿਟੀ ਦੇ ਮਤਲਬ ਕਿ ਕਹਿ ਲਓ ਸਿੱਖ ਰੈਜੀਮੈਂਟ ਉੱਥੇ ਜ਼ਿਆਦਾ ਸੀਗੀ, ਸਿੱਖ ਫੌਜੀ ਜ਼ਿਆਦਾ ਸੀਗੇ, ਉਹ ਕਹਿੰਦੇ ਅਸੀਂ ਤਾਂ ਆ ਗਏ ਪਰ ਸਾਡੇ ਗੁਰੂ ਸਾਹਿਬ ਨਹੀਂ ਆਏ ਸਾਡੇ ਨਾਲ, ਕਹਿੰਦੇ ਸਾਨੂੰ ਇੱਥੇ ਗੁਰਦੁਆਰਾ ਬਣਾਉਣਾ ਵਾ। ਉਹ ਕਹਿੰਦੇ ਕੋਈ ਚੱਕਰ ਨਹੀਂ, ਕਾਬੁਲ ਦੇ ਵਿੱਚ ਗੁਰਦੁਆਰਾ ਬਣਾ, ਕਾਬੁਲ ਦੇ ਗੁਰਦੁਆਰੇ ਦੀ ਹਿਸਟਰੀ ਹੈ, ਉੱਥੇ ਕ੍ਰਿਸ਼ਚਨ ਲੋਕਾਂ ਨੇ ਨਾਲ ਲੱਗ ਕੇ ਉਹਨਾਂ ਨਾਲ ਗੁਰਦੁਆਰਾ ਸਾਹਿਬ ਬਣਵਾਇਆ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ, ਅਤੇ ਉਹਨਾਂ ਨੇ ਉੱਥੇ ਉਹ ਸਾਰੀਆਂ ਚੀਜ਼ਾਂ ਫੋਲੋ ਕਰਨੀਆਂ ਸ਼ੁਰੂ ਕੀਤੀਆਂ। ਜੇ ਮੈਂ ਗਲਤ ਹਾਂ ਤਾਂ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ, ਅਤੇ ਕਾਬੁਲ ਦੀ ਹਿਸਟਰੀ ਜ਼ਰੂਰ ਪੜ੍ਹਨਾ ਉਹ ਕਿੱਦਾਂ ਉੱਥੇ ਗੁਰਦੁਆਰਾ ਸਾਹਿਬ ਬਣਿਆ। ਇੱਕ ਸਿੱਖ ਵੀਰ ਆ ਕੋਈ, ਉਹਨਾਂ ਦੀ ਨਾ ਭਾਈ ਅੰਮ੍ਰਿਤਪਾਲ ਦੇ ਟਾਈਮ 'ਤੇ ਬੜੀਆਂ ਵੀਡੀਓਜ਼ ਵਾਇਰਲ ਹੋਈਆਂ ਸੀ, ਵੇਰੋਵਾਲ ਕੋਈ ਸ਼ਾਇਦ ਕਰਕੇ ਨਾ ਨਾਮ ਆ, ਭਰਾ ਦਾ ਸਿੰਘ ਭਰਾ ਉਹ ਮੇਰੇ ਖਿਆਲ ਨਾਲ ਇਹ ਇਟਲੀ ਦੇ ਵਿੱਚ ਨੇ, ਉਹ ਕਹਿੰਦੇ ਮੈਂ ਤੁਹਾਨੂੰ ਆਪਣੇ ਇੱਕ ਕਹਿੰਦੇ ਜ਼ਿੰਦਗੀ ਦਾ ਐਕਸਪੀਰੀਅੰਸ ਦੱਸਦਾ ਵਾਂ ਕਿ ਜੇ ਇਟਲੀ ਆਉਣਾ, ਫਰਾਂਸ ਆਉਣਾ ਜਾਂ ਕਿਸੇ ਇਹੋ ਜਿਹੀ ਕੰਟਰੀ ਦੇ ਵਿੱਚ ਆਉਣਾ ਜਿੱਥੇ ਪੰਜਾਬੀ ਲੋਕ ਤੁਹਾਡੇ ਨਾਲ ਰਹਿੰਦੇ, ਤਾਂ ਜ਼ਿੰਦਗੀ 'ਚ ਕਦੀ ਪੰਜਾਬੀ ਦੇ ਨੀਚੇ ਕੰਮ ਨਾ ਕਰਿਓ, ਪੰਜਾਬੀ ਦੇ ਕਹਿੰਦੇ ਅੰਡਰ ਰਹਿ ਕੇ ਕੰਮ ਨਾ ਕਰੋ, ਤੁਹਾਨੂੰ ਕਦੀ ਪੱਕਾ ਨਹੀਂ ਹੋਣ ਦੇਊਗਾ। ਜੇ ਕੰਮ ਕਰਨਾ ਕਿਸੇ ਗੋਰੇ ਦੇ ਅੰਡਰ ਕਰੋ, ਉਹ ਬੰਦਾ ਤੁਹਾਨੂੰ ਜਲਦੀ ਪੱਕਾ ਕਰਾਊਗਾ, ਉਹਨਾਂ ਦੇ ਹਾਰਟ ਇੰਨੇ ਪਿਓਰ ਆ, ਅਤੇ ਕਹਿੰਦੇ ਕਦੀ ਤੁਹਾਡਾ ਪੈਸਾ ਨਹੀਂ ਮਾਰੂਗਾ। ਇਹ ਉਸ ਵੀਰ ਨੇ ਵੀਡੀਓ 'ਚ ਕਲੇਮ ਕੀਤਾ। ਅੱਛਾ, ਮਤਲਬ ਤੁਹਾਡੇ ਆਪਣੀ ਜਿਹੜੀ ਸਟੇਟ ਦੇ ਬੰਦੇ, ਦੇਸ਼ ਦੇ ਬੰਦੇ, ਉਹ ਤੁਹਾਡਾ ਪੈਸਾ ਮਾਰ ਲੈਣਗੇ? ਹਾਂ, ਉਹਨਾਂ ਨੂੰ ਪਤਾ। ਕਹਿੰਦੇ ਜਿਹੜੇ ਮੈਂ ਕਹਿੰਦਾ ਜਿਹੜੇ ਫੋਰਨ ਦੇ ਵਿੱਚ ਬੈਠੇ ਪੰਜਾਬੀ, ਜ਼ਰੂਰ ਇਸ ਚੀਜ਼ ਨੂੰ ਦੱਸਣੇ ਸੱਚਾਈ ਕਿੰਨੀ ਆ। ਕਹਿੰਦੇ ਪੰਜਾਬੀ ਪੰਜਾਬੀ ਦੀਆਂ ਲੱਤਾਂ ਖਿੱਚਦਾ, ਇੱਥੇ ਤੁਹਾਨੂੰ ਅੱਗੇ ਨਹੀਂ ਵਧਣ ਦਿੱਤਾ ਜਾਊਗਾ। ਤੁਸੀਂ ਕਿਸੇ ਅੰਗਰੇਜ਼ ਕੋਲ ਚਲ ਜਾਓ, ਉਹ ਬੰਦਾ ਤੁਹਾਨੂੰ ਪੱਕਾ ਕਰ ਦੂਗਾ, ਉਹ ਬੰਦਾ ਤੁਹਾਡੇ ਲਈ ਪੂਰੇ ਪੇਪਰ ਦਊਗਾ, ਉਹ ਬੰਦਾ ਤੁਹਾਡਾ ਰਿਗਾਰਡ ਕਰੂਗਾ, ਰਿਸਪੈਕਟ ਕਰੂਗਾ, ਤੁਹਾਨੂੰ ਕਦੀ ਡਾਊਨ ਨਹੀਂ ਕਰੂਗਾ, ਬੇਇੱਜ਼ਤ ਨਹੀਂ ਕਰੂਗਾ। ਇਸ ਤੋਂ ਭਾਈ ਫਿਰ ਇਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜੇ ਆਪਾਂ ਕ੍ਰਿਸਚਨਾਂ ਨਾਲ ਇੰਡੀਆ 'ਚ ਵੀ ਮਿਲ ਕੇ ਚੱਲੀਏ ਤਾਂ ਸਾਡਾ ਕਿੰਨੇ ਜਿਹੜੇ ਕੰਮ ਆ ਸਾਡੇ ਸਵਰ ਜਾਣੇ ਆ। ਇੱਕ ਸਟੇਟ ਆ ਸਾਡੇ ਇੰਡੀਆ ਦੀ, ਮਿਜ਼ੋਰਮ, ਉੱਥੇ ਮੈਜੋਰਿਟੀ ਲੋਕ ਕ੍ਰਿਸਚੈਨਿਟੀ ਨੂੰ ਫੋਲੋ ਕਰਦੇ, ਪ੍ਰਭੂ ਯਿਸੂ ਮਸੀਹ ਨੂੰ ਫੋਲੋ ਕਰਦੇ। ਉੱਥੇ ਕਾਰਟਸ ਬਣੀਆਂ ਇਹੋ ਜਿਹੀਆਂ, ਠੇਲੇ ਬਣੇ, ਦੁਕਾਨਾਂ ਬਣੀਆਂ ਜਿੱਥੇ ਵੈਂਡਰੀਆਂ ਨਹੀਂ, ਮਤਲਬ ਦੁਕਾਨਦਾਰੀਆਂ ਨਹੀਂ, ਕੇਲੇ ਪਏ ਆ, ਪੈਸੇ ਪਾ ਦਿਓ, ਦੇਖਿਆ ਨਾ ਵੀਡੀਓ, ਪੈਸੇ ਪਾ ਦਿਓ, ਉਹ ਕਿਉਂ? ਕ੍ਰਿਸਚਨ ਲੋਕ ਆ ਉੱਥੇ, ਇਮਾਨਦਾਰੀ, ਬਾਈਬਲ ਦੇ ਸਿਧਾਂਤ ਜਿਹੜੇ ਉਹਨਾਂ 'ਤੇ ਚੱਲਦੇ ਨੇ ਉਹ, ਬਿਲਕੁਲ। ਅਤੇ ਇੱਥੇ ਤੁਸੀਂ ਰਾਤੀ ਮੋਟਰਸਾਈਕਲ ਖੜਾ ਕਰ ਜਾਓ, ਸਵੇਰ ਨੂੰ ਗਾਇਬ ਹੋ ਜਾਂਦਾ ਉਹ ਇੱਥੇ, ਕਿਉਂਕਿ ਇੱਥੇ ਇਸ ਵਿੱਚ ਘੜਮ ਚੌਧਰੀ ਬੜੇ ਆ ਨਾ, ਜਿਹੜੇ ਕਿ ਦੱਸਦੇ ਕਿ ਦੂਜਾ ਧਰਮ ਮਾੜਾ ਵਾ, ਕ੍ਰਿਸਚਨ ਨੇ ਬਣਨਾ, ਨਾ 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 ਲੈ ਜਾਣਗੇ ਤੁਹਾਨੂੰ, ਮੁੜ ਕੇ ਮੋੜ ਨਹੀਂ। ਤੁਸੀਂ ਦੇਖੋ ਕਈ ਕਮਿਊਨਿਟੀਜ਼ ਹੈਗੀਆਂ ਵਾ ਜਿਨ੍ਹਾਂ ਨੇ ਇਹਨਾਂ ਨੂੰ ਕਿਹਾ, ਇਹਨਾਂ 'ਤੇ ਇਲਜ਼ਾਮ ਲੱਗਾ ਸਾਡੇ ਸਿੱਖ ਵੀਰਾਂ 'ਤੇ ਨਾ, ਮਤਲਬ ਇਹ ਬੜਾ ਦੌਰ ਮਾੜਾ ਗਿਆ ਬੀਤੇ ਸਾਲਾਂ ਦਾ, ਸਿੱਖ ਲੋਕਾਂ 'ਤੇ ਇਹਨਾਂ ਨੂੰ ਟੈਰਰਿਸਟ ਕਿਹਾ ਗਿਆ, ਕਈ ਕੁਝ ਕਿਹਾ ਗਿਆ। ਹਾਲਾਂਕਿ ਬੜੇ ਮਿਹਨਤੀ, ਹੈਲਪਫੁੱਲ ਅਤੇ ਪਿਓਰ ਹਾਰਟਡ ਲੋਕ ਨੇ ਪੰਜਾਬੀ, ਹੈ ਨਾ, ਸਿੱਖ ਲੋਕ, ਹੈ ਨਾ, ਅਤੇ ਲੋਕਾਂ ਦੀ ਮਦਦ ਕਰਨ ਵਾਲੇ, ਕਿਤੇ ਹੋਵੇ ਤਾਂ ਲੈ ਕੇ ਲੰਗਰ ਸਮਾਨ ਪਹੁੰਚ ਜਾਂਦੇ ਕਿ ਅਸੀਂ ਹੈਲਪ ਕਰਾਂਗੇ ਉਸ ਟ੍ਰੈਜਿਡੀ 'ਚ, ਹੈ ਨਾ। ਅਤੇ ਉੱਥੇ ਹੁੰਦਾ ਕੀ ਆ, ਉਹ ਜਦੋਂ ਲੋਕਾਂ 'ਤੇ ਠੱਪਾ ਲਾ ਦਿੰਦੇ ਨੇ ਟੈਰਰਿਸਟ ਦਾ,
ਅਤੇ ਕ੍ਰਿਸਚਨ ਕੰਟਰੀਆਂ ਬਾਹਾਂ ਖੋਲ੍ਹ ਕੇ ਕਹਿੰਦੀਆਂ ਆ ਜਾਓ ਅਸੀਂ ਪੱਕਿਆਂ ਕਰਦੇ ਹਾਂ ਤੁਹਾਨੂੰ, ਰਿਫਿਊਜੀ ਸਟੇਟਸ ਦਿੰਦੇ ਹਾਂ ਤੁਹਾਨੂੰ, ਤੁਹਾਨੂੰ ਇੱਥੇ ਦੇ ਵਸਨੀਕ ਦਾ ਸਟੇਟਸ ਦਿੰਦੇ ਹਾਂ, ਅਤੇ ਅੱਜ ਅਸੀਂ ਉਹਨਾਂ ਦੇਸ਼ਾਂ ਤੋਂ ਕਾਮਯਾਬ ਹੋ ਕੇ ਆਪਣੇ ਇੰਡੀਆ 'ਚ ਬੈਠੇ ਪਰਿਵਾਰਾਂ ਨੂੰ ਪਾਲ ਕੇ ਇਹਨਾਂ ਨੂੰ ਉੱਥੇ ਲਿਜਾ ਕੇ ਸੈਟਲ ਕਰਕੇ, ਤਾਂ ਉਸੇ ਕਮਿਊਨਿਟੀ ਨੂੰ ਮਾੜਾ ਕਹਿੰਦੇ, ਤਾਂ ਵੇਹੇ 'ਚ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਬੰਦੇ। ਉਦਾਸੀ ਭਾਈ ਸਾਹਿਬ ਵੀ ਇਹੀ ਕਹਿੰਦੇ ਪਏ ਕਿ ਮੈਂ USA 'ਤੇ ਆਪਣਾ ਪਰਿਵਾਰ ਛੱਡ ਕੇ ਆਇਆ ਸਿਰਫ ਇਸ ਕਰਕੇ ਕਿ ਮੈਂ ਇੱਥੇ ਪਾਸਟਰਾਂ ਨੂੰ ਜਿਹੜਾ ਸਬਕ ਸਿਖਾ ਸਕਾਂ, ਉਹਨਾਂ ਦੇ ਖਿਲਾਫ਼ ਇਹ ਕਰ ਸਕਾਂ। ਮਤਲਬ ਉਹ ਲੋਕ ਇੰਨੇ ਕ੍ਰਿਸਚਨ ਲੋਕ ਇੰਨੇ ਜੈਨੂਅਨ ਆ, ਇੰਨੇ ਅੱਛੇ ਆ, ਕਿਉਂਕਿ ਸਾਡੇ ਪਰਮੇਸ਼ੁਰ ਦੀ ਸਿੱਖਿਆ ਇਹ। ਇੰਡੀਆ ਮੈਂ ਵੀ ਵੈਸੇ ਬਹੁਤ ਸੇ ਐਸੇ ਲੋਕ ਹੈ ਜੋ ਅੱਛੇ ਹੈ ਜੋ ਕ੍ਰਿਸਚਨਸ ਕੋ ਸਪੋਰਟ ਕਰਤੇ ਹੈ, ਲੇਕਿਨ ਬਹੁਤ ਸੇ ਐਸੇ ਵੀ ਹੈ ਜੋ ਕ੍ਰਿਸਚਨਸ ਮੇਂ ਹੇਟ ਸਪੀਚ ਦੇਤੇ ਹੈ, ਕ੍ਰਿਸਚਨਸ ਕੋ ਬੁਰਾ ਕਹਿਤੇ ਹੈ, ਕ੍ਰਿਸਚਨਸ ਕੋ ਮਤਲਬ ਉਨਕੋ ਬੁਰੀ ਨਜ਼ਰ ਸੇ ਦੇਖਤੇ ਹੈ। ਤੋ ਵਹੀ ਲੋਕ ਕਿਆ ਹੈ, ਉਨਕੇ ਅੰਦਰ ਧਰਮ ਕਾ ਕੰਪਟੀਸ਼ਨ ਹੈ, ਇੰਡੀਆ ਕੇ ਅੰਦਰ ਹਮਾਰਾ ਬਹੁਤ ਕੰਪਟੀਸ਼ਨ ਹੈ। ਇੱਕ ਨਿਊਜ਼ ਇੰਟਰਵਿਊ ਮੈਂ ਇੱਕ ਨਿਊਜ਼ ਰੂਮ ਮੇਂ ਗਏ, ਕਨ੍ਹੱਈਆ ਮਿੱਤਲ ਹਿੰਦੂ ਧਰਮ ਕੇ ਵੋ ਗਾਇਕ ਹੈ, ਤੋ ਉਹਨਾਂ ਕਿਹਾ ਮੈਂ ਲਾਈਫ ਮੇਂ ਕਭੀ ਚਰਚ ਨਹੀਂ ਜਾਊਂਗਾ, ਕਹਿੰਦੇ ਮੈਂ ਗੁਰਦੁਆਰਾ ਸਾਹਿਬ ਚਲਾ ਜਾਊਂਗਾ, ਮੈਂ ਚਰਚ ਮੇਂ ਨਹੀਂ ਜਾਊਂਗਾ, ਕਿਉਂਕਿ ਹਮਾਰੇ ਰਿਚੁਅਲਸ ਸਿੱਖ ਲੋਕੋ ਕੇ ਸਾਥ ਮਿਲਤੇ ਹੈਂ, ਚਰਚ ਮੇਂ ਹਮਾਰੇ ਰਿਚੁਅਲ ਨਹੀਂ ਮਿਲਤੇ, ਮੈਂ ਨਹੀਂ ਜਾਊਂਗਾ। ਤੋ ਕ੍ਰਿਸੀ ਕ੍ਰਿਸਚਨ ਨੇ ਕੁਛ ਨਹੀਂ ਕਿਹਾ ਕਿ ਨਾ ਆ ਜਾ ਬਾਈ, ਤੇਰੇ ਕੋ ਕੌਣ ਬੁਲਾ ਰਿਹਾ, ਤੂੰ ਆਪਣੇ ਧਰਮ ਕੀ ਪ੍ਰੈਕਟਿਸ ਕਰਨਾ ਚਾਹਤਾ ਹੈ ਕਰ ਬਾਈ, ਕਿਸੀ ਕੋਈ ਪ੍ਰੋਬਲਮ ਨਹੀਂ ਹੈ, ਹੈ ਨਾ। ਹਰ ਇੱਕ ਬੰਦਾ ਆਪਣੇ ਧਰਮ ਕੀ ਆਪਣੇ ਤਰੀਕੇ ਸੇ ਪ੍ਰੈਕਟਿਸ ਕਰੇ, ਤੋ ਕਿਸੀ ਕੋਈ ਪ੍ਰੋਬਲਮ ਨਹੀਂ, ਮਗਰ ਇਸ ਬਾਤ ਕੀ ਅਗਰ ਹਮ ਜੈਲਸੀ ਕਰੇ ਕਿ ਯੇ ਕਿਉਂ ਬੜ ਰਹੇ ਹੈਂ, ਇਸਕੀ ਸ਼ਰਟ ਮੇਰੀ ਸ਼ਰਟ ਸੇ ਸਫੇਦ ਕਿਉਂ ਹੈ, ਤੋ ਵੋ ਗਲਤ ਹੈ। ਯੇ ਹੈ ਲੋਗੋ ਕੇ ਅੰਦਰ, ਲੋਗੋ ਕੇ ਅੰਦਰ ਜਲੇਸੀ ਹੈ ਐਕਚੁਅਲੀ, ਲੋਗ ਜਲਨ ਕਰਤੇ ਹੈ ਕਿ ਯੇ ਧਰਮ ਕਿਉਂ ਆਗੇ ਬੜ ਰਹਾ ਹੈ, ਇਨਕੇ ਬੱਚੇ ਅੱਛੇ ਸਕੂਲ ਮੇਂ ਕਿਉਂ ਜਾ ਰਹੇ ਹੈਂ, ਯੇ ਅੱਛਾ ਕਿਉਂ ਖਾ ਰਹੇ ਹੈਂ, ਥੋੜਾ ਸਾ ਯੇ ਵੀ ਕਨਸੈਪਟ ਹੈ ਨਾ ਦਿਮਾਗ ਮੇਂ ਲੋਗ ਕੇ ਰਹਤਾ ਹੈ, ਕਿਉਂਕਿ ਲੈਕ ਆਫ ਐਜੂਕੇਸ਼ਨ, ਐਸਾ ਹਮ ਬੋਲ ਸਕਤੇ ਹੈ। ਇੱਥੇ ਚਲੋ ਗੱਲ ਮੈਨੂੰ ਯਾਦ ਆਈ, ਜਿਹੜੇ ਭਾਈ ਗੁਰਪ੍ਰੀਤ ਜੀ ਗੱਲ ਕਰ ਰਹੇ, ਬਾਬਾ ਗੁਰਪ੍ਰੀਤ ਜੀ ਹੈ ਨਾ ਜੋ ਵੀ ਹੈ, ਚਲੋ ਜਿਸ ਵੀ ਸ਼ਬਦ ਨਾਲ ਤੁਹਾਨੂੰ ਸਤਿਕਾਰ ਮਿਲਦਾ ਬਾਬਾ ਗੁਰਪ੍ਰੀਤ ਸਿੰਘ ਜੀ ਜਾਂ ਭਾਈ ਗੁਰਪ੍ਰੀਤ ਸਿੰਘ ਜੀ, ਮਤਲਬ ਉਹ ਜਿੱਦਾਂ ਵੀ ਕਹਿ ਰਹੇ, ਫਿਰ ਇੰਨੇ ਤੁਹਾਨੂੰ ਜੇ ਪੰਜਾਬ ਦਾ ਇੰਨਾ ਮੋਹ ਸੀਗਾ ਅਤੇ ਪਰਿਵਾਰ ਨਾਲ ਲੈ ਕੇ ਆਉਂਦੇ ਨਾ, ਵੱਸਦੇ ਇੱਥੇ ਕਰੋ ਕੰਮ, ਤੁਹਾਨੂੰ ਜੇ ਕਮਿਊਨਿਟੀ ਦਾ ਇੰਨਾ ਮੋਹ ਆ ਤਾਂ ਆਓ ਦੇਖੋ ਇੱਥੇ ਤੁਹਾਡੇ ਲੋਕ ਕਿੱਦਾਂ ਸਰਵਾਈਵ ਕਰ ਰਹੇ। ਆਹ ਉੱਥੇ ਪੀ ਆਰ ਛੱਡ ਕੇ ਤਾਂ ਤੁਸੀਂ ਇੱਥੇ ਆਏ ਪਾਸਟਰਾਂ ਦੇ ਖਿਲਾਫ਼, ਉੱਥੇ ਇੰਨੇ ਚਿਰ ਦੇ ਬੈਠੇ ਤੁਸੀਂ, ਟਰੱਕ ਚਲਾਉਣਾ ਇੱਥੇ ਚਲਾਓ, ਕਿਉਂ ਬੈਠੇ ਤੁਸੀਂ ਉੱਥੇ, ਤੁਹਾਨੂੰ ਜਦੋਂ ਪ੍ਰੋਬਲਮ ਹੈ। ਹੁਣ ਜੇ ਮੈਨੂੰ ਕਿਸੇ ਇੱਕ ਤੋਂ ਪ੍ਰੋਬਲਮ, ਮੈਨੂੰ ਮੰਨ ਲਓ ਕਿਸੇ ਧੂਣੀ ਵਾਲੀ ਜਗ੍ਹਾ ਤੋਂ ਪ੍ਰੋਬਲਮ ਆ, ਮੈਂ ਕਹਾਂ ਮੇਰੇ ਇੱਥੇ ਸਾਹ ਰੁਕਦਾ ਵਾ, ਇੱਥੇ ਬੰਦੇ ਬਹਿ ਕੇ ਸਿਗਰਟਾਂ ਪੀਂਦੇ, ਮੈਨੂੰ ਚੜ੍ਹਦਾ, ਅਤੇ ਮੈਂ ਜਗ੍ਹਾ ਛੱਡ ਕੇ ਆ ਜਾਵਾਂਗਾ ਨਾ, ਤੁਹਾਨੂੰ ਕ੍ਰਿਸਚਨ ਲੋਕਾਂ ਤੋਂ ਪ੍ਰੋਬਲਮ ਮੁੜਿਆ ਉਹ, ਤੁਹਾਨੂੰ ਗੁੜ ਦਿੱਤਾ ਕਿਸੇ ਨੇ ਕਿ ਤੁਸੀਂ ਉੱਥੇ ਬੈਠੋ, ਹੈ ਨਾ। ਹੁਣ ਤੁਸੀਂ ਆ ਕੇ ਕਹਿਣ ਡੇ ਕਿ ਹਾਂ ਵੀ ਠੀਕ ਆ, ਅਸੀਂ ਮੁਸਲਮਾਨਾਂ ਨੂੰ ਵੀ ਦੇਖ ਲਵਾਂਗੇ, ਅਸੀਂ ਸਿੱਖਾਂ 'ਚੋਂ ਵੀ ਐਰਰ ਕੱਢ ਦਾਂਗੇ, ਅਸੀਂ ਆ ਕ੍ਰਿਸਚਨ ਲੋਕਾਂ ਨੂੰ ਕਰੂਸੇਡ ਨਹੀਂ ਕਰਨ ਦੇਵਾਂਗੇ, ਮੀਟਿੰਗਸ ਨਹੀਂ ਕਰਨ ਦੇਵਾਂਗੇ, ਕਿਉਂ ਜੀ? ਇਹ ਭਾਈ ਉਹੀ ਦੱਸਣ, ਐਂ ਸਮਝਦੇ ਕਿ ਸਾਡੇ ਕੋਲ ਇਹਨਾਂ ਦਾ ਕਾਪੀ ਰਾਈਟ ਹੈ, ਜਿੱਦਾਂ ਕਿ ਸਾਡੇ ਫਿਰ ਉਹ ਮੈਂ ਹੋਰ ਇੱਕ ਚੀਜ਼, ਚਲੋ ਸਕੂਲ ਦੀ ਗੱਲ ਹੁੰਦੀ, ਮੈਨੂੰ ਯਾਦ ਆ ਗਿਆ, ਕਹਿੰਦੇ ਸਕੂਲਾਂ ਦੇ ਵਿੱਚ ਉਹ ਜੀ ਬੱਸ ਬੰਦ ਕਰਕੇ ਕਹਿ ਦਿੰਦੇ ਕਿ ਵਾਹਿਗੁਰੂ ਕਹੋ ਤਾਂ ਬੱਸ ਨਹੀਂ ਸਟਾਰਟ ਹੁੰਦੀ, ਅਤੇ ਫਲਾਣੇ ਕਿਸੇ ਦੇਵੀ ਦੇਵਤੇ ਦਾ ਨਾਂ ਲੈ ਕੇ ਬੋਲਦੇ, ਉਹਨਾਂ ਦਾ ਨਾਂ ਲਓ ਬੱਸ ਨਹੀਂ ਸਟਾਰਟ, ਅਤੇ ਤੁਸੀਂ ਜੀਸਸ ਦਾ ਨਾਮ ਲਓ ਤਾਂ ਬੱਸ ਸਟਾਰਟ ਹੋ ਜਾਂਦੀ। ਨਹੀਂ, ਕਿਹੜੇ ਸਕੂਲ 'ਚੋਂ ਹੁੰਦਿਆ ਵਾ, ਦੱਸੋ ਵੀ ਸਕੂਲ ਦਾ ਨਾਮ। ਹੁਣ ਸਕੂਲ ਦੇ ਵਿੱਚ, ਕਿਸੇ ਕ੍ਰਿਸਚਨ ਸਕੂਲ ਦੇ ਵਿੱਚ ਗੁਰੂਪੁਰਬ ਮਨਾਇਆ ਜਾਂਦਾ, ਇੱਕ ਬੱਚੇ ਦੇ ਪੇਰੈਂਟ ਜਾ ਕੇ ਉੱਥੇ ਬਕਾਇਦਾ ਵੀਡੀਓ ਸ਼ੂਟ ਕਰਕੇ ਆਉਂਦੇ ਕਿ ਵੇਖੋ ਇਹ ਕ੍ਰਿਸਚਨ ਸਕੂਲ ਵਾਲੇ ਸਾਡਾ ਗੁਰਪੁਰਬ ਮਨਾਉਣ ਡਏ ਆ, ਹੈ ਨਾ। ਇੱਕ ਸਕੂਲ ਦੇ ਵਿੱਚ ਡਿਊਰਿੰਗ ਪੇਪਰ ਇਗਜ਼ਾਮ ਹੁੰਦੇ ਹੁੰਦੇ ਆ, ਅਤੇ ਉਹ ਬੱਚਿਆਂ ਦਾ ਕਹਿੰਦੇ ਬੱਚੇ ਲੜਨਾ ਪੈਣ, ਜਿਹੜੇ ਉਹਨਾਂ ਨੂੰ ਲੱਗਦਾ ਹੁੰਦਾ ਸ਼ਰਾਰਤੀ ਬੱਚੇ ਪੇਪਰ ਤੋਂ ਬਾਅਦ ਲੜ ਸਕਦੇ ਕਿ ਤੂੰ ਮੈਨੂੰ ਨਕਲ ਨਹੀਂ ਕਰਵਾਈ, ਤੂੰ ਮੈਨੂੰ ਦੱਸਿਆ ਨਹੀਂ, ਤੂੰ ਮੇਰੀ ਹੈਲਪ ਨਹੀਂ ਕੀਤੀ, ਮੈਨੂੰ ਪੈਨ ਨਹੀਂ ਦਿੱਤਾ, ਉਹਨਾਂ ਨੇ ਉਹਨਾਂ ਬੱਚਿਆਂ ਦੇ ਕੜੇ ਲਵਾ ਲਏ। ਨਹੀਂ, ਇਹ ਹੁੰਦਾ ਹੈ ਸਾਡੇ ਸਕੂਲਾਂ 'ਚ ਵੀ, ਅਤੇ ਉਹ ਚਲੋ ਲੜਾਈ ਹੋਣੀ, ਉਹ ਲੜਾਈ ਕੜੇ ਬੜੀ ਕਾਮਨ ਪ੍ਰੈਕਟਿਸ ਆ, ਕਿਉਂਕਿ ਹੱਥ 'ਚ ਇੱਕੋ ਸ਼ਸਤਰ ਹੁੰਦਾ ਹੈ। ਹਾਂ, ਬੜੀ ਕਾਮਨ ਪ੍ਰੈਕਟਿਸ ਆ ਨਾ, ਆਪਾਂ ਇਹ ਨਹੀਂ ਕਹਿੰਦੇ ਕਿ ਕੜਾ ਸਿਰਫ ਇਸੇ ਕਰਕੇ ਪਾਉਂਦੇ, ਮਤਲਬ
ਐਕਚੁਅਲੀ ਹੁੰਦਾ ਟੀਨੇਜਰਸ ਵਿੱਚ ਕਿ ਮਾੜੀ ਮੋਟੀ ਲੜਾਈ ਹੋ ਗਈ ਸਕੂਲਾਂ 'ਚ, ਅਤੇ ਉਹ ਮੋਸਟਲੀ ਬਿਲਕੁਲ ਇਹ ਤੁਹਾਡੇ ਕੰਕਾਰ ਦਾ ਇਸ ਤਰ੍ਹਾਂ ਹੀ ਰਿਸਪੈਕਟ ਕਰਦੇ ਹਾਂ, ਬਟ ਸਕੂਲ ਦੀ ਇੰਟੈਂਸ਼ਨ ਉਹ ਨਹੀਂ ਸੀਗੀ, ਸਕੂਲ ਦੇ ਪ੍ਰਿੰਸੀਪਲ ਨੂੰ ਵਾਤ ਮਹਾਰਾਜ ਹਲਾ ਲਾਲਾ ਕਰਕੇ ਉੱਥੇ ਪਹੁੰਚ ਗਏ, ਸਕੂਲ ਦੇ ਪ੍ਰਿੰਸੀਪਲ ਨੂੰ ਮਾੜਾ ਚੰਗਾ ਬੋਲਿਆ, ਤੈਨੂੰ ਇਹ ਕਰ ਦਾਂਗੇ, ਤੈਨੂੰ ਵੋ ਕਰ ਦਾਂਗੇ, ਤੂੰ ਸਾਡੇ ਉਹ ਲਵਾ ਤੇ, ਕਿਉਂ ਕ੍ਰਿਸ਼ਚਨ ਸਕੂਲ ਸੀ ਪਹਿਲੀ ਗੱਲ, ਕਿ ਦੂਜੀ ਗੱਲ ਕਿ ਹਾਂ ਹਾਂ ਤੂੰ ਸਾਨੂੰ ਕਿਹਾ ਕਿਉਂ ਕਿ ਤੂੰ ਸਾਡੇ ਪੰਜਾਬ 'ਚ ਰਹਿ ਕੇ ਤੁਸੀਂ ਰਹਿਣਾ ਨਹੀਂ ਇੱਦਾਂ ਹੁੰਦਾ, ਬੜਾ ਉਹਨੂੰ ਮਾੜਾ ਚੰਗਾ ਬੋਲਿਆ, ਬੜਾ ਉਹਨੂੰ ਮੈਂਟਲੀ ਟੋਰਚਰ ਕੀਤਾ, ਚਲੋ ਠੀਕ ਆ ਕ੍ਰਿਸ਼ਚਨ ਕਮਿਊਨਿਟੀ ਕਹਿੰਦੀ ਕੋਈ ਗੱਲ ਨਹੀਂ, ਚੱਲਦੀ ਇੰਨੀਆਂ ਗੱਲਾਂ ਕਿਉਂਕਿ ਅਸੀਂ ਬਰਦਾਸ਼ਤ ਕਰ ਲੈਣਾ, ਸਾਡਾ ਮੇਦਾ ਮਜ਼ਬੂਤ, ਸਾਡੇ ਲੋਕਾਂ ਕੋਈ ਇੰਨੀ ਵਿਹਲ ਹੀ ਨਹੀਂ ਹੁੰਦੀ ਕਿ ਜਾਂ ਤੁਹਾਡੇ ਜਵਾਬ ਦੇ ਦੇਣ ਤਾਂ ਜਾਂ ਇਹ ਸਭ ਕੁਝ, ਸਾਨੂੰ ਆਹ ਨਹੀਂ ਬੋਲਣ ਦਿੰਦੀ ਬਾਈਬਲ, ਸਾਡਾ ਪਰਮੇਸ਼ਵਰ ਦਾ ਕਲਾਮ ਕਹਿੰਦਾ ਕਿ ਸਰ ਤੁਹਾਡੀ ਜੰਗ ਮੈਂ ਲੜਨ ਵਾਲਾ, ਮੈਂ ਸਾਰੇ ਹੱਲ ਕਰ ਦਾਂਗਾ, ਤੁਸੀਂ ਬੇਫਿਕਰ ਦੇਖੋ ਹੁਣ ਕਿਉਂ ਨਹੀਂ ਵਿਹਲ ਹੁੰਦੀ, ਇੱਥੇ ਆਇਓ ਟੋਪਿਕ 'ਤੇ, ਤੁਸੀਂ ਹੁਣ ਤੁਹਾਡਾ ਜ਼ੋਰ ਲੱਗਾ ਪਿਆ ਕਿ ਆਪਾਂ ਦੂਜੇ ਨੂੰ ਡੀਫੇਮ ਕਰ ਦਈਏ, ਤਾਂ ਪਰ ਸਾਡੇ ਵਾਲਿਆਂ ਦਾ ਜ਼ੋਰ ਲੱਗਾ ਪਿਆ ਅਸੀਂ ਆਪਣੇ ਵਾਲੇ ਦਾ ਪ੍ਰਚਾਰ ਕਰ ਲਈਏ, ਇਸ ਕਰਕੇ ਸਾਡੇ ਕੋਲ ਵਿਹਲ ਨਹੀਂ ਹੁੰਦੀ ਨਹੀਂ, ਅਤੇ ਮੈਂ ਤੁਹਾਨੂੰ ਇੱਕ ਸਲਾਹ ਹੀ ਦੇਣਾ ਚਾਹੂੰਗਾ ਕਿ ਡੀਫੇਮ ਕਰਨ ਨਾਲ ਕੁਛ ਨਹੀਂ ਹੋਣਾ, ਤੁਸੀਂ ਕਰੋਗੇ ਜਿੰਨਾ ਡੀਫੇਮ, ਆਪਾਂ ਉਹਨਾਂ ਚਰਚਾਂ ਦੇ ਵਿੱਚ ਆਵਾਂਗੇ, ਚਰਚਾ ਦਾ ਵਿਸ਼ਾ ਬਣਾਂਗੇ, ਆਪਾਂ ਉਹਨਾਂ ਨਿਊਜ਼ਾਂ 'ਤੇ ਦਿਖਾਂਗੇ ਤੁਹਾਨੂੰ, ਅਤੇ ਇਸ ਕਰਕੇ ਦੂਜਿਆਂ ਨੂੰ ਡੀਫੇਮ ਕਰਨ ਤੋਂ ਚੰਗਾ ਤੁਸੀਂ ਆਪਦੇ ਧਰਮ ਦਾ ਜਿਹੜਾ ਪ੍ਰਚਾਰ ਆ ਉਹ ਪੱਕਾ ਕਰੋ, ਵਧੀਆ ਤਰੀਕੇ ਨਾਲ ਕਰੋ, ਇੱਕ ਗੀਤ ਵੀ ਹੈ ਨਾ, ਤੁਸੀਂ ਜਿੰਨਾ ਸਾਨੂੰ ਰੋਕੋਗੇ ਅਸੀਂ ਉਨੇ ਵੱਧਦੇ ਜਾਵਾਂਗੇ, ਹੈ ਨਾ, ਤਾਂ ਪਰਮੇਸ਼ੁਰ ਵਿਧਾਨ ਵਾਲਾ, ਦੇਖੋ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੋ, ਤੁਹਾਨੂੰ ਕਿਸੇ ਨੇ ਰੁਕਿਆ, ਕੈਨੇਡਾ ਦੇ ਵਿੱਚ ਜੇ ਮੈਂ ਗਲਤ ਨਹੀਂ ਹਾਂ, ਕੈਨੇਡਾ ਦੇ ਵਿੱਚ ਇੱਕ ਟਰਬਨ ਡੇ ਮਨਾਇਆ ਜਾਂਦਾ, ਗੋਰਿਆਂ ਨੂੰ ਭਾਵ ਭਾ ਕੇ ਉਹਨਾਂ ਦੇ ਪੱਗਾਂ ਬੰਨੀਆਂ ਜਾਂਦੀਆਂ, ਹੁਣ ਕਹਿੰਦੇ ਤੁਸੀਂ ਅਸੀਂ ਕ੍ਰਿਸ਼ਨਾਂ ਦੀਆਂ ਪੱਗਾਂ ਲਵਾ ਦੇਣੀਆਂ, ਕਿਉਂ ਬਈ ਤੁਹਾਡਾ ਕਾਪੀਰਾਈਟ ਆ ਪੱਗ ਦੇ ਉੱਤੇ, ਇੱਕ ਇੱਕ ਤੁਸੀਂ ਆਪਾਂ ਗੱਲ ਕਰ ਰਹੇ ਉਹਦੀ ਟਰਬਨ ਦੀ, ਇਹ ਮੈਨੂੰ ਦੱਸਿਓ ਮਾੜਾ ਜਿਹਾ ਕਿੱਥੇ ਲਿਖਿਆ ਇਹ ਟਰਬਨ ਦੇ ਬਾਰੇ, ਇਹ ਬਾਈਬਲ ਮੈਂ ਪਗੜੀ ਸ਼ਬਦ ਦਾ ਅਰਥ ਤੋਂ ਬਹੁਤ ਸ਼ੁਰੂ ਸੇ ਹੀ ਹੈ, ਬਾਈਬਲ ਜੋ ਹੈ ਇੱਕ ਐਸਾ ਸ਼ਾਸਤਰ ਹੈ ਜੋ ਸਭਸੇ ਪੁਰਾਣਾ ਸ਼ਾਸਤਰ ਹੈ, ਸਭਸੇ ਜ਼ਿਆਦਾ ਪੁਰਾਣਾ ਸ਼ਾਸਤਰ ਹੈ, ਤੋ ਬਾਈਬਲ ਮੈਂ ਲਿਖਾ ਹੈ ਪਗੜੀ ਕੇ ਬਾਰੇ ਮੈਂ, ਯੇ ਲੋਕ ਕਹਤੇ ਹੈ ਕਿ ਮੈਨੇ ਵੀ ਸੁਣਾ ਹੈ, ਆਪ ਲੋਕ ਅਭੀ ਹਮ ਡਿਸਕਸ ਕਰ ਰਹੇ ਥੇ ਕੁਛ ਦੇਰ ਪਹਿਲੇ, ਤੋ ਆਪਨੇ ਬਤਾਇਆ ਥਾ ਕਿ ਲੋਕ ਬੋਲਤੇ ਹੈ ਕਿ ਜੋ ਪਗੜੀ ਕਾ ਸ਼ਬਦ ਹੈ ਔਰ ਬਹੁਤ ਸੇ ਐਸੇ ਸ਼ਬਦ ਹੈ ਜੋ ਉਨਕੇ ਧਰਮ ਸੇ ਕਾਪੀਰਾਈਟ, ਸਿੰਘ ਸ਼ਬਦ ਕਹਤੇ ਹਮਨੇ ਨਾਮੋ ਸੇ ਇਨਕੇ ਸਿੰਘ ਹਟਵਾ ਦੇਣਾ ਹੈ ਔਰ ਪਗੜੀ ਵੀ ਇਨਕੀ ਹਮਨੇ ਵਾਪਸ ਲੈ ਲੈਣੀ ਹੈ ਜੋ ਹਮਾਰੀ ਪਗੜੀ ਹੈ, ਕਹਿੰਦੇ ਇਹ ਤੋ ਬੇਵਕੂਫੀ ਕੀ ਬਾਤ ਹੈ, ਕਿਉਂਕਿ ਬਾਈਬਲ ਮੇਂ ਲਿਖਾ ਹੈ ਨਿਰਗਮਨ ਉਸਕਾ 29 ਕਾ 6 ਮੇਂ ਲਿਖਾ ਹੈ, ਜਬ ਹਾਰੂਨ ਕੋ, ਹਾਰੂਨ ਇੱਕ ਪਰਮੇਸ਼ਰ ਕਾ ਦਾਸ ਹੈ, ਮੈਂ ਆਪਕੋ ਬਤਾਨਾ ਚਾਹਤਾ ਹੂੰ, ਜੋ ਲੋਕ ਦੇਖ ਰਹੇ ਹੈ ਮੁਝੇ, ਜੋ ਹਾਰੂਨ ਹੈ ਬਾਈਬਲ ਮੇਂ ਪਰਮੇਸ਼ਰ ਕਾ ਦਾਸ ਹੈ, ਉਸਕੋ ਪਰਮੇਸ਼ਰ ਨੇ ਅਭਿਸ਼ੇਕ ਕੀਆ ਔਰ ਉਸਕੇ ਪੁੱਤਰੋਂ ਕੋ, ਉਸਕੇ ਬੱਚੋਂ ਕੋ ਅਭਿਸ਼ੇਕ ਕੀਆ, ਠੀਕ ਹੈ, ਤੋ ਉਨਕੋ ਅਭਿਸ਼ੇਕ ਕਰਨੇ ਕੇ ਲੀਏ ਯਹਾਂ ਪਰ ਪਰਮੇਸ਼ਰ ਨੇ ਉਨਸੇ ਬੋਲਾ, ਇਸਮੇਂ ਲਿਖਾ ਹੈ, ਔਰ ਉਸਕੇ ਸਿਰ ਪਰ ਪਗੜੀ ਕੋ ਰੱਖਣਾ ਔਰ ਪਗੜੀ ਪਰ ਪਵਿੱਤਰ ਮੁਕਟ ਕੋ ਰੱਖਣਾ। ਅੱਛਾ, ਇਹ ਬਾਤ ਹੋ ਰਹੀ ਹੈ ਪ੍ਰੀਸਟ ਕੇ ਵਸਤਰੋਂ ਕੀ, ਯਾਜਕ ਕੇ ਵਸਤਰੋਂ ਕੀ ਬਾਤ ਹੋ ਰਹੀ ਹੈ ਜੀ। ਹਾਂ, ਤੋ ਇਸਮੇਂ ਲਿਖਾ ਹੈ, ਤਬ ਅਭਿਸ਼ੇਕ ਕਾ ਤੇਲ ਲੇ ਉਸਕੇ ਸਿਰ ਪਰ ਡਾਲ ਕਰ ਉਸਕਾ ਅਭਿਸ਼ੇਕ ਕਰਨਾ। ਤੋ ਇੱਕ ਪ੍ਰੀਸਟ ਕੋ ਅਪੁਆਇੰਟ ਕਰਨੇ ਕੇ ਲੀਏ, ਜੋ ਇੱਕ ਪ੍ਰੀਸਟ ਹੈ ਬਾਈਬਲ ਮੇਂ, ਜੋ ਲੋਕ ਕੀ ਨਿਗਰਾਨੀ ਕਰਤਾ ਹੈ, ਦੇਖਭਾਲ ਕਰਤਾ ਹੈ, ਜੋ ਪਰਮੇਸ਼ਰ ਕੇ ਲੋਕ ਕੀ ਅਗਵਾਈ ਕਰਨੇ ਕੇ ਲੀਏ ਨਿਯੁਕਤ ਕੀਆ ਜਾਤਾ ਪਰਮੇਸ਼ਰ ਕੀ ਤਰਫ ਸੇ, ਤੋ ਉਸਕੋ ਯਹਾਂ ਪਰ ਪਗੜੀ ਪਹਿਨਣੇ ਕੇ ਲੀਏ ਔਰ ਇੱਕ ਐਸਾ ਕੱਪੜਾ ਪਹਿਨਣੇ ਕੇ ਲੀਏ ਯਹਾਂ ਪਰ ਪਰਮੇਸ਼ਰ ਬੋਲਤਾ ਹੈ ਕਿ ਉਸਕੋ ਪਹਿਨਾਇਆ ਜਾਏ ਔਰ ਉਸਕੋ ਅਭਿਸ਼ੇਕ ਕੀਆ ਜਾਏ। ਯਾਜਕਾਂ ਦੀ ਪੋਸ਼ਾਕ ਦੇ ਵਿੱਚ ਬਾਈਬਲ ਦੇ ਵਿੱਚ ਕਈ ਵਾਰੀ ਲਿਖਿਆ ਵਾ ਕਿ ਜਿਹੜਾ ਯਾਜਕ ਆ ਜਾਂ ਜਿਹੜੇ ਯਾਜਕ ਦੇ ਨਾਲ ਸਪੋਰਟਿੰਗ ਲੋਕ ਨੇ, ਸਪੋਰਟਿੰਗ ਲੋਕ ਵੀ ਪੱਗ ਬੰਨਦੇ ਸੀ, ਹੈ ਨਾ, ਜਿਹੜੇ ਨਾਲ ਉਹਨਾਂ ਦੇ ਹੈਲਪ ਕਰ ਰਹੇ ਭਵਨ ਦੇ ਵਿੱਚ, ਭਾਵੇਂ ਉਹ ਛੋਟੇ ਲੈਵਲ 'ਤੇ ਹੋਣ ਭਾਵੇਂ ਜਿੱਦਾਂ ਮਰਜ਼ੀ, ਉਹਨਾਂ ਦੀ ਵੀ ਪੱਗੜੀ ਬੰਨਣਾ ਲਾਜ਼ਮੀ ਆ, ਸਿਰ ਢੱਕਣਾ ਲਾਜ਼ਮੀ ਹੈ। ਹੁਣ ਇਹ ਫੇ ਇਹ ਜਿਹੜੇ ਬਹੁਤੇ ਘੜਮ ਚੌਧਰੀ ਆ ਬਾਈਬਲ ਦੇ ਜਿਹੜੇ ਆ ਗਿਆਨਕਾਰ ਕ੍ਰਿਟੀਸਾਈਜ਼ ਕਰਨ ਵਾਲੇ, ਇਹ ਕਹਿੰਦੇ ਜੀ ਤੁਹਾਡੇ ਤਾਂ ਨਵੇਂ ਨੇਮ 'ਚ ਲਿਖਿਆ ਸਿਰ ਢੱਕ ਕੇ ਪ੍ਰਾਰਥਨਾ ਨਹੀਂ ਕਰਨੀ, ਉਹ ਅਸੀਂ ਗਲਤੀ ਕੱਢਾਂਗੇ ਨਾ। ਬਿਲਕੁਲ, ਉਹ ਸਾਨੂੰ ਪਤਾ ਸਾਡੇ ਧਰਮ 'ਚ ਕੀ ਲਿਖਿਆ ਆ ਕੀ ਨਹੀਂ ਲਿਖਿਆ, ਉਹ ਅਸੀਂ ਗਲਤੀ ਕੱਢਾਂਗੇ ਕਿ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਬਾਈਬਲ ਦੇ ਵਿੱਚ ਭਾਈ
ਪਿੱਛੇ ਤੁਸੀਂ ਸਕਰੀਨ 'ਤੇ ਇੱਕ ਫੋਟੋ ਦੇਖ ਸਕਦੇ ਹੋ। ਇੱਕ ਫੋਟੋ ਬਹੁਤ ਜ਼ਿਆਦਾ ਵਾਇਰਲ ਹੋਈ ਪਿਛਲੇ ਦਿਨਾਂ ਵਿੱਚ, ਇਥੋਪੀਆ ਦਾ ਕੋਈ ਹੈ ਨਾ ਪਤਾ ਨਹੀਂ ਕੈਥਲਿਕ ਲੋਕ ਸੀ, ਕਿਹੜੇ ਲੋਕ ਸੀ, ਉਹਨਾਂ ਨੇ ਜਦੋਂ ਪੱਗ ਬੰਨ੍ਹੀ ਹੋਈ ਸੀਗੀ ਉਹ ਪੱਗ ਦੀ ਜਿਹੜੀ ਸੀ ਇਥੋਪੀਆ 'ਚ ਇਵੈਂਟ ਹੋਇਆ। ਹਾਂ ਦੇਖੋਗੇ ਤਾਂ ਸੇਮ ਇੱਦਾਂ ਲੱਗੇਗਾ ਕਿ ਸਿੱਖ ਧਰਮ ਦੀ ਪੱਗ ਆ, ਪਰ ਉਹ ਉੱਧਰ ਦੇ ਦੇਸ਼ ਦੇ ਲੋਕ ਪਤਾ ਨਹੀਂ ਕਿੰਨੇ ਸਾਲਾਂ ਤੋਂ ਬੰਨ੍ਹਦੇ ਆ ਰਹੇ ਨੇ। ਉਹ ਯਾਜਕਾਂ ਦੀ ਪੁਸ਼ਾਕ ਉਹਨਾਂ ਨੇ ਵੇਅਰ ਕੀਤੀ, ਯਾਜਕਾਂ ਦੀ ਪੁਸ਼ਾਕ ਸੀ ਨਾ ਉਹ ਐਕਚੁਅਲ 'ਚ ਯਾਜਕਾਂ ਦੀ ਪੁਸ਼ਾਕ, ਜਿਹਨਾਂ ਨੇ ਕਹਿਤਾ ਸਾਡੀ ਪਗੜੀ ਸਾਡਾ ਚੋਲਾ, ਉਹ ਬਾਈਬਲ ਦੇ ਵਿੱਚ ਲਿਖੀ ਨਿਰਗਮਨ ਉਸਕਾ 29 ਉਸਕਾ 36 ਆਇਤ ਮੇ ਔਰ ਉਸਕੇ ਸਿਰ ਪਰ ਪਗੜੀ ਕੋ ਰੱਖਣਾ ਔਰ ਪਗੜੀ ਪਰ ਪਵਿੱਤਰ ਮੁਕਟ ਕੋ ਰੱਖਣਾ, ਕਿਉਂਕਿ ਇੱਕ ਯੂਨਿਕਨੈਸ ਕੋ ਦਰਸਾਤਾ। ਇੱਕ ਪਾਸਟਰ ਕੋ ਇੱਕ ਕੱਪੜਾ ਪਹਿਨਾਇਆ ਜਾਤਾ ਹੈ, ਇੱਕ ਨਿਸ਼ਾ ਕਿਆ ਬੋਲਤੇ ਉਸਕੋ ਪਹਿਚਾਨ ਦੀ ਜਾਤੀ ਹੈ, ਪਗੜੀ ਕੀ ਪਹਿਚਾਨ ਬੋਲ ਸਕਤੇ ਹੈ ਯਾ ਹਮੇ ਲੰਬੇ ਵਸਤਰ ਕੀ ਪਹਿਚਾਨ ਬੋਲ ਸਕਤੇ ਹੈ, ਤੋ ਉਸਮੇ ਡਿਫਰੈਂਸ਼ੀਏਟ ਕਰ ਸਕੇ ਕਿ ਚੋਲਾ ਪਾਉਣਾ ਵੀ ਬਾਈਬਲ ਦਾ ਵਾ, ਚੋਲਾ ਪਾ ਸਕਦੇ ਹਾਂ। ਯੈਸ ਯੈਸ ਯੈਸ, ਇਹ ਬਾਈਬਲ ਦੇ ਯਾਜਕਾਂ ਦੀ ਪੋਸ਼ਾਕ ਆ, ਯਾਜਕ ਕੀ ਪੋਸ਼ਾਕ ਹੈ, ਜੋ ਪਾਸਟਰਸ ਲੋਗ ਹੈ, ਜੋ ਪਰਮੇਸ਼ਰ ਕੇ ਚੁਣੇ ਹੋਏ ਲੋਕ ਹੈ, ਜੋ ਪ੍ਰਚਾਰ ਕਰਤੇ ਹੈ। ਇੱਕ ਨਾ ਬੜੀ ਹੈਰਾਨੀ ਵਾਲੀ ਗੱਲ ਹੈ, ਕਹਿੰਦੇ ਧਰਮ ਪਰਿਵਰਤਨ, ਧਰਮ ਪਰਿਵਰਤਨ, ਅਸੀਂ ਧਰਮ ਨੂੰ ਰੱਖ ਲਵਾਂਗੇ ਬਾਕੀ ਸਾਰੀਆਂ ਚੀਜ਼ਾਂ 'ਤੇ ਪਰਿਵਰਤਿਤ ਹੋ ਗਈਆਂ। ਆ ਪੈਂਟ ਕਮੀਜ਼ ਆਪਾਂ ਪਾਈ ਹੈ, ਇਹਨਾਂ ਨੂੰ ਕਹਿੰਦੇ ਵੈਸਟਰਨ ਵੇਅਰਸ, ਅਤੇ ਅਸੀਂ ਵੀ ਉਹਨਾਂ ਦਾ ਅਪਣਾ ਲਿਆ, ਅਤੇ ਫਿਰ ਅਸੀਂ ਪਾਈਏ ਕੁੜਤਾ ਚਾਦਰਾ ਹੈ ਨਾ, ਅਤੇ ਬੀਬੀਆਂ ਭੈਣਾਂ ਸਾਡੀ ਟ੍ਰਡੀਸ਼ਨਲ ਡਰੈਸ ਸਾੜੀ ਪਾਉਣ। ਇੰਡੀਆ ਮੇਂ ਬਹੁਤ ਸੇ ਐਸੇ ਸ਼ੋਰੂਮਸ ਹੈ ਜੋ ਬਾਹਰ ਸੇ ਉਹਨਾਂ ਹਾਇਰ ਕਰਕੇ ਰੱਖੇ ਹੈ, ਪੈਂਟਲੂਨਸ ਹੈ, ਲੂਇਸ ਫਿਲਿਪੀ ਹੈ, ਅਬ KFC ਹੈ, ਇਹ ਕ੍ਰਿਸ਼ਨ ਕਾ ਹੈ, ਕੋਲਗੇਟ ਹੈ, ਕ੍ਰਿਸ਼ਨ ਕਾ ਹੈ, ਬਿਲਕੁਲ। ਤੋ ਫਿਰ ਉਸਕੋ ਕਿਉਂ ਯੂਜ਼ ਨਹੀਂ ਕਰ, ਉਸਕੋ ਯੂਜ਼ ਕਰਨਾ ਬੰਦ ਕਰਦੇ ਲੋਕ, ਅਗਰ ਇਤਨੀ ਜ਼ਿਆਦਾ ਨਫ਼ਰਤ ਹੈ ਉਹ ਬੰਦ ਕਰਤਾ ਤਾਂ ਪੰਜਾਬ ਇੰਡੀਆ ਬਹੁਤ ਬਹੁਤ ਸਾਲ ਪਿੱਛੇ ਚਲਾ ਜਾਏਗਾ ਉਹ ਚੀਜ਼ਾਂ। ਬਾਈਬਲ ਇਸ ਬਾਤ ਕੋ ਬਤਾਤੀ ਕਿ ਅਧੂਰਾ ਗਿਆਨ ਸੇ ਅੱਛਾ ਹੈ ਕਿ ਆਪਕੋ ਗਿਆਨੀ ਨਾ ਹੋ ਜੀ, ਕਿਉਂਕਿ ਬਾਈਬਲ ਸਾਨੂੰ ਇਹ ਚੀਜ਼ ਕਹਿੰਦੀ ਹੈ, ਅਤੇ ਇਹ ਸਾਡਾ ਫਰਜ਼ ਇੱਕ ਮਸੀਹ ਹੋਣ ਦੇ ਨਾਤੇ ਕਿ ਅਸੀਂ ਬਾਈਬਲ ਨੂੰ ਹੀ ਫੋਲੋ ਕਰੀਏ। ਬਾਈਬਲ ਕਹਿੰਦੀ ਅੰਤ ਦੇ ਸਮੇਂ 'ਚ ਲੋਕ ਮਨ ਭਾਵਨਾ ਸੁਣਨਾ ਪਸੰਦ ਕਰਨਗੇ, ਜਿਹੜਾ ਉਹਨਾਂ ਦੀ ਕੰਨਾਂ ਦੀ ਖੁਜਲੀ ਮਿਟਾਵੇ। ਬਿਲਕੁਲ ਬਿਲਕੁਲ, ਜਿਹੜਾ ਉਹਨਾਂ ਦੇ ਕੰਨਾਂ ਦੀ ਖੁਜਲੀ ਮਿਟਾਵੇ ਤਾਂ ਉਹੀ ਸੁਣਦੇ ਪਏ। ਇਹ ਕਹਿਣ ਡੇ ਕਿ ਹਾਂ ਵੀ ਠੀਕ ਆ, ਕ੍ਰਿਸ਼ਚਨ ਲੋਕ ਬਣੀ ਜਾਂਦੇ ਆ ਡੇਰਿਆਂ ਦੇ, ਬਿਆਸ ਡੇਰੇ ਚੱਲ ਜਾਓ, ਕਿਉਂ ਨਹੀਂ ਬੋਲਦੇ ਤੁਸੀਂ ਉਹਨਾਂ ਦੇ ਖਿਲਾਫ਼, ਨਿਰੰਕਾਰੀਆਂ ਦੇ ਡੇਰੇ ਚੱਲ ਜਾਓ, ਲੱਖਾਂ ਲੋਕ ਤੁਹਾਡੇ ਹੀ ਆ ਤੁਰੇ ਫਿਰਦੇ। ਕਿੱਥੋਂ ਗੱਲ ਆਈ ਮੇਰੇ ਕਿ ਉਹਨਾਂ ਲੋਕਾਂ ਦੇ ਵੀ ਕੁਛ ਰੂਲਸ ਹੈਗੇ ਆ, ਮੈਂ ਸੁਣਿਆ ਕਿ ਉਹ ਵੀ ਪ੍ਰਸ਼ਾਦ ਵਗੈਰਾ ਇਹਨਾਂ ਚੀਜ਼ਾਂ ਨਹੀਂ ਖਾਂਦੇ ਯਾਰ, ਕੋਰੀ ਨਾ ਕਰ ਦਿੰਦੇ, ਉਹ ਕਹਿੰਦੇ ਅਸੀਂ ਨਹੀਂ ਖਾਂਦੇ ਹੈ ਨਾ, ਉਹਨਾਂ ਦੇ ਖਿਲਾਫ਼ ਨਹੀਂ ਬੋਲਦੇ, ਮਸ਼ਹੂਰੀ ਕੋਈ ਨਹੀਂ, ਠੀਕ ਆ। ਉਹਨਾਂ ਦੇ ਬਾਬਿਆਂ ਨੇ, ਚਲੋ ਮੇਰੇ ਆਦਰਯੋਗ ਸਤਿਕਾਰ ਕਰਦਾ ਮੈਂ, ਠੀਕ ਆ, ਭਾਵੇਂ ਡੇਰਾ ਬਿਆਸ ਦੇ ਮੁਖੀ ਹੋਣ, ਭਾਵੇਂ ਨਿਰੰਕਾਰੀਆਂ ਦੇ ਮੁਖੀ ਹੋਣ, ਠੀਕ ਆ, ਕਿਉਂਕਿ ਚਲੋ ਉਹ ਅਗਲੇ ਜਿੱਦਾਂ ਵੀ ਆਪਣੀ ਉਪਾਸਨਾ ਕਰਦੇ, ਸਾਡਾ ਫਰਜ਼ ਹਰੇਕ ਦੀ ਇੱਜ਼ਤ ਕਰਨਾ, ਅਤੇ ਉਹ ਪੱਗ ਬੰਨੀ ਆ ਜੀ, ਮੈਂ ਕ੍ਰਿਸ਼ਨ ਤੋਂ ਪੱਗ ਵਾਪਸ ਲਵਾਂਗਾ, ਪਹਿਲਾਂ ਉਹਨਾਂ ਤੋਂ ਲਓ, ਪਹਿਲਾਂ ਉਹਨਾਂ ਦੇ ਤੋਂ ਲਓ। ਉਹ ਪੱਗ ਬੰਨ ਕੇ ਪ੍ਰਚਾਰ ਕਰ ਰਹੇ ਨੇ, ਰਾਮ ਰਹੀਮ ਵਰਗੇ ਪੱਗ ਬੰਨਦੇ ਨੇ ਉਹਨਾਂ ਦੇ, ਤੁਸੀਂ ਰਾਮ ਰਹੀਮ ਨੇ ਕੇਸ ਰੱਖੇ ਹੋਏ, ਕਟਾ ਦਿਓ ਉਹਦੇ, ਕਲੀਨ ਸ਼ੇਵ ਕਰਵਾ ਦਿਓ। ਸਹੀ ਗੱਲ ਆ, ਅਤੇ ਉਹਨਾਂ ਦੇ ਕੋਈ ਟਿੱਪਣੀ ਨਹੀਂ ਆਈ ਪੰਜਾਬ, ਨਹੀਂ ਕਿਉਂ ਮਸ਼ਹੂਰੀ ਕੋਈ ਨਹੀਂ ਇੱਧਰ, ਕਿ ਕ੍ਰਿਸ਼ਚਨ ਲੋਕਾਂ 'ਤੇ ਗੱਲ ਕਰਾਂਗੇ, ਬੰਦਾ ਸੌਖਾ ਦਿਨਾਂ ਦੇ ਵਿੱਚ ਚੜ੍ਹ ਜਾਂਦਾ, ਅਤੇ ਬੰਦੇ ਚੜ੍ਹਦੇ ਦੇਖੇ ਵੀ ਦਿਨਾਂ ਚੜ੍ਹਨ ਕਿ ਠੀਕ ਆ, 4 ਦਿਨ ਆ ਗਏ ਕ੍ਰਿਸ਼ਚਨਾਂ ਨੂੰ ਮਾੜਾ ਚੰਗਾ ਬੋਲੋ ਅਤੇ ਅਸੀਂ ਮਸ਼ਹੂਰ ਹੋ ਜਾਵਾਂਗੇ, ਉਹ ਚੀਜ਼ ਗਲਤ ਆ। ਦੇਖੋ ਸਾਡਾ ਕੰਮ ਆ ਆਪਣੇ ਪਰਮੇਸ਼ੁਰ ਦੇ ਕਲਾਮ ਦੀ ਪ੍ਰੈਕਟਿਸ ਕਰਨਾ। ਬਾਈਬਲ ਕਹਿੰਦੀ ਆ ਕਿ ਤੂੰ ਪ੍ਰਸ਼ਾਦ ਨਹੀਂ ਖਾਣਾ ਅਤੇ ਮਤਲਬ ਨਹੀਂ ਖਾਣਾ। BBC ਵਾਲੀ ਡਾਕੂਮੈਂਟਰੀ 'ਚ ਕਹਿੰਦੇ ਜੀ, ਕਹਿੰਦੇ ਕ੍ਰਿਸ਼ਚਨ ਬਣਨ ਲਈ ਇਹਨਾਂ ਨੂੰ ਬੱਚਿਆਂ ਨੂੰ ਫੀਸਾਂ ਮਾਫ਼ ਕਰ ਦਿੰਦੇ ਆ, ਹੋਸਪਿਟਲਾਂ 'ਚ ਇਲਾਜ ਫਰੀ ਰਹਿੰਦੇ, ਅਤੇ ਇਹਨਾਂ ਦੇ ਵੀਜ਼ੇ ਲੱਗਦੇ। ਮੈਂ ਇੱਕ ਚੀਜ਼ ਕਨੈਕਟ ਕਰਨਾ ਚਾਹੁੰਦਾ, ਮੈਂ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ, ਸਪੋਂਸਰਸ਼ਿਪ ਮੈਨੂੰ ਕਿਸੇ ਨੇ ਕੀਤੀ, ਤਾਂ ਸਪੋਂਸਰਸ਼ਿਪ ਉੱਤੇ ਮੈਂ ਵੀਜ਼ਾ ਅਪਲਾਈ ਕੀਤਾ, ਅਤੇ ਲਾਈਫ 'ਚ ਪਹਿਲੀ ਵਾਰ ਇੱਦਾਂ ਆਇਆ ਮੈਂ ਕਿਸੇ ਕੰਮ ਨੂੰ ਹੱਥ ਲਾਇਆ ਅਤੇ ਫੇਲ ਹੋ ਗਿਆ। ਮਤਲਬ ਇਹ ਮੇਰੇ ਲਈ ਬੜੀ ਸ਼ੌਕਿੰਗ ਗੱਲ ਸੀ, ਅਤੇ ਮੈਂ ਖੁਦਾ ਆਪਣੇ ਪਰਮੇਸ਼ੁਰ ਤੋਂ ਪੁੱਛਿਆ ਕਿ ਪ੍ਰਭੂ ਇਹ ਮਤਲਬ ਅੱਜ ਤੱਕ ਮੈਂ ਜਿਹੜੇ ਕੰਮ ਨੂੰ ਹੱਥ ਪਾਇਆ ਤਾਂ ਮੈਨੂੰ ਕਦੀ ਫੇਲ ਨਹੀਂ ਕੀਤਾ, ਕਿਉਂ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਹੈ ਨਾ। ਅਤੇ ਜਦੋਂ BBC ਦੀ ਮੈਂ ਡਾਕੂਮੈਂਟਰੀ ਦੇਖੀ ਨਾ, ਤਾਂ ਇਹਦੇ 'ਚ ਬੀਬੀ ਕਹਿਣ ਡੀ ਕਿ ਮੈਂ ਜੀ ਚਰਚ ਗਈ, ਮੈਨੂੰ ਵੀਜ਼ਾ ਮਿਲ ਗਿਆ, ਅਤੇ ਕਹਿੰਦੇ ਚਰਚਾਂ ਵਾਲੇ ਵੀਜ਼ੇ ਦਿੰਦੇ ਆ, ਅਤੇ ਮੈਂ ਜੇ ਕਿਸੇ ਨੂੰ ਚਾਹੀਦਾ ਹੋਵੇ ਮੈਂ ਉਹਦੀ ਰਿਫਿਊਜ਼ਲ ਦੀ ਕਾਪੀ ਦੇ ਸਕਦਾ ਹਾਂ, ਮੇਰਾ ਕੈਨੇਡਾ ਦਾ ਵੀਜ਼ਾ ਰਿਜੈਕਟ ਹੋਇਆ, ਕ੍ਰਿਸ਼ਚਨ ਹੋਣ ਦੇ ਨਾਤੇ ਮੇਰਾ ਤਾਂ ਲੱਗਣਾ ਚਾਹੀਦਾ ਵਾ। ਉਹ ਤਾਂ ਜਦੋਂ ਮੈਂ ਇੱਕਦਮ ਪੜਿਆ ਨਾ, ਖੁਦਾ ਦੇ ਆਤਮਾ ਨੇ ਮੈਨੂੰ ਕਲਿੱਪ ਕੀਤਾ ਕਿ ਇਸੇ ਗੱਲ ਕਰਕੇ ਤੇਰਾ ਵੀਜ਼ਾ ਰਿਜੈਕਟ ਕੀਤਾ।
ਕਿ ਉਹ ਇਸੇ ਗੱਲ ਕਰਕੇ ਕਿ ਤੂੰ ਇਹ ਟੈਸਟਮਨੀ ਦੇਣੀ ਕਿ ਤੁਸੀਂ ਜਿਹੜੇ ਇਲਜ਼ਾਮ ਲਾਉਂਦੇ ਮੇ ਸਾਡੇ ਪਰਿਵਾਰ ਦੇ ਬੱਚੇ ਪੜ੍ਹਦੇ ਆ ਕ੍ਰਿਸ਼ਚਨ ਸਕੂਲ ਦੇ ਵਿੱਚ, ਪੂਰੀ ਫੀਸ ਦਿੰਦਾ ਵਾ ਜਿੰਨਾ ਇੱਕ ਹਿੰਦੂ ਬੱਚਾ ਦਿੰਦਾ, ਇੱਕ ਸਿੱਖ ਬੱਚਾ ਦਿੰਦਾ, ਮੇਰੇ ਫੈਮਿਲੀ ਦਾ ਬੱਚਾ ਵੀ ਉਨੀ ਫੀਸ ਦਿੰਦਾ ਪਿਆ ਕ੍ਰਿਸ਼ਚਨ ਕੋਨਵੈਂਟ ਸਕੂਲ ਦੇ ਵਿੱਚ, ਅਤੇ ਕਿਉਂ? ਇਹ ਜਸਟ ਮਿੱਥ ਆ ਲੋਕਾਂ ਦੇ ਕਿ ਗੱਲਾਂ ਬਣਾਈਆਂ। ਜਾ ਕੇ ਦੇਖੋ 90% ਕ੍ਰਿਸ਼ਚਨ ਕੋਨਵੈਂਟ ਸਕੂਲਾਂ ਦੇ ਵਿੱਚ ਸਿੱਖਾਂ ਦੇ ਬੱਚੇ ਪੜ੍ਹਦੇ ਆ, ਹਿੰਦੂਆਂ ਦੇ ਬੱਚੇ ਪੜ੍ਹਦੇ, ਤਾਂ ਕੋਈ ਇਹੋ ਜਿਹੀ ਪ੍ਰੈਕਟਿਸ ਨਹੀਂ ਕਰਾਈ ਜਾਂਦੀ। ਉਹ ਗੁਰਪੁਰਬ ਮਨਾਉਂਦੇ ਆ ਅਤੇ ਉਹ ਜਨਮਅਸ਼ਟਮੀ ਵੀ ਮਨਾਉਂਦੇ ਆ। ਇਹ ਐਵੇਂ ਡਰਾਮੇ ਕਿ ਹਾਂ ਵੀ ਠੀਕ ਆ ਕ੍ਰਿਸ਼ਚਨ ਜਿਹੜੇ ਕੈਥਲਿਕ ਜਿਹੜੇ ਸਕੂਲ ਆ ਇਹ ਚੱਲਦੇ ਹੀ, ਮਤਲਬ ਇੰਨਾ ਇਹ ਬਿਜ਼ਨਸ ਆ ਯਾਰ, ਬਿਜ਼ਨਸ ਆ, ਹਾਂ ਇਟਸ ਅ ਐਜੂਕੇਸ਼ਨ ਬਿਜ਼ਨਸ। ਉਹਨਾਂ ਦਾ ਇਹ ਜ਼ਿਆਦਾ ਜ਼ਰੂਰੀ ਹੋਏਗਾ ਕਿ ਆਪਾਂ ਹਰ ਧਰਮ ਨੂੰ ਸੈਲੀਬ੍ਰੇਟ ਕਰੀਏ, ਉਹ ਇੱਕ ਧਰਮ ਨੂੰ ਸੈਲੀਬ੍ਰੇਟ ਕਰਨਗੇ ਤਾਂ ਤੁਸੀਂ ਤਾਂ ਉੱਥੇ ਬੱਚੇ ਨਹੀਂ ਪੜ੍ਹਾਉਣੇ ਫਿਰ, ਇਹ ਬਸ ਮਿੱਥ ਆ ਤੁਹਾਡੇ। ਉਹ ਜੇ ਕਿਸੇ ਬੱਚੇ ਦੀ ਫੀਸ ਵੀ ਮਾਫ਼ ਕਰਦੇ, ਉਹ ਬਹੁਤ ਜ਼ਿਆਦਾ ਡਾਊਨ ਪਰਿਵਾਰ ਹੋ ਜਿਹੜਾ ਬਿਲਕੁਲ ਗਰੀਬ ਉਹਦੀ ਕਰਦੇ ਆ। ਸਿਮਰਨਜੋਤ ਸਿੰਘ ਮੱਕੜ ਇੱਕ ਉਹ ਨੇ ਜਰਨਲਿਸਟ ਨੇ, ਉਹ ਕਹਿੰਦੇ ਮੈਂ ਕ੍ਰਿਸ਼ਨ ਕੋਨਵੈਂਟ ਸਕੂਲ ਦੇ ਵਿੱਚ ਪੜ੍ਹਿਆ, ਕਹਿੰਦੇ ਕੱਖ ਨਹੀਂ ਹੈ, ਸਾਰੇ ਜਿਹੜੇ ਕਹਿਣ ਦੇ ਨਾ ਕਿ ਫੀਸਾਂ ਫੂਸਾਂ ਮਾਫ਼ ਕਰਦੇ ਸਭ ਡਰਾਮੇ, ਅਤੇ ਉਹ ਇਹ ਚੀਜ਼ ਨੂੰ ਜੇ ਉਹ ਬੰਦਾ ਕਹਿਣ ਡਿਆ ਤਾਂ ਉਹਨੇ ਕਿਹੜੇ ਹੱਦ ਤੋਂ ਪੈਸੇ ਲਏ ਆ। ਕ੍ਰਿਸ਼ਨ ਹੋਸਪਿਟਲਸ ਦੇ ਵਿੱਚ ਮੈਂ ਕਈ ਪੇਸ਼ੈਂਟ ਜਾਂ ਮੇਰੇ ਲਵ ਵੰਸ ਦੇ ਵਿੱਚ ਕਿਸੇ ਨੋਨ ਦੇ ਵਿੱਚ ਜੇ ਕਿਸੇ ਨੇ ਕੋਈ ਟ੍ਰੀਟਮੈਂਟ ਕਰਾਇਆ ਤਾਂ ਪੂਰੇ ਪੈਸੇ ਦਿੱਤੇ ਆ, ਦਵਾਨੀ ਤੱਕ ਨਹੀਂ ਛੱਡੀ ਯਾਰ ਉਹਨਾਂ ਨੇ, ਅਤੇ ਕਹਿੰਦੇ ਜੀ ਪੈਸੇ ਦਿੰਦੇ ਆ। ਮੈਂ ਇੰਟਰਨੈਟ 'ਤੇ ਤੁਸੀਂ ਸਰਚ ਕਰੋ ਫਾਈਨੈਂਸ ਦੀਆਂ ਐਪਸ ਕਿੰਨੀਆਂ ਅੱਜ ਕੱਲ੍ਹ ਆ ਗਈਆਂ, ਜਿਹੜੀਆਂ ਤੁਹਾਨੂੰ ਛੋਟੇ ਛੋਟੇ ਲੋਨ ਦਿੰਦੀਆਂ 10-5 ਹਜ਼ਾਰ ਦੇ, 15 ਹਜ਼ਾਰ ਦੇ, ਉਹ ਤੁਹਾਨੂੰ ਕਈ 100 ਐਪਲੀਕੇਸ਼ਨਸ ਲੱਭ ਜਾਣਗੀਆਂ ਇੰਟਰਨੈਟ ਉੱਤੇ ਕਿ ਤੁਸੀਂ ਆਪਣਾ ਪੈਨ ਕਾਰਡ ਪਾਓ ਅਤੇ ਉਹ ਤੁਹਾਨੂੰ ਲੋਨ ਦਿੰਦੇ ਆ। ਅਤੇ ਮੈਂ ਲੋਨ ਕਿਉਂ ਲਵਾਂ ਜੇ ਕ੍ਰਿਸ਼ਨ ਬਣਿਆ ਮੈਨੂੰ ਪੈਸੇ ਮਿਲਦੇ ਹੋਵੇ? ਲੋਕ ਤਾਂ ਅੱਜ ਕੱਲ੍ਹ ਪੈਸੇ ਤਾਂ ਲੋਕਾਂ ਕੋਲ ਹੈ ਹੀ ਨਹੀਂ ਗੇ, ਕਿਸੇ ਨੇ ਮੰਨ ਲਓ ਸਾਈਕਲ ਵੀ ਲੈਣਾ ਨਾ ਉਹ ਵੀ ਫਾਈਨਾਂਸ ਕਰਾਉਣ ਡਿਆ ਵਾ, 15 ਹਜ਼ਾਰ ਦਾ ਮੋਬਾਈਲ ਲੈਣਾ ਬੰਦਾ ਫਾਈਨਾਂਸ ਕਰਾਉਣ ਡਿਆ, ਤਾਂ ਉਹਨੂੰ ਕੀ ਲੋੜ ਫਾਈਨਾਂਸ ਕਰਵਾਉਣ ਦੀ? ਉਹ ਕਵੇ ਕਿਸੇ ਚਰਚ ਜਾ ਕੇ ਪਿੰਡ ਦੇ ਕਿ ਮਹਾਰਾਜ ਤੁਹਾਡੇ ਹੀ ਆਹੀਂ ਅਤੇ ਲਿਆਓ ਦੋ ਪੈਸੇ। ਕਦੇ ਪਿੰਡਾਂ 'ਚ ਜਾ ਕੇ ਦੇਖਿਓ ਕ੍ਰਿਸ਼ਚਨ ਲੋਕਾਂ ਦੇ ਹਾਲਾਤ ਦੇਖਿਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕ੍ਰਿਸ਼ਚਨ ਲੋਕਾਂ ਨੂੰ ਕਿੱਥੋਂ ਪੈਸਾ ਆਉਂਦਾ, ਕਿੱਥੋਂ ਫੰਡ ਆਉਂਦਾ। ਅਗਰ ਯਹਾਂ ਪਰ ਪੈਸਾ ਵੰਡਣਾ ਸ਼ੁਰੂ ਹੋਤਾ ਤਾਂ ਪੂਰਾ ਜਲੰਧਰ ਹੀ ਆਸ ਚਰਚ ਨੂੰ ਹੋਤਾ। ਬਿਲਕੁਲ, ਜੇ ਪੈਸਾ ਵੰਡਣਾ, ਲੋਕੀ ਤਾਂ ਮੈਂ ਕਹਿੰਦਾ ਲੰਗਰ ਨਹੀਂ ਛੱਡਦੇ, ਲੰਗਰ ਲੱਗਦਾ ਉੱਥੇ ਤੁਸੀਂ ਭੀੜ ਦੇਖੋ, ਅਤੇ ਪੈਸੇ ਮਿਲਦੇ ਹੋਣ ਤਾਂ ਲੋਕੀ ਛੱਡਣ, ਇਹ ਹੋ ਹੀ ਨਹੀਂ ਸਕਦਾ। ਮਤਲਬ ਇੰਡੀਆ ਦੀ ਨਹੀਂ ਗੱਲ, ਕਿਤੇ ਵੀ ਫੋਰਨ 'ਚ ਵੀਡੀਓ ਤੁਸੀਂ ਦੇ ਦੇਣਾ, ਉਹ ਕਹਿੰਦੇ ਮੈਨੂੰ ਹੈਂਡ ਸ਼ੇਕ ਕਰੋ ਤਾਂ ਮੈਂ ਤੁਹਾਨੂੰ ਇੰਨੇ ਡਾਲਰ ਦਊਂਗਾ ਨਾ। ਇਹ ਪੰਜਾਬ ਮੇ ਵੀ ਹੈ ਔਰ ਦੂਸਰੇ ਸਟੇਟ ਹੈ ਨਾ, ਵਹਾਂ ਪਰ ਬਈ ਇਹ ਕ੍ਰਿਸ਼ਚਨ ਲੋਕ ਫੇਸ ਕਰਤੇ ਹੈ, ਤੋ ਮੈਂ ਦੂਸਰੇ ਸਟੇਟ ਸੇ ਤੋ ਮੈਨੇ ਵੀ ਇਸ ਚੀਜ਼ ਕੋ ਫੇਸ ਕੀਆ, ਲੋਕ ਬੋਲਤੇ ਹੈ ਲੇਕਿਨ ਆਜ ਤੱਕ ਕਿਸੀ ਨੇ ਐਸਾ ਪੈਸਾ ਦੇ ਕਰ ਯਾ ਈਵਨ ਮੈਂ ਕ੍ਰਿਸ਼ਚਨ ਸਕੂਲ ਮੇ ਪੜ੍ਹਾ, ਸਾਰੀ ਫੀਸ ਇੱਕ ਇੱਕ ਫੀਸ ਮੇਰੇ ਫੈਮਿਲੀ ਨੇ ਉਸ ਕ੍ਰਿਸ਼ਚਨ ਸਕੂਲ ਮੇ ਪੇ ਕੀ। ਤੋ ਲੋਕ ਐਸੇ ਬੋਲਤੇ ਹੈ, ਬੜਾ ਗਲਤ ਤਰ੍ਹਾਂ ਕਾ ਐਸੇ ਬਾਤ ਬਣਾਤੇ ਹੈ ਕਿ ਈਸਾਈ ਲੋਕ ਜੋ ਹੈ ਉਨਕੋ ਪੈਸਾ ਦੇ ਕੇ ਧਰਮ ਪਰਿਵਰਤਨ ਕਰਾਇਆ ਜਾਤਾ ਹੈ, ਉਨਕੋ ਪੈਸਾ ਦੀਆ ਜਾਤਾ ਹੈ, ਉਨਕੇ ਬੱਚੋਂ ਕੋ ਫ੍ਰੀ ਪੜਾਇਆ ਜਾਤਾ ਹੈ ਔਰ ਵੀਜ਼ਾ ਦੀਆ ਜਾਤਾ ਹੈ। ਇਸ ਤਰ੍ਹਾਂ ਕਿ ਮੈਂ ਵੀ ਦੂਸਰੇ ਸਟੇਟ ਮੇ ਵੀ ਬਹੁਤ ਸੀ ਐਸੀ ਬਾਤ ਸੁਣਤਾ ਹੂੰ, ਇਨ ਬਾਤੋਂ ਕਾ ਸ਼ਿਕਾਰ ਹੂੰ ਮੈਂ ਵੀ, ਹੈ ਨਾ। ਇੱਕ ਨਾ ਮਤਲਬ ਇੰਡੀਆ ਦਾ ਲੋਅ ਐਂਡ ਔਡਰ ਜਿਹੜਾ ਨਾ ਪੂਰੇ ਵਰਲਡ ਦਾ ਸਭ ਤੋਂ ਸਟਰੋਂਗ ਲੋਅ ਐਂਡ ਔਡਰ ਆ। ਅਤੇ ਤੁਸੀਂ ਇਹ ਦੇਖੋ ਕਿ ਇੰਨੇ ਜ਼ਿਆਦਾ ਸਾਡੇ ਤੋਂ ਮਤਲਬ ਕੋਰਟਸ ਹੈਗੀਆਂ, ਸੁਪਰੀਮ ਕੋਰਟ, ਹਾਈ ਕੋਰਟ, ਹੈ ਨਾ, ਇੰਨੇ ਜ਼ਿਆਦਾ ਮਤਲਬ ਲੋਫੁਲ ਸਾਰੀਆਂ ਚੀਜ਼ਾਂ ਹੈਗੀਆਂ, ਅਤੇ ਇੱਕ ਵੀ ਕ੍ਰਿਸ਼ਚਨ ਇਹੋ ਜਿਹਾ ਨਹੀਂ ਫੜਿਆ ਜਿਹੜਾ ਪੈਸੇ ਵੰਡਦਾ ਹੋਵੇ। ਸਹੀ ਗੱਲ। ਹਾਲਾਂਕਿ ਪੰਜਾਬ ਦੇ ਵਿੱਚ ਚਰਚਿਸ ਉੱਤੇ ਇਨਕਮ ਟੈਕਸ ਦੀ ਰੇਡ ਹੋਈ ਤਾਂ ਕੱਖ ਵੀ ਨਹੀਂ ਨਿਕਲਿਆ। ਉੱਥੇ ਨਿਊਜ਼ ਵਾਲਿਆਂ ਨੇ ਇਹ ਚਲਾਤਾ ਕਿ ਰੇਡ ਹੋਈ, ਪਰ ਰੇਡ ਤੋਂ ਬਾਅਦ ਜੋ ਰਿਜ਼ਲਟ ਹੈ ਉਹ ਕਿਸੇ ਨਿਊਜ਼ ਚੈਨਲ ਨੇ ਨਹੀਂ ਚਲਾਇਆ, ਨਾ ਕੋਈ ਜਲੰਧਰ ਵਾਲਾ ਨਿਊਜ਼ ਚੈਨਲ ਲੱਭਿਆ, ਨਾ ਕੋਈ ਹੋਰ ਲੱਭਿਆ। ਨਹੀਂ ਉਹ ਚਲੋ ਮੈਨੂੰ ਇਹਦੇ ਵਿੱਚ ਨਾ ਇਹ ਮੈਂ ਗੱਲ ਤਾਂ ਕੀਤੀ, ਉਹ ਬਾਬਾ ਜੀ ਕਹਿ ਰਹੇ ਕਹਿੰਦੇ ਕਿ ਮੈਂ 3 ਆਪਸ਼ਨ ਦਿੰਦਾ ਵਾ, ਜਾਂ ਤਾਂ ਮੇਰਾ ਮੁਰਦਾ ਜਿੰਦਾ ਕਰ ਦਿਓ, ਜਾਂ ਮੇਰਾ ਬਿਮਾਰ ਠੀਕ ਕਰ ਦਿਓ, ਅਤੇ ਜਾਂ ਮੇਰੇ ਨਾਲ ਡਿਬੇਟ ਕਰ ਲਓ, ਤੀਜੀ ਗੱਲ ਆਪਾਂ ਫਿਰ ਲੀਗਲੀ ਫਾਈਟ ਕਰਦੇ ਹਾਂ। ਨਾਲੇ ਵੀ ਨਾ ਤੁਸੀਂ ਕਰੋਗੇ ਨਾ ਸਾਨੂੰ ਵੀ ਕਲੀਨ ਚਿੱਟ ਕੋਰਟ ਵੱਲੋਂ ਮਿਲੂਗੀ, ਤਾਂ ਸਾਨੂੰ ਵੀ ਖੁਸ਼ੀ ਹੋਊਗੀ ਭਾਈ ਕਿ ਸਰਕਾਰੀ ਡਾਕੂਮੈਂਟ ਸਾਡੇ ਕੋਲ ਆ, ਕਿਉਂਕਿ ਬਹਿਸ ਤੋਂ ਨਹੀਂ ਅਸੀਂ ਜਿੱਤ ਸਕਦੇ। ਬਿਮਾਰ ਤੁਸੀਂ ਪਾ ਦੋਗੇ ਠੀਕ ਵੀ ਹੋ ਗਿਆ, ਤੁਸੀਂ ਕਹਿਣਾ ਦਵਾਈ ਨਾ ਹੋ ਗਿਆ, ਇਹਨੇ ਪਰਸੋਂ ਖਾ ਗਿਆ ਦਵਾਈ। ਮੁਰਦਾ ਜਿੰਦਾ ਹੋ ਗਿਆ, ਤੁਸੀਂ ਕਹਿਣਾ ਇਹਦੀ ਤਾਂ ਪਹਿਲਾਂ ਹੀ ਸਾਹ ਚੱਲਦੇ ਹੀ, ਅਸੀਂ ਤਾਂ ਤੁਹਾਨੂੰ ਚੈੱਕ ਕਰਨ ਡੇ। ਹੁਣ ਸਾਡੇ ਧਰਮ ਦੀ ਪ੍ਰੈਕਟਿਸ ਤੁਹਾਨੂੰ ਨਹੀਂ ਪਤਾ, ਤੁਹਾਡੇ ਧਰਮ ਦੀ ਪ੍ਰੈਕਟਿਸ ਸਾਨੂੰ ਨਹੀਂ ਪਤਾ। ਪੂਰਾ ਭਾਰਤ ਕਹਿੰਦਾ ਕਿ ਕੋਈ ਵੀ ਬੰਦਾ ਪਬਲਿਕਲੀ ਵੈਪਨ ਕੈਰੀ ਨਹੀਂ ਕਰ ਸਕਦਾ, ਇਹ ਸਾਡੇ ਹਿਊਮਨ ਰਾਈਟਸ ਦੇ ਅਗੇਂਸਟ ਆ।
ਤੁਸੀਂ ਪਬਲਿਕਲੀ ਵੈਪਨ ਕੈਰੀ ਨਹੀਂ ਕਰ ਸਕਦੇ ਬਿਨਾਂ ਕਿਸੇ ਰੀਜ਼ਨ ਤੋਂ, ਬਸ਼ਰਤੇ ਤੁਹਾਨੂੰ ਕੋਈ ਖਤਰਾ ਨਾ ਹੋਵੇ ਜਾਂ ਕੁਛ ਵੀ, ਤੁਸੀਂ ਨਹੀਂ ਕੈਰੀ ਕਰ ਸਕਦੇ। ਬਟ ਸਾਡੇ ਸਿੱਖ ਲੋਕ ਉਹਨਾਂ ਨੂੰ ਕੰਕਾਰ ਦੇ ਵਿੱਚ ਮਿਲੀ ਹੈ ਕਿਰਪਾਨ, ਉਹ ਕੈਰੀ ਕਰਦੇ ਆ, ਉਹਨਾਂ ਦਾ ਬੜਾ ਉਹ ਰਿਸਪੈਕਟ ਦੇ ਨਾਲ ਲੋਕ ਉਹਨਾਂ ਨੂੰ ਦੇਖਦੇ ਆ, ਕਿਉਂਕਿ ਉਹਨਾਂ ਦੀ ਰਿਲੀਜੀਅਸ ਪ੍ਰੈਕਟਿਸ ਆ ਭਾਈ। ਐਕਚੁਅਲੀ ਪਿੰਡਾਂ 'ਚ ਕ੍ਰਿਸਚਨਿਟੀ ਜਿੱਦਾਂ ਦੀਆਂ ਕ੍ਰਿਸਚਨ ਅਤੇ ਸਿੱਖ ਭਾਈਚਾਰੇ, ਹਿੰਦੂ ਭਾਈਚਾਰੇ ਵਿੱਚ ਇੱਕ ਹੀ ਪਿੰਡ ਦੇ ਵਿੱਚ, ਮੈਂ ਇੱਧਰ ਦੇ ਪਿੰਡ 'ਚ ਵੀ ਦੇਖੇ ਆ ਜਿੱਥੇ ਇੱਕ ਹੀ ਲਾਈਨ ਦੇ ਵਿੱਚ ਇੱਕੋ ਹੀ ਜਗ੍ਹਾ 'ਤੇ ਇੱਕੋ ਹੀ ਜਿੱਦਾਂ ਕਹਿ ਲਓ ਪਲੋਟ ਦੇ ਵਿੱਚ ਗੁਰਦੁਆਰਾ ਵੀ ਆ, ਮੰਦਰ ਵੀ ਆ, ਚਰਚ ਵੀ ਆ। ਅਤੇ ਤੁਸੀਂ ਕਦੇ ਪਿੰਡਾਂ 'ਚ ਜਾ ਕੇ ਦੇਖੋ ਬੋਲਣ ਵਾਲੇ ਕਿ ਕਿੱਦਾਂ ਪਿਆਰ ਨਾਲ ਰਹਿੰਦੇ ਆ ਮਸੀਹ ਭਾਈਚਾਰੇ ਦੇ ਲੋਕ। ਉਹ ਉਹਨਾਂ ਦੇ ਭੋਗ 'ਤੇ ਵੀ ਜਾਂਦੇ ਆ, ਉਹਨਾਂ ਦੇ ਖੁਸ਼ੀ ਦੇ ਮੌਕਿਆਂ 'ਤੇ ਵੀ ਜਾਂਦੇ ਆ, ਅਤੇ ਉਹ ਕ੍ਰਿਸਚਨ ਲੋਕਾਂ ਦੇ ਸਮਾਗਮਾਂ 'ਤੇ ਵੀ ਆਉਂਦੇ ਆ ਸਿੱਖ ਲੋਕ, ਉੱਥੇ ਕੋਈ ਵੈਰ ਵਿਰੋਧ ਨਹੀਂ। ਇਹ ਤੁਹਾਨੂੰ ਉਹੀ ਦੱਸਿਆ ਕਿ ਇਹ ਜਿਹੜੇ ਏਜੰਸੀਆਂ ਦੇ ਬੰਦੇ ਜਿਹੜੇ ਜਿਨ੍ਹਾਂ ਨੂੰ ਇਹ ਆ ਕਿ ਜਿਹੜਾ ਕਿ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਵਿਗੜਿਆ ਰਹੇ ਧਰਮਾਂ ਦੇ ਵਿੱਚ, ਇਹ ਆ ਮੇਨ ਮਸਲਾ ਇਹਨਾਂ ਦਾ, ਅਤੇ ਜਾਂ ਸਾਨੂੰ ਫੇਮ ਮਿਲ ਜੇ। ਪੰਜਾਬ ਕੇ ਬਹੁਤ ਸੇ ਪਿੰਡ ਮੇ ਅਭੀ ਵੀ ਪ੍ਰੇਮ ਭਾਵ ਹੈ, ਪ੍ਰੇਮ ਭਾਵ ਸੇ ਲੋਕ ਰਹਿਤੇ ਹੈ ਬਹੁਤ। ਕਿ ਤੁਸੀਂ ਗਵਾਹੀ ਸੁਣੀ ਹੋਏਗੀ ਕਿਸੇ ਚਰਚ ਦੀ ਸੀਗੀ ਕਿ ਇੱਕ ਅੰਬਾਨੀ ਦੇ ਹੋਸਪਿਟਲ ਦੀ ਲੇਡੀ ਸੀਗੀ, ਅਤੇ ਟੈਸਟਮਨੀ ਆਉਣ ਜਿਹਨੇ ਪਤਾ ਨਹੀਂ ਸ਼ਾਇਦ 70 ਕਰੋੜ ਰੁਪਏ ਆਪਣੇ ਖਰਚ ਕਰ ਚੁੱਕੀ ਸੀਗੀ। ਲੋਕ ਵਿਸ਼ਵਾਸ ਕੇ ਕਾਰਨ ਸੇ ਹੀ ਮਸੀਹ ਕੋ ਫੋਲੋ ਕਰਤੇ ਹੈ ਔਰ ਵਿਸ਼ਵਾਸ ਕੇ ਸਾਥ ਚਰਚ ਮੇਂ ਆਤੇ ਹੈ। ਬਿਲਕੁਲ, ਉਹ ਪ੍ਰਾਰਥਨਾ ਕਰਤੇ ਹੈ, ਉਹ ਚੰਗੇ ਹੋ ਜਾਤੇ ਹੈ। ਸਹੀ ਹੈ। ਜਹਾਂ 70 ਕਰੋੜ ਖਰਚ ਹੋ ਰਹੇ ਹੈ, ਜਹਾਂ 10 ਕਰੋੜ ਖਰਚ ਹੋਤੇ ਹੈ, ਜਹਾਂ ਪਰ 10 ਲੱਖ ਖਰਚ ਹੋਤੇ ਹੈ, ਵਹਾਂ ਪਰ ਆਪਕਾ ਕਾਮ ਫ੍ਰੀ ਮੇਂ ਹੋਤਾ। ਆਪ ਵਿਸ਼ਵਾਸ ਕਰਤੇ ਹੋ ਈਸ਼ੂ ਮਸੀਹ ਕੇ ਉੱਪਰ, ਆਪ ਵਿਸ਼ਵਾਸ ਕਰਤੇ ਹੋ ਔਰ ਆਪਕੀ ਜੋ ਬਿਮਾਰੀਆਂ ਹੈ ਉਹ ਦੂਰ ਚਲੇ ਜਾਂਦੀ ਹੈ। ਨਹੀਂ, ਇਹ ਲੋਕਾਂ ਨੂੰ ਚੀਜ਼, ਹਰ ਇੱਕ ਰਿਲੀਜਨ ਦੀ ਪ੍ਰੈਕਟਿਸ ਆਪਣੀ ਆਪਣੀ ਹੈ, ਅਤੇ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਚੀਜ਼। ਹੁਣ ਇੱਕ ਰਿਲੀਜਨ ਦੇ ਵਿੱਚ ਮੈਂ ਇੱਕ ਵੀਡੀਓ ਦੇਖਣ ਡਿਆ ਸੀਗਾ, ਇੱਕ ਚਲੋ ਅਸੀਂ ਹਰ ਰਿਲੀਜਨ ਦੀ ਰਿਸਪੈਕਟ ਕਰਦੇ ਹਾਂ, ਇੱਕ ਬੀਬੀ ਨੇ ਰੈੱਡ ਸਾੜੀ ਪਾਈ ਪਈ ਤਾਂ ਉਹਨੇ ਕਿਰਪਾਨ ਫੜੀ, ਤਾਂ ਉਹਨੇ ਕਿਹਾ ਮੇਰੇ 'ਚ ਕੋਈ ਦੇਵੀ ਆਈ ਪਈ ਆ, ਅਤੇ ਕਿਰਪਾਨ ਫੜ ਕੇ ਉਹ ਬੱਕਰੇ ਬਲੀ ਕਰਦੇ ਪਏ ਉਸ ਜਗ੍ਹਾ ਦੇ ਉੱਤੇ। ਉਹਨਾਂ ਦੇ ਰਿਲੀਜਨ ਦੀ ਪ੍ਰੈਕਟਿਸ ਹੈ ਯਾਰ, ਉਹ ਜੋ ਮਰਜ਼ੀ ਕਰ। ਹੁਣ ਲੋਕ ਉਹਨੂੰ ਪਖੰਡ ਕਹਿਣ, ਜੋ ਮਰਜ਼ੀ ਕਹਿਣ, ਅਸੀਂ ਇਹਦੇ 'ਤੇ ਟੀਕਾ ਟਿੱਪਣੀ ਨਹੀਂ ਕਰਦੇ, ਕਿਉਂਕਿ ਸਾਨੂੰ ਕੋਈ ਮਤਲਬ ਨਹੀਂ। ਸਾਨੂੰ ਆਪਣੇ ਰਿਲੀਜਨ ਦਾ ਪਤਾ, ਮੈਨੂੰ ਪਤਾ ਮੈਂ ਆਪਣਾ ਰਸਤਾ ਸਿੱਧਾ ਰੱਖਣਾ, ਮੇਰਾ ਪਰਮੇਸ਼ੁਰ ਮੈਨੂੰ ਕੀ ਕਹਿੰਦਾ। ਸਾਡੇ ਨਹੀਂ ਕਹਿੰਦੇ ਕਿ ਤੁਸੀਂ ਬਲੀਆਂ ਚੜਾਓ, ਅਸੀਂ ਨਹੀਂ ਚੜਾਉਂਦੇ, ਕਿਉਂਕਿ ਅਸੀਂ ਕਹਿੰਦੇ ਸਾਨੂੰ ਗਿਆਨ ਦੀ ਨਹੀਂ ਗੱਲ, ਸਾਨੂੰ ਗਿਆਨ ਹੋਏਗਾ ਵੀ ਤੁਹਾਡੇ ਧਰਮ ਦਾ, ਅਸੀਂ ਤਾਂ ਵੀ ਨਹੀਂ ਉੱਥੇ ਟਿੱਕਾ ਟਿੱਪਣੀ ਕਰਾਂਗੇ ਕੁਛ ਵੀ, ਕਿਉਂਕਿ ਸਾਨੂੰ ਲੋੜ ਹੀ ਨਹੀਂ ਇੰਟਰਫੇਅਰ ਕਰਨ ਦੀ ਤੁਹਾਡੇ ਵਿੱਚ, ਤੁਹਾਡੇ ਆਪਣੇ ਬਿਲੀਵਸ ਨੇ, ਤੁਸੀਂ ਆਪਦੇ ਆਪਦੇ ਢੰਗ ਨਾਲ ਚੱਲਣਾ, ਅਸੀਂ ਆਪਦੇ ਢੰਗ ਨਾਲ ਚੱਲਣਾ। ਬਿਲਕੁਲ ਵੀਰ ਜੀ, ਇੱਕ ਗੱਲ ਆ ਕਿ ਇੱਕ ਬਹੁਤ ਜ਼ਿਆਦਾ ਮੁੱਦਾ ਉਠਾਇਆ ਜਾਂਦਾ ਆ ਆਪਣੇ ਪੰਜਾਬ ਦੇ ਲੋਕਾਂ ਵੱਲੋਂ ਵੀ, ਹੋਰ ਵੀ ਲੋਕਾਂ ਵੱਲੋਂ ਉਠਾਇਆ ਜਾਂਦਾ ਕਿ ਇਹ ਹੀਲਿੰਗ ਆ ਕਰਦੇ ਚਰਚ ਦੇ ਵਿੱਚ, ਆਪਣਾ ਪੋਪ ਤਾਂ ਇਹਨਾਂ ਤੋਂ ਚੰਗਾ ਨਹੀਂ ਹੁੰਦਾ, ਅਤੇ ਉਹਦੇ ਬਾਰੇ ਕੁਛ ਥੋੜ੍ਹਾ ਬੋਲੋ, ਉਹਨਾਂ ਨੂੰ ਜਵਾਬ ਦਿਓ। ਜੀ ਜੀ, ਇੱਕ ਨਾ ਬਾਈਬਲ ਵਿੱਚ ਬੜੀ ਸੋਹਣੀ ਗੱਲ ਲਿਖੀ, ਪ੍ਰਭੂ ਯਿਸੂ ਮਸੀਹ ਕਹਿੰਦੇ ਮੈਂ ਜਿੱਥੇ ਚਾਹਵਾਂ ਉੱਤੇ ਕਿਰਪਾ ਕਰਾਂ, ਜਿੱਥੇ ਨਾ ਚਾਹਵਾਂ ਉੱਤੇ ਨਾ ਕਰਾਂ। ਮਤਲਬ ਇਹ ਮੈਂ ਨਹੀਂ ਕਹਿੰਦਾ ਕਿ ਉਹਨਾਂ ਦੀ ਪ੍ਰਭੂ ਦੀ ਕਿਰਪਾ ਨਹੀਂ, ਉਹ ਇੰਨੀ ਏਜ ਦੇ ਵਿੱਚ ਜ਼ਿੰਦਾ ਨੇ ਹੀ, ਬਹੁਤ ਵੱਡੀ ਕਿਰਪਾ ਆ, ਪਹਿਲੀ ਗੱਲ। ਦੂਜੀ ਗੱਲ ਕਿ ਅਸੀਂ ਖੁਦਾ ਨੂੰ ਬੰਨ ਕੇ ਇਸਤੇਮਾਲ ਨਹੀਂ ਕਰ ਸਕਦੇ, ਉਹ ਤੋਤਾ ਥੋੜ੍ਹੀ ਆ ਕਿ ਜੋ ਮੈਂ ਕਹੂੰਗਾ ਉਹੀ ਬੋਲੂਗਾ, ਉਹਦੀ ਮਰਜ਼ੀ ਆ, ਉਹ ਕਿਰਪਾ ਕਰੇ ਨਾ ਕਰੇ। ਈਵਨ ਕਿ ਚਰਚ ਵਿੱਚ ਜੇ 100 ਬੰਦੇ ਜਾਂਦੇ, ਜ਼ਰੂਰੀ ਨਹੀਂ 100 ਦੇ 100 ਠੀਕ ਹੋ ਜਾਂਦੇ। ਸਾਰਿਆਂ ਦੀ ਜ਼ਿੰਦਗੀ 'ਚ ਆਉਂਦਾ, ਇੱਕ ਬੰਦਾ ਬਹੁਤ ਹਾਈ ਲੈਵਲ 'ਚ ਕ੍ਰਿਸਚਨ ਆ, ਮਸੀਹ 'ਚ ਚੱਲਦਾ, ਉਹਦੀ ਲਾਈਫ 'ਚ ਵੀ ਡਾਊਨਫਾਲ ਆਊਗਾ, ਅਤੇ ਇਹਦਾ ਮਤਲਬ ਇਹ ਥੋੜ੍ਹੀ ਨਾ ਕਿ ਬਈ ਤੁਹਾਡੇ ਰੱਬ ਨੇ ਉਹਦੀ ਜ਼ਿੰਦਗੀ 'ਚ ਐਂ ਕਿਉਂ ਕੀਤਾ। ਪਰਮੇਸ਼ਰ ਆਪਣੀ ਯੋਜਨਾ ਕੇ ਤਹਿਤ ਕੰਮ ਕਰਦਾ ਹੈ। ਬਿਲਕੁਲ। ਹੁਣ ਮੈਂ ਇਸ ਗੱਲ 'ਤੇ ਹੈਰਾਨ ਹੈਗਾ ਕਿ ਮੇਰਾ ਵੀਜ਼ਾ ਕਿਉਂ ਨਹੀਂ ਲੱਗਾ। ਹੁਣ ਮੈਂ ਕਹਾਂ ਬੀਇੰਗ ਅ ਕ੍ਰਿਸਚਨ, ਮੈਂ ਯਿਸੂ ਮਸੀਹ ਨੂੰ ਮੰਨਦਾ, ਮੇਰਾ ਵੀਜ਼ਾ ਕਿਉਂ ਨਹੀਂ ਲੱਗਾ ਭਾਈ? ਕਿਉਂਕਿ ਮੈਨੂੰ ਬਾਈਬਲ ਕਹਿੰਦੀ ਹੈ, ਮੇਰਾ ਪਰਮੇਸ਼ੁਰ ਕਹਿੰਦਾ ਜਾ ਜਗਤ ਦੇ ਛੋਰ ਤੱਕ ਜਾ ਕੇ ਮੇਰਾ ਪ੍ਰਚਾਰ ਕਰ, ਅਤੇ ਮੇਰਾ ਤਾਂ ਪਹਿਲੀ ਸੱਟਿਆ ਜਾਂਦਾ, ਮੇਰੀ ਸ਼ੁਰੂਆਤ ਹੀ ਸੀਗੀ, ਕਿਸੇ ਨੇ ਮੈਨੂੰ ਕਿਸੇ ਭਰਾ ਨੇ ਸਪੋਂਸਰ ਕੀਤਾ, ਉਹ ਕਹਿੰਦਾ ਕਿ ਤੂੰ ਆ ਜਾ ਮੇਰੇ ਕੋਲ, ਅਤੇ ਉੱਥੇ ਮੇਰਾ ਵੀਜ਼ਾ ਰਿਜੈਕਟ ਹੋਇਆ, ਹਾਲਾਂਕਿ ਸਾਰੇ ਪੇਪਰ ਪੂਰੇ ਹੋਣ ਦੇ ਬਾਵਜੂਦ ਵੀ। ਮੈਂ ਖੁਦਾ ਨੂੰ ਕੁਐਸਚਨ ਕਰਾਂ ਕਿ ਪ੍ਰਭੂ ਕਿਉਂ ਇੱਦਾਂ ਹੋਇਆ? ਉਹਦੀ ਯੋਜਨਾ ਆ, ਉਹ ਉਹਨੇ ਇਹ ਗਵਾਹੀ ਦੇਣ ਲਈ ਮੈਨੂੰ ਰੱਖਿਆ ਸੀਗਾ।
ਕਿ ਹਾਂ ਵੀ ਠੀਕ ਆ ਕਿ ਭਾਈ ਜਦੋਂ ਇਸ ਮੁੱਦੇ ਤੇ ਬਹਿ ਕੇ ਤੁਸੀਂ ਆਹ ਗੱਲ ਦੱਸਣੀ ਸੀ ਤਾਂ ਕਰਕੇ ਕਿ ਮੈਂ ਦੱਸਣੀ ਸੀ ਇਹ ਪਰਮੇਸ਼ਵਰ ਦੀ ਕਿਰਪਾ ਹੀ ਮੈਨੂੰ ਹੁਣ ਸਮਝ ਲੱਗਦੀ ਵੀ ਇਹ ਚੀਜ਼ ਕਿ ਕਿਉਂ ਆ। ਪਰਮੇਸ਼ਵਰ ਨੇ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਸਮਾਂ ਠਹਿਰਾਇਆ ਹੁੰਦਾ ਵਾ, ਉਹਦੇ ਵਿੱਚੋਂ ਟੈਸਟ ਦੇ ਵਿੱਚੋਂ ਜਦੋਂ ਬੰਦਾ ਪਾਸ ਹੋ ਜਾਂਦਾ ਉਹ ਪਰਖ, ਜਿਹੜੀ ਕ੍ਰਿਸਚਨ ਲਾਈਫ ਇੱਦਾਂ ਦੀ ਇਹ 'ਚ ਪਰਖ ਜ਼ਰੂਰੀ ਹੁੰਦੀ ਹੈ ਅਤੇ ਹੁੰਦੀ ਵੀ ਆ ਪਰਖ। ਹਾਂ, ਕੋਈ ਇੱਦਾਂ ਦਾ ਕ੍ਰਿਸਚਨ ਨਹੀਂ ਹੈ ਜਿਹਦੀ ਲਾਈਫ 'ਚ ਪਰਖ ਨਹੀਂ ਆਉਂਦੀ। ਮੈਂ ਵੀ ਇਹ ਪੌਪ ਸਾਹਿਬ ਦਾ ਜਿਹੜਾ ਕਿ ਹੋ ਸਕਦਾ ਉਹਦੀ ਜ਼ਿੰਦਗੀ 'ਚ ਪਰਖ ਹੋਏ, ਬਾਕੀ ਉਹਨਾਂ ਦੀ ਏਜ ਵੀ ਇਸ ਲੈਵਲ 'ਤੇ ਪਹੁੰਚ ਗਈ ਹੈ ਕਿ ਤੁਸੀਂ ਇੱਦਾਂ ਦੀ ਟਿੱਕਾ ਟਿੱਪਣੀ ਕਰਨ ਤੋਂ ਪਹਿਲਾਂ ਤੁਹਾਨੂੰ 1000 ਵਾਰ ਸੋਚਣਾ ਚਾਹੀਦਾ। ਨਾਲੇ ਤੁਸੀਂ ਪੌਪ ਸਾਹਿਬ ਨੂੰ ਬਾਹਰ ਅੰਦਰ ਆਉਂਦਿਆਂ ਜਾਂਦਿਆਂ ਵੇਖਿਆ, ਉਹਨਾਂ ਦੇ ਬੈੱਡਰੂਮ 'ਚ ਨਹੀਂ ਵੇਖਿਆ, ਹੋ ਸਕਦਾ ਉਹਨਾਂ ਨੂੰ ਮੂਵ ਇਸ ਕਰਕੇ ਕਰਵਾਉਂਦੇ ਹੋਣ ਕਿ ਜ਼ਿਆਦਾ ਨਾ ਚੱਲ ਫਿਰ ਸਕਦੇ ਹੋਣ। ਤੁਸੀਂ ਮੈਡੀਕਲ ਉਹਨਾਂ ਦੀ ਹਿਸਟਰੀ ਚੈੱਕ ਕੀਤੀ ਜਾਂ ਤਾਂ ਪਹਿਲਾਂ ਉਹਨਾਂ ਕੋਲ ਜਾ ਕੇ ਉਹਨਾਂ ਦੀ ਰਿਪੋਰਟਾਂ ਲੈ ਕੇ ਆਓ ਕਿ ਸਮੱਸਿਆ ਕੀ ਆ, ਉਹਨਾਂ ਦਾ ਸਾਰਾ ਕੁਝ ਚੈੱਕ ਕਰੋ ਪਹਿਲਾਂ ਕਿ ਕੀ। ਹਾਂ, ਉਹ ਪੌਪ ਜਿਹੜੇ ਨਾ ਉਹ ਕ੍ਰਿਸਚਨ ਕਮਿਊਨਿਟੀ ਲਈ ਬਹੁਤ ਪ੍ਰੀਸ਼ੀਅਸ ਨੇ। ਬਿਲਕੁਲ, ਉਹਨਾਂ ਦੀ ਲਾਈਫ ਨੂੰ ਰਿਸਕ ਦੇ ਵਿੱਚ ਪਾਉਣਾ, ਉਹ ਚੱਲਦੇ ਚੱਲਦੇ ਜੇ ਡਿੱਗ ਪੈਣ, ਬਜ਼ੁਰਗ ਏਜ ਆ, ਹੈ ਨਾ, ਜਿੱਦਾਂ ਅਸੀਂ ਘਰ ਦੇ ਬਜ਼ੁਰਗਾਂ ਨੂੰ ਕਹਿਣ ਦੇ ਤਾਂ ਹੁਣ ਤੁਸੀਂ ਬਾਪੂ ਜੀ ਪੌੜੀਆਂ ਨਾ ਚੜਿਆ ਕਰੋ ਕਿ ਨੁਕਸਾਨ ਨਾ ਹੋ ਜਾਵੇ ਕੋਈ, ਹੈ ਨਾ, ਕਿਉਂਕਿ ਬਜ਼ੁਰਗ ਏਜ ਦੇ ਵਿੱਚ ਸੱਟ ਵੀ ਜਲਦੀ ਹੀਲ ਨਹੀਂ ਹੁੰਦੀ, ਕਿਉਂਕਿ ਜਿੱਥੇ ਕਿਸੇ ਨੇ ਜੀਣਾ ਉੱਥੇ ਕਿਸੇ ਨੇ ਮਰਨਾ ਵੀ ਆ। ਹੁਣ ਮਰਨ ਦਾ ਜ਼ਰੂਰੀ ਥੋੜ੍ਹਾ ਕਿ ਬੰਦੇ ਨੇ ਕਿ ਸਿੱਧੇ ਪੱਧਰੇ ਹੀ ਮਰਨਾ, ਕਈ ਜਿਹਦੇ ਲਈ ਰੱਬ ਨੇ ਪਰਮੇਸ਼ੁਰ ਨੇ ਜੋ ਸੋਚਿਆ ਉਹਨੇ ਉਸੇ ਢੰਗ ਨਾਲ ਮਰਨਾ ਕਿ ਏਜ ਦੇ ਬਹੁਤ ਨਜ਼ਦੀਕ ਪਹੁੰਚ ਗਿਆ, ਅਤੇ ਉਹਦੇ 'ਤੇ ਆਪਾਂ ਐਂ ਨਹੀਂ ਕਹਿ ਸਕਦੇ ਕਿ ਬਈ ਇਹ ਬੰਦਾ ਬਿਮਾਰ ਕਿਉਂ ਆ, ਇਹ ਇੱਦਾਂ ਕਿਉਂ ਚੱਲਣ ਦਿਆ। ਅਤੇ ਪਹਿਲਾਂ ਤੁਸੀਂ ਉਹਦੀ ਹਿਸਟਰੀ ਦੇਖੋ, ਉਹਦੀ ਏਜ ਦੇਖੋ, ਨੈੱਟ 'ਤੇ ਗੂਗਲ 'ਤੇ ਸਰਚ ਕਰੋ, ਫਿਰ ਇੱਦਾਂ ਦੀਆਂ ਟਿੱਕਾ ਟਿੱਪਣੀਆਂ ਕਰਿਆ ਕਰੋ। ਨਾਲੇ ਤੁਹਾਨੂੰ ਤੱਲੂ ਮੱਛੀ ਲੱਗੀ ਪੌਪ ਸਾਹਿਬ ਨੂੰ ਠੀਕ ਕਰਨ ਦੀ, ਸਾਨੂੰ ਕੋਈ ਨਹੀਂ ਗੀ, ਕਿਉਂਕਿ ਸਾਡੇ ਪਰਮੇਸ਼ੁਰ ਦਾ ਕਲਾਮ ਕਹਿੰਦਾ ਇੱਕ ਬਾਈਬਲ ਦੇ ਵਿੱਚ ਕਰੈਕਟਰ ਹੋਇਆ ਲਾਜ਼ਰ ਨਾਮ ਦਾ, ਉਹ ਸਾਰੀ ਉਮਰ ਬਿਮਾਰ ਰਿਹਾ ਅਤੇ ਬਿਮਾਰੀ ਪਰਮੇਸ਼ੁਰ ਕੋਲ ਚੱਲ ਗਿਆ, ਅਤੇ ਪ੍ਰਭੂ ਦੀ ਉਹਦੇ ਉੱਤੇ ਅਲੱਗ ਯੋਜਨਾ ਸੀ। ਸਾਡੇ ਪ੍ਰਭੂ ਦੀ ਯੋਜਨਾ ਹੈ ਉਹ ਕਿਸੇ ਨੂੰ ਬਿਮਾਰ ਰੱਖੇ, ਠੀਕ ਕਰੇ, ਚਲਾਵੇ, ਦੜਾਵੇ, ਅੜਾਵੇ। ਅਸੀਂ ਉੱਡਦੇ ਵੀ ਦੇਖੇ ਬਾਈਬਲ ਦੇ ਵਿੱਚ ਬੰਦੇ, ਬਾਈਬਲ ਮੈਂ ਹਰ ਚੀਜ਼ ਕਾ ਸਮੇਂ ਵੀ ਦਿਆ ਗਿਆ, ਜੈਸੇ ਰੋਨੇ ਕਾ ਸਮੇਂ, ਹੱਸਨੇ ਕਾ ਸਮੇਂ, ਔਰ ਖੇਲਨੇ ਕਾ ਸਮੇਂ, ਬਾਤ ਕਰਨੇ ਕਾ ਸਮੇਂ, ਤੋ ਹਰ ਚੀਜ਼ ਕਾ ਪਰਮੇਸ਼ੁਰ ਨੇ ਸਮੇਂ ਵੀ ਠਹਿਰਾਇਆ ਹੈ। ਠੀਕ ਹੈ, ਤੋ ਪਰਮੇਸ਼ੁਰ ਕੇ ਸਾਥ ਚੱਲਣੇ ਵਾਲੇ ਲੋਕ ਕਾ ਮਤਲਬ ਇਹ ਨਹੀਂ ਕਿ ਉਹ ਪਰਸਨ ਬਿਮਾਰ ਨਹੀਂ ਹੋਗਾ ਜਾਂ ਪਰੇਸ਼ਾਨ ਨਹੀਂ ਹੋਗਾ ਜਾਂ ਪ੍ਰੀਖਿਆ ਵੀ ਨਹੀਂ ਪੜੇਗਾ। ਇਹ ਤੋਂ ਜ਼ਾਹਿਰ ਸੀ ਬਾਤ, ਉਸਕੇ ਜੀਵਨ ਕੋ ਤਿਆਰ ਕਰਨੇ ਕੇ ਲੀਏ ਪ੍ਰੀਖਿਆ, ਬਿਮਾਰੀ, ਪਰੇਸ਼ਾਨੀ ਆਏਗੀ। ਹਾਲਾਂਕਿ ਜੋ ਹਮਾਰੀ ਆਤਮਾ ਹੈ ਨਾ, ਉਸਕੋ ਲੋਕ ਟੱਚ ਨਹੀਂ ਕਰ ਸਕਤੇ। ਜੋ ਹਮਾਰੀ ਆਤਮਾ ਹੈ ਨਾ, ਸੋਲ ਹੈ ਜੋ ਬਾਈਬਲ ਕੇ ਹਿਸਾਬ ਸੇ, ਤੋ ਹਮਾਰੀ ਆਤਮਾ ਹੈ ਉਸਕੋ ਜੋ ਸ਼ੈਤਾਨ ਹੈ ਉਸਕੋ ਟੱਚ ਨਹੀਂ ਕਰ ਸਕਤਾ, ਕਿਉਂਕਿ ਹਮਾਰੀ ਮ੍ਰਿਤੂ ਕੇ ਬਾਅਦ ਮੈਂ ਵੀ ਹਮਾਰਾ ਜੋ ਡਿਸਟੈਂਸ ਹੈ ਹਮਾਰਾ ਹੋਗਾ ਨਹੀਂ, ਕਿਉਂਕਿ ਮ੍ਰਿਤੂ ਕੇ ਬਾਅਦ ਮੈਂ ਹਮਾਰਾ ਜੋ ਮ੍ਰਿਤੂ ਹੈ, ਮ੍ਰਿਤੂ ਕਾ ਮਤਲਬ ਇਹ ਨਹੀਂ ਕਿ ਹਮ ਲੋਕ ਪਰਮੇਸ਼ੁਰ ਸੇ ਅਲੱਗ ਹੋ ਜਾਏਂਗੇ, ਬਾਡੀ ਹਮਾਰੀ ਡੈਡ ਹੋ ਜਾਏਗੀ, ਲੇਕਿਨ ਹਮਾਰੀ ਸੋਲ ਜੋ ਹੈ ਆਤਮਾ ਉਹ ਪਰਮੇਸ਼ੁਰ ਕੇ ਸਾਥ। ਸਭ ਤੋਂ ਮਜ਼ੇਦਾਰ ਗੱਲ ਇਹ ਬਾਈਬਲ ਦੀ, ਬਾਈਬਲ 'ਚ ਲਿਖਿਆ ਕਹਿੰਦੇ ਜੀਣਾ ਮੇਰੇ ਲਈ ਮਸੀਹ ਤਾਂ ਮਰਨਾ ਮੇਰੇ ਲਈ ਲਾਭ। ਅਸੀਂ ਤਾਂ ਪ੍ਰਿਵਲੇਜ ਸਮਝਦੇ ਹਾਂ, ਅਸੀਂ ਤਾਂ ਇਹਨੂੰ ਮੌਕਾ ਸਮਝਦੇ ਕਿ ਕਦੋਂ ਅਸੀਂ ਖੁਦਾ ਦੇ ਕੋਲ ਜਾਵਾਂਗੇ, ਕਿਉਂਕਿ ਆਨੰਦ ਕੀ ਬਾਤ ਸਮਝੋ, ਗਾਣਾ ਵੀ ਸੁਣਿਆ ਤੁਸੀਂ। ਬਿਲਕੁਲ, ਹਾਂ। ਇੱਕ ਸਾਹਿਲ ਜੀ, ਇੱਕ ਹੋਰ ਗੱਲ ਆ ਕਿ ਇੱਕ ਲੋਕਾਂ ਦੇ ਵੱਲੋਂ ਬਹੁਤ ਸਵਾਲ ਕੀਤਾ ਜਾਂਦਾ ਕਿ ਇਹ ਪੰਜਾਬ 'ਚ ਜਿਹੜਾ ਕਿ ਧਰਮ ਪਰਿਵਰਤਨ ਨਹੀਂ, ਮਤਲਬ ਇਹ ਕਹਿੰਦੇ ਕਿ ਪਖੰਡਵਾਦ ਕਰਦੇ ਨੇ, ਹੀਲਿੰਗ ਕਰਦੇ ਨੇ, ਡਿਲੀਵਰੈਂਸ ਕਰਦੇ ਨੇ, ਅਤੇ ਕਹਿੰਦੇ ਆ ਸਾਨੂੰ ਕਨੇਡਾ, ਅਮਰੀਕਾ 'ਚ, ਇੰਗਲੈਂਡ ਬੈਠੇ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ, ਅਤੇ ਉਹਦੇ ਬਾਰੇ ਕੀ ਖਿਆਲ ਆ, ਕੀ ਕਹਿਣਾ ਚਾਹੋਗੇ ਇਹਨਾਂ ਨੂੰ ਤੁਸੀਂ? ਦੇਖੋ, ਇੱਕ ਚੀਜ਼ ਆ, ਅਸੀਂ ਜਿਹੜੀ ਚੀਜ਼ ਨੂੰ ਫਾਈਂਡ ਆਊਟ ਨਹੀਂ ਨਾ ਕਰਨਾ ਚਾਹੁੰਦੇ, ਉਹ ਭਾਵੇਂ ਸਾਡੇ ਗਵਾਂਢ 'ਚ ਹੋਵੇ, ਸਾਨੂੰ ਨਹੀਂ ਲੱਭਦੀ। ਜੇ ਮੈਨੂੰ ਜਰਾਬਾਂ ਚਾਹੀਦੀਆਂ ਨਾ, ਮੈਂ ਜਰਾਬਾਂ ਦੀ ਭਾਲ ਕਰ ਲਵਾਂਗਾ ਕਿੱਥੇ ਆ ਅਤੇ ਕਿੱਥੋਂ ਮਿਲਦੀਆਂ, ਭਾਵੇਂ ਦੂਜੇ ਸ਼ਹਿਰ 'ਚ ਹੀ ਹੋਵਾਂ। ਤੁਸੀਂ ਕਦੀ ਹੀਲਿੰਗ ਉੱਥੇ ਦੇਖਣੀ ਨਹੀਂ ਚਾਹੀਦੀ, ਇਸ ਕਰਕੇ ਤੁਹਾਨੂੰ ਮਿਲੀ ਨਹੀਂ। USA ਦੇ ਵਿੱਚ ਪਾਸ ਬੈਨੀ ਹਿੰਜੀ ਨੇ ਪੂਰਾ ਵਰਡ ਜਾਣਦਾ, ਗੂਗਲ 'ਤੇ ਸਰਚ ਕਰਿਓ ਗਿਆਨਕਾਰ, ਪਾਸ ਕ੍ਰਿਸ ਨੇ, ਹੈ ਨਾ। ਅੱਛਾ, ਇਹ ਇੱਕ ਚੀਜ਼ ਹੋ ਰਹੀ ਨਾ ਗੱਲ ਕਰਦੇ ਵੀਡੀਓ ਦੇ ਵਿੱਚ, ਕਹਿੰਦੇ ਜੇ ਤੁਸੀਂ ਕ੍ਰਿਸਚਨ ਬਣ ਗਏ ਆ, ਆਪਣਾ ਨਾਂ ਚੇਂਜ ਕਰੋ, ਰਿਲੀਜਨ ਚੇਂਜ ਕਰੋ, ਸਿੰਘ ਸ਼ਬਦ ਹਟਾ ਦਿਓ ਅਤੇ ਜਾਤ ਪਾਤ ਦੇ ਬੈਨੀਫਿਟ ਲੈਣੇ ਬੰਦ ਕਰ ਦਿਓ, ਬੜਿਆਂ ਲੋਕਾਂ ਨੂੰ ਚੇੜਾ। ਪਹਿਲਾਂ ਤਾਂ ਇਹਨਾਂ ਨੂੰ ਇਹ ਪੁੱਛਣਾ ਚਾਹੀਦਾ ਕਿ ਤੁਸੀਂ ਜਾਤ ਪਾਤ ਦੀ ਹਮਾਇਤ ਕੀ ਕਰਦੇ ਹੋ, ਕੀ ਸਿੱਖਿਜ਼ਮ ਦੇ ਵਿੱਚ ਜਿੰਨੇ ਗੁਰੂ ਸਾਹਿਬਾਨ ਹੋਏ ਆ, ਕੀ ਉਹਨਾਂ ਨੇ ਉਤਸ਼ਾਹਿਤ ਕੀਤਾ ਲੋਕਾਂ ਨੂੰ ਜਾਤ ਪਾਤ ਲਈ? ਨਹੀਂ ਕੀਤਾ। ਫਿਰ ਜਿਹੜੀ ਅਸੀਂ ਸਿੱਖਿਜ਼ਮ ਦੇ ਵਿੱਚ ਜਿਹੜੀ ਪ੍ਰੈਕਟਿਸ ਕਰਦੇ ਪਏ, ਅਸੀਂ ਆਪਣੇ ਵੱਖਰੇ ਗੁਰਦੁਆਰਾ ਸਾਹਿਬ ਬਣਾ ਲਏ ਆ, ਜਾਤਾਂ ਦੇ ਆਧਾਰ 'ਤੇ ਵੰਡ ਕਰ ਲਈ ਆ, ਅਤੇ ਫਿਰ ਇਹ ਕਿੱਥੋਂ ਆਈ?
ਆਪਾਂ ਦੇਖੋ ਮਸਲਾ ਇੱਥੇ ਇਹ ਹੋ ਗਿਆ ਕਿ ਸਾਡੇ ਆਉਂਦੇ ਆ ਬੰਦੇ ਕੋਈ ਬਾਹਰੋਂ ਆਉਂਦੇ ਆ, ਉਹ ਆ ਕੇ ਕਿਸੇ ਇੱਕ ਰਿਲੀਜਨ ਨੂੰ ਮਾੜਾ ਕਹਿੰਦੇ ਆ, ਮਸ਼ਹੂਰੀ ਲੈਂਦੇ ਆ, ਸਿੱਖ ਕੌਮ ਤੋਂ ਡੋਨੇਸ਼ਨਸ ਲੈਂਦੇ ਆ, ਅਤੇ ਉਸ ਤੋਂ ਬਾਅਦ ਬਸ ਗੱਲ ਖਤਮ, ਮਸ਼ਹੂਰੀ ਹੋ ਗਈ। ਮੈਂ ਸਿੱਖ ਕੌਮ ਨੂੰ ਇਹ ਚੀਜ਼ ਕਹਿਣਾ ਚਾਹੂੰਗਾ, ਇਹ ਤੁਹਾਡੀ ਡੋਨੇਸ਼ਨ ਲੈਣਾ, ਸਾਡਾ ਤਾਂ ਕੁਛ ਨਹੀਂ ਜਾਂਦਾ, ਆਪਾਂ ਕੱਲ੍ਹ ਵੀ ਉਹੋ ਜਿਹੇ ਸੀਗੇ, ਅੱਜ ਵੀ ਉਹੋ ਜਿਹੇ, ਅਤੇ ਅੱਗੇ ਵੀ ਆਪਾਂ ਇਹੋ ਜਿਹੇ ਰਹਿਣਾ, ਵੱਧਦੇ ਜਾਵਾਂਗੇ। ਪਰ ਇਹ ਸਿਰਫ ਜੇ ਤੁਹਾਨੂੰ ਕੋਈ ਲੱਗਦਾ ਕਿ ਤੁਹਾਡੇ ਹੱਕ 'ਚ ਗੱਲ ਹੋ ਰਹੀ ਹੈ, ਇਹ ਬਸ ਬੈਠੇ ਬਾਹਰ ਲੋਕ ਜਿਹੜੇ ਡੋਨੇਸ਼ਨ ਲੈਣ ਆਉਂਦੇ, ਠੀਕ ਆ, ਇਹ ਮਾਹੌਲ ਖਰਾਬ ਕਰਕੇ ਫਿਰ ਬਾਹਰ। ਅੱਜ ਕੱਲ੍ਹ ਹੋਰ ਚੀਜ਼ ਦੱਸਦਾ ਤੁਹਾਨੂੰ, ਤੁਸੀਂ ਦੇਖੋ ਸਾਡੇ ਸਮਾਜ ਦੇ ਵਿੱਚ ਇੰਸਟਾਗ੍ਰਾਮ ਖੋਲ੍ਹ ਲਓ, ਪਹਿਲਾਂ ਟਿਕਟੋਕ ਸੀਗਾ, ਲੋਕ ਨੰਗੇ ਹੋਣ ਨੂੰ ਤਿਆਰ ਆ ਮਸ਼ਹੂਰੀ ਲਈ। ਸਹੀ ਗੱਲ, ਇੱਕ ਬੰਦਾ ਆਪਣੀ ਵੀਡੀਓਜ਼ ਤੱਕ ਵਾਇਰਲ ਕਰ ਦਿੰਦਾ ਵਾ ਮਸ਼ਹੂਰੀ ਲਈ, ਅਤੇ ਇਹ ਬੰਦੇ ਕਿਉਂ ਨਹੀਂ ਇੱਦਾਂ ਕਰ ਸਕਦੇ ਭਾਈ? ਮਤਲਬ ਇਹ ਮਸਲਾ ਸਾਰਾ ਮਸ਼ਹੂਰੀ ਦਾ ਵਾ, ਹੈ ਨਾ, ਮਸਲਾ ਸਾਰਾ ਇਹ ਆ ਕਿ ਪਾਪੂਲੈਰਿਟੀ ਦਾ ਵਾ। ਅੱਜ ਕੱਲ੍ਹ ਲੋਕ ਮੈਂ ਕਿਹਾ ਤਰਸੇ ਪਏ ਪਾਪੂਲੈਰਿਟੀ ਨੂੰ, ਕਿ ਬਾਹ ਚਾਰ ਬੰਦੇ ਸਾਨੂੰ ਜਾਣਨ, ਸਾਡੇ ਨਾਲ ਸੈਲਫੀਆਂ ਖਿਚਾਉਣ, ਵਾਹ ਵਾਹ ਹੀ ਕਰਨ ਆਡੀ, ਅਤੇ ਅਸੀਂ ਮਾੜਾ ਜਿਹਾ ਬੱਲੇ ਬੱਲੇ ਕਰੀਏ, ਵਿਊਜ਼ ਸਹੀ ਹੈ ਔਰ ਆਪਣਾ ਕਹਿੰਦਾ ਮੈਂ ਆਪਣਾ ਨੇਮ ਔਰ ਫੇਮ ਚਾਹੀਏ। ਹਾਂ, ਐਕਚੁਲੀ ਭਾਈ ਸਾਹਿਬ, ਇੱਕ ਨਾ ਗੁਰਦੁਆਰਾ ਸਾਹਿਬ ਹੈਗੇ ਇੱਦਾਂ ਦੇ ਪੰਜਾਬ ਦੇ ਵਿੱਚ ਵੀ, ਜਿੱਥੇ ਹੀਲਿੰਗ ਹੁੰਦੀ ਹੈ, ਜਿੱਥੇ ਲੋਕ ਜਾਂਦੇ ਚੰਗੇ ਹੁੰਦੇ, ਕਿ ਇੱਥੇ ਇਸ਼ਨਾਨ ਕਰਕੇ ਚੰਗੇ ਹੋ ਜਾਂਗੇ, ਅਤੇ ਉੱਥੇ ਵੀ ਤੁਸੀਂ ਦੇਖੋ ਫਿਰ ਤੁਸੀਂ, ਜੇ ਤੁਸੀਂ ਚਰਚਾਂ ਵਾਲੇ ਪਾਸੇ ਹੁੰਦੇ ਕਿ ਇੱਦਾਂ ਕਰਦੇ ਹੋ, ਆਪਾਂ ਦੇਖੋ ਇੱਕ ਗੁਰਦੁਆਰਾ ਸਾਹਿਬ, ਉਹਨੂੰ ਕਹਿੰਦੇ ਗੁਰਦੁਆਰਾ ਸਾਹਿਬ, ਮੈਂ ਚਲੋ ਬੁਰਾਈ ਨਹੀਂ ਇਹ ਕਰਨ ਦਾ, ਆਪਾਂ ਗੱਲ ਕਰਨ, ਝੂਲਿਆਂ ਵਾਲਾ ਗੁਰਦੁਆਰਾ ਸਾਹਿਬ, ਕਹਿੰਦੇ ਉੱਥੇ ਬਹਿ ਕੇ ਨਾ ਉਹ ਹਿੱਲਦਾ ਗੁਰਦੁਆਰਾ ਸਾਹਿਬ, ਇੱਕ ਜਹਾਜ਼ਾਂ ਵਾਲਾ ਵੀ ਹੈਗਾ ਨਾ, ਜਹਾਜ਼ ਵਾਲਾ ਗੁਰਦੁਆਰਾ ਸਾਹਿਬ, ਇੱਕ ਇਹ ਪਾਥੀਆਂ ਵਾਲਾ ਗੁਰਦੁਆਰਾ ਸਾਹਿਬ, ਇੱਕ ਜਿੱਥੇ ਬੱਚਿਆਂ ਦੀ ਦਾਤ ਮਿਲਦੀ। ਆਪਾਂ ਬਹੁਤ ਰਿਸਪੈਕਟ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ, ਬੀਇੰਗ ਅ ਕ੍ਰਿਸ਼ਨ ਅਸੀਂ ਹਰ ਰਿਲੀਜਨ ਦੀ ਰਿਸਪੈਕਟ ਕਰਦੇ ਹਾਂ, ਸਾਰੇ ਰਿਲੀਜਨ ਆਪਣੇ ਹਿਸਾਬ ਸੇ ਹੀਲਿੰਗ ਰਿਸਪੈਕਟ ਕਰਦੇ ਆਪਾਂ। ਹਾਂ ਯਾਰ, ਸਾਡੀ ਬਾਈਬਲ ਕਹਿੰਦੀ ਆ ਅਤੇ ਤੁਹਾਡਾ ਆਪਸੀ ਪ੍ਰੇਮ ਦੇਖ ਕੇ ਲੋਕ ਜਾਣਨ, ਤੁਸੀਂ ਮੇਰੇ ਚੇਲੇ ਹਾਂ, ਅਤੇ ਅਸੀਂ ਉਹੀ ਕਰਦੇ ਪਏ। ਇੱਕ ਹੁਣੇ ਹੁਣੇ ਮੇਰੇ ਦਿਮਾਗ 'ਚ ਇੱਕ ਸਵਾਲ ਆ ਰਿਹਾ ਕਿ ਜਿੱਦਾਂ ਆਪਣੇ ਇਹ ਕਹਿੰਦੇ ਆ ਕਿ ਜਿਹੜੇ ਧਰਮ ਪਰਿਵਰਤਨ ਕਰਦੇ ਇਹ ਡਾਕੂਮੈਂਟ ਦੇ ਦੁਆਰਾ ਆਪਣਾ ਨਾਮ ਚੇਂਜ ਕਰਨ, ਸਾਰਾ ਕੋਈ ਪਹਿਰਾਵਾ ਚੇਂਜ ਕਰਨ, ਫਿਰ ਆਪਾਂ ਮੰਨਾਂਗੇ ਕਿ ਹਾਂ ਠੀਕ ਆ ਧਰਮ ਪਰਿਵਰਤਨ, ਇਹ ਧਰਮ ਵੀ ਪਰਿਵਰਤਨ ਕਰ ਲੈਂਦੇ ਅਤੇ ਆਪਣਾ ਨਾਮ ਵੀ ਉਹੀ ਰੱਖਦੇ ਨੇ, ਅਤੇ ਉਹ ਚੀਜ਼ ਨੂੰ ਕਹਿੰਦੇ ਆਪਾਂ ਅਸੈਪਟ ਨਹੀਂ ਕਰਾਂਗੇ, ਤਾਂ ਉਹਦੇ ਬਾਰੇ ਥੋੜ੍ਹੀ ਜਿਹੀ ਕਲੀਅਰੈਂਸ ਦਿਓ ਤੁਸੀਂ ਕਿ ਇਹ ਹਰ ਬੰਦੇ ਨੂੰ ਨਾ ਆਪਣੀ ਪ੍ਰੈਕਟਿਸ ਕਰਨ ਦਾ ਅਧਿਕਾਰ ਹੈਗਾ। ਐਕਚੁਅਲੀ ਕ੍ਰਿਸਚੀਅਨਿਟੀ ਧਰਮ ਹੈ ਹੀ ਨਹੀਂ ਆ ਜਿਹੜੀ ਮੇਨ ਮੁੱਦਾ ਗੱਲ। ਬਿਲਕੁਲ, ਇਹ ਨਾ ਭਾਈ ਕੱਲ੍ਹ ਇੰਟਰਵਿਊ ਜਦੋਂ ਚੱਲ ਰਿਹਾ ਸੀਗਾ ਬਾਬਾ ਜੀ ਦਾ, ਅਤੇ ਨਾਲ ਜਿਹੜੀ ਭੈਣ ਬੈਠੀ ਮੇਰੀ ਕੋਕਿਲਾ ਭੈਣ, ਜਿਹਨੂੰ ਮੈਂ ਹਰ ਵੀਡੀਓ 'ਚ ਕੋਕਿਲਾ ਹੀ ਕਹਿੰਦਾ, ਉਹਦੀ ਆਪਾਂ ਗੱਲ ਨਹੀਂ ਕਰਦੇ, ਅਤੇ ਉਹਨਾਂ ਨੇ ਇਹ ਚੀਜ਼ ਕਹੀ ਵੀ ਹੈਗੀ ਆ ਕਿ ਕ੍ਰਿਸਚੀਅਨਿਟੀ ਧਰਮ ਨਹੀਂ ਹੈਗਾ। ਉਹਨੇ ਖੁਦ ਕਿਹਾ ਵਨੀਤ ਕੌਰ ਨੇ ਕਿ ਇਹ ਕ੍ਰਿਸਚੀਅਨਿਟੀ ਧਰਮ ਨਹੀਂ ਹੈਗਾ, ਇਹਦੇ ਵਿੱਚ ਕਿਤੇ ਧਰਮ ਦਾ ਨਾਂ ਨਹੀਂ ਹੈ, ਜਸਟ ਇੱਕ ਆਪਾਂ ਰੂਲਸ ਨੂੰ ਫੋਲੋ ਕਰਦੇ ਹਾਂ ਜਾਂ ਪਰਮੇਸ਼ਰ ਦੇ ਸਿਧਾਂਤ ਆ, ਹੈ ਨਾ, ਇੱਕ ਰਸਤਾ ਹੈ ਪਰਮੇਸ਼ਰ ਸੁਰੱਖਿਅਤ ਪਹੁੰਚਾਉਣ ਦੇ ਲਈ। ਹੁਣ ਦੇਖੋ ਤੁਸੀਂ ਜਿਹੜੀ ਸੰਸਥਾ ਨਾਲ ਜੁੜਦੀ ਆ, ਚਾਹੇ ਉਹ ਸ਼ਿਵਸੈਨਾ ਹੋਵੇ, ਚਾਹੇ ਉਹ ਅਬਰਾਹਮ ਜੌਨ ਨਹੀਂ ਹੋਣ, ਚਾਹੇ ਕੋਈ ਵੀ ਹੋਵੇ, ਉਹ ਕਿਉਂ ਲੀਵ ਕਰ ਦਿੰਦੇ ਇੱਕ ਟਾਈਮ ਤੋਂ ਬਾਅਦ ਉਹਨੂੰ? ਮਤਲਬ ਉਹ ਜਦੋਂ ਉਹਨਾਂ ਨੂੰ ਸਮਝ ਲੱਗ ਜਾਂਦੀ ਨਾ ਕਿ ਇਹ ਜਿਹੜੀ ਮੈਂਟਲੀ ਡਿਪਰੈਸਡ ਆ ਬੀਬੀ, ਉਹਦੇ 'ਤੇ ਇੱਕ ਪ੍ਰੋਪਰ ਮੈਂ ਫੁੱਲ ਫਲੈਜ ਵੀਡੀਓ ਬਣਾਈ ਹੋਈ, ਕਿਉਂਕਿ ਮੈਨੂੰ ਤਾਂ ਬੜੇ ਚਿਰ ਦਾ ਪਤਾ ਇਹਨਾਂ ਦਾ, ਹੈ ਨਾ, ਅਤੇ ਉਹ ਸਾਰੇ ਮੈਂ ਵੀਡੀਓ ਐਵੀਡੈਂਸਿਸ ਲਾਏ ਆਪਣੀ ਉਸ ਵੀਡੀਓ ਦੇ ਵਿੱਚ, ਉਹ ਮੈਂ ਕਹਿੰਦਾ ਬੀਬੀ ਵਨੀਤ ਕੌਰ 'ਤੇ ਪੂਰੀ ਡਾਕੂਮੈਂਟਰੀ ਆ ਪ੍ਰੋਪਰ ਉਹਨਾਂ ਦੇ ਵੀਡੀਓ। ਹਾਂ, ਵੀਡੀਓ ਮੈਂ ਆਈ ਬਟਨ 'ਤੇ ਨਾ ਕਲਿੱਕ ਕਰਕੇ ਤੁਸੀਂ ਜ਼ਰੂਰ ਦੇਖ ਸਕਦੇ ਹੋ, ਮੈਂ ਡਿਸਕ੍ਰਿਪਸ਼ਨ 'ਚ ਵੀ ਰੱਖ ਦਾਂਗਾ। ਉਹ ਮਤਲਬ ਉਹ 'ਤੇ ਬੀਬੀ 'ਤੇ ਪੂਰੀ ਵੀਡੀਓ ਬਣਾਈ ਹੋਈ ਹੈ ਕਿ ਉਹ ਕੁਛ ਨਹੀਂ, ਉਹਨੂੰ ਕਹਿਣ ਦੀ ਲੋੜ, ਵਿਚਾਰੀ ਮੈਂਟਲੀ ਡਿਪਰੈਸਡ ਆ, ਉਹਦੇ ਨਾਲ ਜਿੱਦਾਂ ਆਪਾਂ ਕਹਿੰਦੇ ਨਾ ਗਰਾਰੀ ਅੜ ਗਈ, ਉਹਦੀ ਅੰਕੁਰ ਨੂਲਾ ਜੀ 'ਤੇ ਗਰਾਰੀ ਅੜ ਗਈ ਹੋਈ ਆ, ਅਤੇ ਉਹ ਬਸ ਹੁਣ ਉਹ ਉਹਨੂੰ ਉਹ ਹੈਗਾ ਬਸ, ਮੈਨੂੰ ਹੁਣ ਦੇ ਕੁੱਲੜ ਪੀਜ਼ਾ ਤੋਂ ਸ਼ੁਰੂ, ਕੁੱਲੜ ਪੀਜ਼ਾ ਤੋਂ ਸ਼ੁਰੂ ਕਰਦੀ ਉਹ ਆ ਕੇ ਫਿਰ ਅੰਕੁਰ ਨੂਲਾ 'ਤੇ ਖਤਮ। ਉਹ ਕਿਤੋਂ ਵੀ ਸ਼ੁਰੂ ਕਰੇ, ਉਹਦੀ ਸਿਰਾਗੰਢ ਉਹੀ ਆ ਕਿ ਜਾ ਕੇ ਉਹਨੇ ਅਪੋਸਟਲ ਜੀ ਦੇ ਨਿਬੜਨਾ। ਕੁੱਲੜ ਪੀਜ਼ਾ 'ਤੇ ਵੀ ਤਾਂ ਆਈ ਕਿ ਅਪੋਸਟਲ ਜੀ ਉਹਦੇ ਵਿੱਚ ਇਨਵੋਲਵਮੈਂਟ ਸੀਗੀ। ਹਾਂ, ਇਨਵੋਲਵਮੈਂਟ ਕੀ, ਇਨਵੋਲਵਮੈਂਟ ਕੀ, ਪੂਰਾ ਪੰਜਾਬ ਉਹਨਾਂ ਦੇ ਨਾਲ ਹੀ ਯਾਰ, ਠੀਕ ਆ ਬੰਦੇ ਨੇ ਗਲਤੀ ਕਰਤੀ ਅਤੇ ਆਪਾਂ ਨੂੰ ਜਾਨੂੰ ਥੋੜ੍ਹੀ ਮਾਰ ਦੇਣਾ ਉਹਨਾਂ ਨੂੰ। ਅਪੋਸਟਲ ਜੀ ਤੋਂ ਆਪਣੀ ਪ੍ਰੀਚਿੰਗ ਮੇਂ ਬਹੁਤ ਸੇ ਐਸੇ ਟੋਪਿਕਸ ਕੋ ਇਸਤੇਮਾਲ ਕਰਤੇ ਹੈ ਪ੍ਰੀਚਿੰਗ ਕਰਨ ਕੇ ਲਿਏ, ਸਾਬਿਤ ਕਰਨ ਕੇ ਲਈ ਪਰਮੇਸ਼ਰ ਕੇ ਵਚਨ ਕੋ, ਲੇਕਿਨ ਲੋਕ ਕਿਆ ਹੈ ਉਨਕਾ ਪ੍ਰੀਚਿੰਗ ਕੇ ਐਸੇ ਸ਼ਬਦ ਕੋ ਕੋਟ ਕੋਟ ਕਰਕੇ, ਠੀਕ ਹੈ, ਸ਼ਬਦ ਕੋ ਨਿਕਾਲ ਕਰ ਫਜ਼ੂਲੀ ਮੇਂ ਆਪਣੇ ਵੀਡੀਓ ਕੋ ਆਪਣੇ ਵਿਊਜ਼ ਕੋ ਬੜਾ ਕਰ ਔਰ ਅਪਮਾਨ ਕਰਨਾ, ਇਸ ਤਰ੍ਹਾਂ ਸੇ ਕ੍ਰਿਸਚੀਅਨਿਟੀ ਕੋ ਨੀਚੇ ਦਿਖਾਉਣਾ। ਇਹੀ ਦੁਆਰਾ ਇੱਕ ਗੱਲ ਕਹੀ ਜਾਂਦੀ ਹੈ ਕਿ ਕਹਿੰਦੇ ਕਿ ਅਪੋਸਟਲ ਜੀ ਆਪਣੇ ਅਪੋਸਟਲ ਅੰਕੁਰ ਨੂਲਾ
ਜਿਹੜੇ ਅੱਜ ਤੇ ਬੀਬੀ ਜੀ ਉਸ 'ਚ ਉਹ ਚੀਜ਼ਾਂ ਚੁੱਕਦੀ ਆ ਅਤੇ ਉੱਥੇ ਮੁੱਦਾ ਖੜਾ ਕਰ ਦਿੰਦੀ ਹੈ ਅਤੇ ਪ੍ਰੈਸ ਕੌਨਫਰੰਸ ਕਰ ਦਿੰਦੀ ਹੈ। ਪਰ ਚਲੋ ਹੁਣ ਪ੍ਰੈਸ ਕਲੱਬ ਉਹਨਾਂ ਨੂੰ ਦਿਮਾਗ ਦਿੱਤਾ ਰੱਬ ਨੇ, ਉਹਨਾਂ ਨੇ ਬੈਨ ਕਰਤਾ ਹੋਇਆ ਇਹਨੂੰ ਉੱਥੇ ਪ੍ਰੈਸ ਕਲੱਬ 'ਚ। ਮੈਨੂੰ ਗੱਲ ਯਾਦ ਆ ਕਿ ਮੈਂ ਪਹਿਲਾਂ ਭੁੱਲ ਗਿਆ, ਕਹਿੰਦੇ ਅਸੀਂ ਪੱਗਾਂ ਵਾਪਸ ਲੈ ਲੈਣੀਆਂ ਨਾ, ਕੋਈ ਜਿਹੜੇ ਕ੍ਰਿਸਚਨ ਲੋਕਾਂ ਨੇ ਪੱਗਾਂ ਬੰਨੀਆਂ ਇਹ ਵਾਪਸ ਲੈ ਲੈਣੀਆਂ, ਅਤੇ ਜਿਹੜੇ ਸਿੱਖ ਸਕੋਲਰਸ ਉਹ ਕਹਿੰਦੇ ਪੱਗ ਹੀ ਸਾਨੂੰ ਗੋਰਿਆਂ ਦੀ ਦਿੱਤੀ ਹੋਈ ਹੈ, ਟੇਢੀ ਪੱਗ ਕਹਿੰਦੇ ਸਿੱਖਾਂ ਦੀ ਹੈ ਨਹੀਂ ਗੀ, ਕਹਿੰਦੇ ਸਿੱਖਾਂ ਦੀ ਪੱਗ ਹੈਗੀ ਜਿਹੜੀ ਗੁਰੂ ਸਾਹਿਬਾਨ ਦਿੱਤੀ ਹੋਈ ਦਮਾਲਾ। ਹਾਂ ਦਮਾਲਾ, ਦਮਾਲਾ ਸੀ ਉਹ ਹੈ ਨਾ। ਆਹ ਜਿਹੜੀ ਟੇਢੀ ਪੱਗ ਬੰਨਦੇ ਤਾਂ ਕਹਿੰਦੇ ਗੋਰਿਆਂ ਨੇ ਦਿੱਤੀ, ਵਰਦੀ ਨਾਲ ਮੈਚ ਨਹੀਂ ਖਾਂਦੀ, ਇਹ ਉਹਨਾਂ ਦੇ ਪ੍ਰੋਫੈਸਰ ਕਹਿੰਦੇ ਆ। ਇਹ ਐਕਚੁਅਲੀ ਨਾ ਫੈਸ਼ਨ ਦੇ ਤੌਰ 'ਤੇ ਇਹਨੂੰ ਬਦਲਿਆ ਗਿਆ ਸੀ। ਹਾਂ, ਅਤੇ ਜੇ ਉਹਨਾਂ ਨੇ ਫੈਸ਼ਨ ਦੇ ਉੱਤੇ ਮੰਨ ਲਓ, ਛੱਡ ਦਿਉ ਕ੍ਰਿਸਚੈਨਿਟੀ, ਛੱਡ ਦਿਉ ਸਿੱਖੀਜ਼ਮ, ਜੇ ਉਹਨਾਂ ਨੇ ਫੈਸ਼ਨ ਦੇ ਲਈ ਵੀ ਬੰਨ੍ਹੇ ਤਾਂ ਤੁਹਾਨੂੰ ਕਾਹਤੋਂ ਮਤਲਬ ਕਿ ਪ੍ਰੋਬਲਮ ਹੁੰਦੀ ਪਈ ਹੈ। ਹੁਣ ਮੂਵੀਜ਼ 'ਚ ਤੁਸੀਂ ਦੇਖਦੇ ਹੋ, ਮੂਵੀਜ਼ 'ਚ ਜਿਹੜਾ ਮਰਜ਼ੀ ਰਾਮ ਰਹੀਮ ਵਰਗੇ ਮੂਵੀਜ਼ 'ਚ ਬੰਨੀ ਫਿਰ, ਉਹਦੇ ਆਪਣੇ ਪ੍ਰਚਾਰਾਂ 'ਚ ਵੀ ਬੰਨੀ ਫਿਰਦੇ, ਉਹਨਾਂ 'ਤੇ ਕੋਈ ਟਿੱਕਾ ਟਿੱਪਣੀ, ਜਿਹੜਾ ਕੋਈ ਚੱਜ ਦਾ ਕੰਮ ਕਰਦਾ ਅਤੇ ਉਹ ਤੁਸੀਂ ਪੱਗ ਕੇ ਅੱਜ ਬੰਨ ਲਈ ਤਾਂ ਕਿੱਡੀ ਕੋਈ ਐਸੀ ਪ੍ਰੋਬਲਮੈਟਿਕ ਗੱਲ ਨੀਗੀ, ਬਸ਼ਰਤੇ ਤੁਸੀਂ ਉਹਨੂੰ ਰੀਜ਼ਨ ਨਾ ਬਣਾਉਣਾ ਚਾਹੋ, ਹੈ ਨਾ। ਅਤੇ ਵੀਰੇ ਇੱਕ ਨਾ ਬੜੀ ਅੰਮ੍ਰਿਤਸਰ ਕਰੂਸੇਡ ਤੋਂ ਪਹਿਲਾਂ ਬੜੀ ਕੰਟਰੋਵਰਸੀ ਛੇੜੀ ਸੀਗੀ ਕਿ ਆਪਾਂ ਕਰੂਸੇਡ ਨਹੀਂ ਹੋਣ ਦੇਣਾ। ਈਵਨ ਜਦੋਂ ਕਰੂਸੇਡ ਚੱਲ ਰਿਹਾ ਸੀਗਾ, ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਉੱਧਰ ਮੇਰੇ ਨਿਹੰਗ ਵੀਰ ਇਕੱਠੇ ਹੋਏ ਪਏ ਸੀਗੇ ਥਾਣੇ ਦੇ ਵਿੱਚ, ਅਤੇ ਕਿ ਕਰੂਸੇਡ ਰੁਕਵਾ ਦੇ। ਚਲੋ ਪਰਮੇਸ਼ੁਰ ਦੀ ਮਹਿਮਾ ਸੀਗੀ ਅਤੇ ਪਰਮੇਸ਼ੁਰ ਦੇ ਦਾਸ ਦੀਆਂ ਪ੍ਰਾਰਥਨਾਵਾਂ ਸੀਗੀਆਂ ਕਿ ਜਿਹੜਾ ਬਹੁਤ ਚੰਗੇ ਢੰਗ ਨਾਲ ਕਰੂਸੇਡ ਜਿਹੜਾ ਕਿ ਹੋਇਆ, ਅਤੇ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਤੁਸੀਂ? ਬਾਈਬਲ ਦੇ ਵਿੱਚ ਨਾ ਇੱਕ ਬੜੀ ਸੋਹਣੀ ਚੀਜ਼ ਲਿਖੀ ਆ, ਕਹਿੰਦੇ ਜਿਹਦੇ ਵੱਲ ਯਹੋਵਾ ਹੋਏ ਉਹਦਾ ਵਿਰੋਧੀ ਕੌਣ ਹੋ ਸਕਦਾ? ਅਤੇ ਜਦੋਂ ਖੁਦਾ ਆਪਣੇ ਦਾਸ ਅਪੋਸਲ ਅੰਕਲ ਨੂੰ ਲਾ ਜੀ ਵੱਲ ਵਾ, ਅਤੇ ਫਿਰ ਉਹਨਾਂ ਦਾ ਵਿਰੋਧੀ ਕੋਈ ਹੋ ਨਹੀਂ ਸਕਦਾ, ਕਿਉਂਕਿ ਇਹ ਪਰਮੇਸ਼ੁਰ ਦੀ ਯੋਜਨਾ, ਉਹਦੇ ਹੁਕਮ ਨੂੰ ਪੂਰਾ ਕਰਦੇ ਪਏ, ਤਾਂ ਉਹ ਅਪਲਿਫਟ ਵੀ ਖੁਦਾ ਕਰਦਾ। ਪਰ ਤੁਸੀਂ ਦੇਖੋ 30+ ਦੇਸ਼ਾਂ ਦੇ ਵਿੱਚ 125 ਤੋਂ ਜ਼ਿਆਦਾ ਉਹਨਾਂ ਦੀਆਂ ਬ੍ਰਾਂਚਾਂ ਨੇ, ਅਤੇ ਹਜੇ ਹੋਰ ਵੀ ਖੁੱਲ੍ਹ ਰਹੀਆਂ ਨੇ। ਉਹ ਜਦ ਯਹੋਵਾ ਉਹਨਾਂ ਨੂੰ ਉੱਚਿਆਂ ਕਰਦਾ ਪਿਆ, ਤਾਂ ਕੌਣ ਉਹਨਾਂ ਨੂੰ ਨੀਵਿਆਂ ਕਰ ਸਕਦਾ? ਕਿਉਂਕਿ ਦੇਖੋ ਪਰਮੇਸ਼ੁਰ ਐਡਾ ਬਲੰਡਰ ਨਹੀਂ ਕਰ ਸਕਦਾ ਕਿ ਜੇ ਕੋਈ ਬੰਦਾ ਖੁਦਾ ਵੱਲੋਂ ਨਹੀਂ ਆ ਪਰਮੇਸ਼ੁਰ ਨੂੰ ਅਪਲਿਫਟ ਕਰੇ। ਅਤੇ ਮੈਂ ਖੁਦ ਮਤਲਬ ਆਪਣੀਆਂ ਅੱਖਾਂ ਦੇ ਨਾਲ ਕਈ ਚੀਜ਼ਾਂ ਐਸੀਆਂ ਦੇਖੀਆਂ ਅਪੋਸਲ ਅੰਕਲ ਨੂੰ ਲਾ ਜੀ ਦੀ ਲਾਈਫ ਦੇ ਵਿੱਚ, ਜਿਹੜੀਆਂ ਕਿ ਪਿਓਰਲੀ ਖੁਦਾ ਵੱਲੋਂ। ਅਸੀਂ ਬੜਾ ਦੇਖਿਆ ਕਿ ਉਹਨਾਂ ਨੇ ਬੜੇ ਸਾਰੇ ਡਿਸੀਜ਼ਨਸ ਇਸ ਦੇਸ਼ ਪ੍ਰਤੀ ਬਦਲ ਦਿੱਤੇ ਪ੍ਰੇਅਰਸ ਕਰਕੇ, ਹੈ ਨਾ। ਚਲੋ ਬਦਲਣ ਵਾਲਾ ਖੁਦਾ ਵਾ, ਜਿਨ੍ਹਾਂ ਦੀ ਉਮੀਦ ਵੀ ਹੈ ਨਹੀਂ ਸੀਗੀ, ਉਹ ਇੱਕ ਚੀਜ਼ ਦੇਖੀ, ਚੇਂਜ ਦੇਖਿਆ ਇਸ ਵਾਰ ਲੋਕਾਂ ਨੇ, ਅਤੇ ਲੋਕਾਂ ਨੇ ਉਹ ਪ੍ਰੇਅਰਸ ਦਾ ਜਵਾਬ ਦੇਖਿਆ, ਹੈ ਨਾ। ਬੜੀਆਂ ਸਾਰੀਆਂ ਕੋਵਿਡ ਦੇ ਵਿੱਚ ਬੜੇ ਸਾਰੇ ਲੋਕ ਹੀਲ ਹੋਏ, ਮਤਲਬ ਉਹ ਉਹਨਾਂ ਨੇ ਇੱਕ ਮਤਲਬ ਕਿ ਕਹਿ ਲਓ ਇੱਕ ਨਵੀਂ ਦ੍ਰਿਸ਼ਟੀ ਦਿੱਤੀ ਕ੍ਰਿਸਚੈਨਿਟੀ ਨੂੰ ਪੰਜਾਬ ਦੇ ਵਿੱਚ, ਖਾਸ ਕਰਕੇ ਕਿਉਂਕਿ ਚਰਚਿਸ ਤਾਂ ਪਹਿਲਾਂ ਵੀ ਸੀ। वो एजुकेटेड पर्सन है अपोस्टल जी, एजुकेटेड है, वो कुछ भी कर सकते थे, लेकिन कोविड के समय में उन्होंने देखो कितना लोगों को, गरीब लोगों को मदद किया, लोगों को राशन पहुंचाया, ऑक्सीजन का प्रोवाइड किया, कराया। आज भी साढ़े मेरे फेसबुक पे पई वीडियो मैं पिन करके रखी हुई है, जिथे न्यूज़ चैनल वाले लाइव चला रहे कि जिथे सारे ऑक्सीजन सिलेंडर, सारे मास्क वगैरह अपोस्टल अंकुल मिनिस्ट्री वालों जो कोविड के टाइम से लोगों को दिए गए, तो कई कहते कि कोविड से कितने लभे, पास्टर लभदे नहीं सके, वो लभदे सके, तुम लभन की कोशिश नहीं की। एक बहुत बड़ी, बहुत वही गल है अपोस्टल ਅੰਮ੍ਰਿਤਸਰ ਕਰੂਸੇਡ ਕਰਨਗੇ, ਅਸੀਂ ਆਮ ਬੰਦੇ ਦੀ ਗੱਲ ਨਹੀਂ ਕਰ ਰਹੇ, ਇੱਕ ਬਹੁਤ ਜਨਰਲ ਮੈਨ ਆਫ ਗੋਡ ਹੈ ਉਹਦੀ ਗੱਲ ਕਰ ਰਹੇ। ਉਹ ਕਹਿ ਕੇ ਗਏ ਅੰਮ੍ਰਿਤਸਰ ਦੇ ਵਿੱਚ ਕਿ ਮੈਨੂੰ ਪੈਸੇ ਦਿਓ ਅਤੇ ਮੇਰਾ ਧਰਮ ਪਰਿਵਰਤਨ ਕਰਕੇ ਦਿਖਾਓ, ਤੁਹਾਡੇ ਕੋਲ ਮੌਕਾ ਹੈ, ਦੇ ਕੇ ਦੇਖ ਲਓ। ਜੇ ਉਹ ਪਹਿਲਾਂ ਪੈਸੇ ਧਰਮ ਪਰਿਵਰਤਨ ਕਰਕੇ ਤੁਹਾਨੂੰ ਲੱਗਦਾ ਕਿ ਪੈਸੇ ਲੈ ਕੇ ਧਰਮ ਪਰਿਵਰਤਨ ਕੀਤਾ ਅਪੋਸਟਲ ਅੰਕੁਰ ਯੂਸਫ ਨਰੂਲਾ ਜੀ ਨੇ, ਉਹ ਚੈਲੰਜ ਕੀਤਾ ਉਹਨਾਂ ਨੇ ਤੁਹਾਨੂੰ, ਦੇਖ ਲਓ ਜੇ ਤੁਸੀਂ ਪੈਸੇ ਦੇ ਕੇ ਕਰ ਸਕਦੇ ਉਹਨਾਂ ਦਾ ਤਾਂ ਕਰਕੇ ਦੇਖ ਲਓ। ਬਿਲਕੁਲ, ਪੰਜਾਬ ਦੇ ਲੋਕ ਨਾ ਬੜੇ ਜ਼ਿਆਦਾ ਮਤਲਬ ਕਿ ਕਹਿ ਲਓ ਜੇ ਕੋਲ ਨਹੀਂ ਵੀ ਆ ਤਾਂ ਵੀ ਦੇ ਕੇ ਮਦਦ ਕਰਨ ਵਾਲੇ ਆ, ਅਤੇ ਇਹ ਠੱਪਾ ਲਾ ਦਿੰਦੇ ਆ ਕਿ ਇਹ ਤਾਂ ਵਿਕਾਊ ਆ ਲੋਕ, ਇਹਨਾਂ ਨੂੰ ਤਾਂ ਕੋਈ ਵੀ ਖਰੀਦ ਸਕਦਾ। ਭਾਈ ਇਹ ਲੰਗਰਾਂ ਵਾਲੀ ਕੌਮ ਆ, ਲੰਗਰ ਲਾਉਂਦੀ ਹੈ, ਇਹ ਦੇਣਾ ਜਾਣਦੀ ਹੈ, ਇਹ ਲੈਣਾ ਨਹੀਂ ਜਾਣਦੀ। ਇਹ ਜਾਣ ਕੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਕੁਛ ਕੁ ਲੋਕਾਂ, ਮਤਲਬ ਇਹ ਅਸੀਂ ਉਸ ਪੰਜਾਬ ਦੇ ਵਿੱਚ ਰਹਿੰਦੇ ਪਏ ਹਾਂ ਜਿੱਥੇ ਲੋਕਾਂ ਨੂੰ ਇਹ ਮੈਟਰ ਨਹੀਂ ਕਰਦਾ ਕਿਹੜੇ ਧਰਮ ਦਾ ਲੰਗਰ ਖਵਾਉਣ ਵਾਲੇ, ਅਸੀਂ ਪੁੱਛਦੇ ਨਹੀਂ ਉਹਨਾਂ ਨੂੰ ਕਿ ਤੁਸੀਂ ਕਿਹੜੇ ਧਰਮ ਦੇ ਆ, ਹੈ ਨਾ। ਅਤੇ ਅਸੀਂ ਉਹਨਾਂ ਲੋਕਾਂ ਨੂੰ ਵਿਕਾਊ ਦਾ ਠੱਪਾ ਲਾ ਦਿੰਦੇ ਉਹਨਾਂ ਉੱਤੇ, ਅਸੀਂ ਉਹਨਾਂ 'ਤੇ ਗਿਰੇ ਹੋਏ ਲੋਕਾਂ ਦਾ ਠੱਪਾ ਲਾ ਦਿੰਦੇ, ਅਸੀਂ ਉਹਨਾਂ 'ਤੇ ਪਖੰਡੀਆਂ ਦਾ ਠੱਪਾ ਲਾ ਦਿੰਦੇ ਹਾਂ ਕਿ ਇਹ ਲੋਕ ਚਰਚਾਂ 'ਚ ਜਾ ਕੇ ਨੱਚਦੇ ਫਿਰਦੇ, ਟੱਪਦੇ ਫਿਰਦੇ। ਤੁਹਾਨੂੰ ਜਦ ਕਿਸੇ ਰਿਲੀਜਨ ਦਾ ਕੋਨਸੈਪਟ ਹੀ ਨਹੀਂ,
ਪਤਾ। ਇੱਕ ਭਾਈ ਇੱਕ ਇੱਦਾਂ ਦਾ ਰਿਲੀਜਨ ਵੀ, ਚਲੋ ਮੈਂ ਟਾਰਗੇਟ ਨਹੀਂ ਕਰ ਰਿਹਾ, ਰਿਲੀਜਨ ਵੇਖ ਕੇ ਜਿਹੜੇ ਨੰਗੇਜ ਅਵਸਥਾ ਵਿੱਚ ਰਹਿ ਗਏ ਆਪਦੇ ਰੱਬ ਨੂੰ ਖੁਸ਼ ਕਰਦੇ, ਹਾਂ ਕੋਈ ਟਿੱਕਾ ਟਿੱਪਣੀ ਉਹਨਾਂ ਦੀ ਪ੍ਰੈਕਟਿਸ ਆ, ਸਾਨੂੰ ਨਹੀਂ ਲੋੜ ਬਈ ਉਹਨਾਂ ਦੇ ਬੋਲਣ ਦੀ, ਉਹਨਾਂ ਦਾ ਆਪਦੇ ਜਿੱਦਾਂ ਉਹਨਾਂ ਨੂੰ ਚੰਗਾ ਲੱਗਦਾ ਆਪਦੇ ਰੱਬ ਨੂੰ ਖੁਸ਼ ਕਰੀ ਜਾਂਦੇ ਆ। ਬਿਲਕੁਲ, ਉਹਨਾਂ ਦਾ ਆਪਣਾ ਤਰੀਕਾ ਆ ਰਿਹਾ ਆਪਣੇ ਰਿਲੀਜਨ ਨੂੰ ਫੋਲੋ ਕਰਨ ਦਾ। ਆਪਣੇ ਬੜੇ ਪਿਆਰੇ ਭਰਾ ਨਾ ਉਹ ਇੰਜਲ ਵੀ ਚੰਦਰਾ ਜੀ, ਉਹ ਗਏ ਇਹੋ ਜਿਹੀਆਂ ਜਗ੍ਹਾਵਾਂ 'ਤੇ ਨਾਂਗਾ ਸਾਧੂਆਂ ਨੂੰ ਜਾਂ ਮੁਸਲਿਮਸ ਨੂੰ ਜਾ ਕੇ ਪ੍ਰਭੂ ਯਿਸੂ ਮਸੀਹ ਬਾਰੇ ਦੱਸਦੇ ਆ, ਉਹਨਾਂ 'ਤੇ ਸਾਡਾ ਕੰਮ ਇਹੀ ਆ, ਕਿਉਂਕਿ ਸਾਡੇ ਪਰਮੇਸ਼ਵਰ ਨੇ ਕਿਹਾ, ਉਹ ਕਹਿੰਦਾ ਜਾਓ ਜਗਤ ਦੇ ਛੋਰ 'ਚ ਜਾ ਕੇ ਮੇਰਾ ਪ੍ਰਚਾਰ ਕਰੋ, ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਮੇਰਾ ਪ੍ਰਚਾਰ ਕਰੋ। ਹੁਣ ਤੁਹਾਡੇ ਗੁਰੂ ਸਾਹਿਬਾਨਾਂ ਨੇ, ਬੜੇ ਸਤਿਕਾਰਯੋਗ ਤੁਹਾਡੇ ਗੁਰੂ ਸਾਹਿਬਾਨਾਂ ਨੇ ਤੁਹਾਨੂੰ ਹੁਕਮ ਦਿੱਤਾ ਕਿ ਜਾਓ ਜਾ ਕੇ ਲੰਗਰ ਲਾਓ, ਹੈ ਨਾ, ਭੁੱਖਿਆਂ ਨੂੰ ਪ੍ਰਸ਼ਾਦੇ ਛਕਾਓ, ਉਹਨਾਂ ਦੇ ਗੁਰੂ ਸਾਹਿਬਾਨ ਨੇ ਹੁਕਮ ਦਿੱਤਾ, ਉਹ ਹੁਕਮ ਨੂੰ ਪੂਰਾ ਕਰਦੇ ਪਏ। ਹਰ ਇੱਕ ਵਾਰ ਦੇ ਉੱਤੇ, ਹਰ ਇੱਕ ਟ੍ਰੈਜਡੀ ਉੱਤੇ, ਹਰ ਇੱਕ ਵਿਪਤਾ ਉੱਤੇ ਜਾ ਕੇ ਉਹ ਲੰਗਰ ਲਾਉਂਦੇ ਆ। ਹੁਣ ਉਹਨਾਂ ਨੂੰ ਜੋ ਉਹਨਾਂ ਦੇ ਗੁਰੂ ਸਾਹਿਬਾਨ ਨੇ ਕਿਹਾ ਉਹ ਕਰਨ ਦੇ। ਹੁਣ ਪ੍ਰਭੂ ਯਿਸੂ ਮਸੀਹ ਸਾਨੂੰ ਕਹਿੰਦੇ ਆ ਕਿ ਤੁਸੀਂ ਜਾਓ ਜਗਤ ਦੇ ਛੋਰ ਤੱਕ ਮੇਰੇ ਨਾਂ ਦਾ ਪ੍ਰਚਾਰ ਕਰੋ, ਕੌਮਾਂ ਨੂੰ ਮੇਰੇ ਚੇਲੇ ਹੋਣਾ ਸਿਖਾਓ ਅਤੇ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਂ 'ਤੇ ਬਪਤਿਸਮਾ ਦਿਓ, ਬਿਮਾਰਾਂ ਲਈ ਪ੍ਰਾਰਥਨਾ ਕਰੋ ਚੰਗੇ ਹੋਣਗੇ, ਉਹਨਾਂ 'ਚੋਂ ਦੁਸ਼ਟ ਆਤਮਾਵਾਂ ਨਿਕਲਣਗੀਆਂ, ਉਹ ਆਜ਼ਾਦ ਹੋਣਗੇ। ਹੁਣ ਸਾਡੀ ਬਾਈਬਲ ਕਹਿੰਦੀ ਹੈ ਤਾਂ ਅਸੀਂ ਉਹੀ ਪ੍ਰੈਕਟਿਸ ਕਰਾਂਗੇ ਨਾ, ਅਤੇ ਸਾਡੀ ਪ੍ਰੈਕਟਿਸ ਤੋਂ ਜੇ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਭਾਈ ਅਸੀਂ ਤੁਹਾਡੀ ਪ੍ਰੋਬਲਮ ਤਾਂ ਨਹੀਂ ਦੂਰ ਕਰ ਸਕਦੇ, ਪਰ ਅਸੀਂ ਦੱਸ ਸਕਦੇ ਕਿ ਸਾਡੀ ਇਹ ਧਰਮ ਦੀ ਪ੍ਰੈਕਟਿਸ ਆ। ਆਪਣੇ ਅਭੀ ਇੱਕ ਐਂਜਲ ਵੀ ਚੰਦਰ ਕੀ ਬਾਤ ਬੋਲੀ ਤੋ ਮੁਝੇ ਇੱਕ ਬਾਤ ਯਾਦ ਆਈ ਕਿ ਇੱਕ ਵਾਰ ਮੈਂ ਵੀ ਬ੍ਰਦਰ ਐਂਜਲ ਵੀ ਚੰਦਰ ਜੋ ਹੈ ਤੋ ਉਨਕੇ ਸਾਥ ਸ਼ੂਟ ਮੇਂ ਗਿਆ ਥਾ, ਤੋ ਵਹਾਂ ਪਰ ਮੈਨੇ ਦੇਖਾ ਹਿੰਦੂ ਵਾਲੇ ਜੋ ਮੰਦਿਰ ਹੈ ਵਹਾਂ ਪਰ ਉਨਕੇ ਧਾਮ ਮੇਂ ਹਮ ਲੋਗ ਵਹਾਂ ਪਰ ਗਏ ਥੇ ਵਹਾਂ ਕਾ ਪ੍ਰੈਕਟਿਸ ਦੇਖਨੇ ਕੇ ਲੀਏ, ਵਹਾਂ ਕੀ ਚੀਜ਼ ਦੇਖਨੇ ਕੇ ਲੀਏ। ਜੈਸੇ ਆਪ ਬਤਾ ਰਹੇ ਥੇ ਕਿ ਹਿੰਦੂ ਲੋਗ ਬਿਨਾ ਕੱਪੜੇ ਕੇ, ਜੋ ਬਾਬਾ ਲੋਕ ਹੋਤੇ ਹੈ, ਜੋ ਵੀ ਨਾਗਾ ਸਾਧੂ ਹੈ, ਸਭ ਬਿਨਾ ਕੱਪੜੇ ਕੇ ਔਰ ਆਪਣੇ ਆਪਣੇ ਹਿਸਾਬ ਸੇ ਉਹ ਰਿਚੁਅਲਸ ਕੋ ਪ੍ਰੈਕਟਿਸ ਕਰਤੇ ਹੈ। ਤੋ ਹਮਨੇ ਦੇਖਾ, ਹਮ ਜਸਟ ਦੇਖਨੇ ਕੇ ਲੀਏ ਗਏ, ਸੱਚ ਮੇਂ ਐਸਾ ਹੋਤਾ ਹੈ, ਵਹਾਂ ਪਰ ਹਮਨੇ ਉਨ ਲੋਗੋਂ ਸੇ ਬਾਤਚੀਤ ਕੀ ਐਂਡ ਹਮ ਉਨਸੇ ਐਕਚੁਲੀ ਹਮ ਡਿਸਕਸ਼ਨ ਕਰਨੇ ਕੇ ਲੀਏ ਗਏ ਥੇ, ਐਸੀ ਇਸਕਾ ਮਤਲਬ ਕਿਆ ਹੈ, ਇਸਕਾ ਅਰਥ ਕਿਆ ਹੈ, ਜੋ ਆਪ ਯਹਾਂ ਪਰ ਕੋਨਸੈਪਟ ਹੈ ਕਿਆ ਹੈ। ਆਪਨੇ ਜੋ ਬਾਤ ਅਭੀ ਬੋਲੀ ਤੋ ਮੈਂ ਮੁਝੇ ਜਸ ਯਾਦ ਆਈ ਹੈ। ਇੱਕ ਬੜੀ ਜ਼ਰੂਰੀ ਗੱਲ ਆ ਬਾਈ ਜੀ, ਇਹ ਕਹਿੰਦੇ ਆ ਕਿ ਇਹਨਾਂ ਨੂੰ ਜਿਹੜੇ ਕਿ ਸਰਕਾਰਾਂ ਸਪੋਰਟ ਕਰਦੀਆਂ ਨੇ ਕ੍ਰਿਸਚਨ ਲੋਕਾਂ ਨੂੰ, ਦੱਸੋ ਮਾੜਾ ਇਹਨਾਂ ਦੇ ਥੋੜ੍ਹੇ ਡਾਊਟ ਕਲੀਅਰ ਕਰੋ। ਸਾਡੇ ਚਰਚਿਸ ਦੇ ਵਿੱਚ ਆ ਕੇ ਸਾਡੇ ਬੜੇ ਸਤਿਕਾਰਯੋਗ ਪਾਸਟਰਸ ਦੇ ਘਰਾਂ ਨੂੰ ਪ੍ਰੋਪਰ ਇਨਵੈਸਟੀਗੇਟ ਕੀਤਾ ਜਾਂਦਾ ਆਈ ਟੀ ਦੀ ਰੇਡ ਦੇ ਦੌਰਾਨ, ਚਰਚਿਸ ਦੀ ਇਕੱਲੀ ਇਕੱਲੀ ਕਾਪੀ ਫੁੱਲੀ ਜਾਂਦੀ, ਇਕੱਲਾ ਇਕੱਲਾ ਰਜਿਸਟਰ ਫੁੱਲਿਆ ਜਾਂਦਾ, ਇਕੱਲਾ ਇਕੱਲਾ ਕੰਪਿਊਟਰ। ਇੱਕ ਇੱਥੇ ਗੱਲ ਦੱਸਿਓ, ਕਦੇ ਕਿਸੇ ਗੁਰਦੁਆਰਾ ਸਾਹਿਬ ਮੰਦਰ ਦੇ ਵਿੱਚ ਕਦੇ ਰੇਡ ਪਈ? ਨਹੀਂ ਹੁੰਦਾ, ਉਹ ਓਫੈਂਸ ਮੰਨਿਆ ਜਾਂਦਾ ਜੀ ਕਿ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਤੀ ਤੀ। ਬਟ ਅਸੀਂ ਨਹੀਂ ਕਹਿੰਦੇ, ਜਿਹੜੇ ਬੰਦੇ ਦੀ ਇਮਿਊਨਿਟੀ ਸਟਰੋਂਗ ਹੁੰਦੀ ਨਾ ਉਹਨੂੰ ਪਤਾ ਮੈਂ ਬਿਮਾਰ ਨਹੀਂ ਹੋਣਾ, ਅਤੇ ਜਿਹਨਾਂ ਬੰਦਿਆਂ ਦੇ ਹਿਸਾਬ ਪੱਕੇ ਹੁੰਦੇ ਨਾ ਉਹਨਾਂ ਨੂੰ ਪਤਾ ਹੁੰਦਾ ਵਿੱਚੋਂ ਨਿਕਲਣਾ ਕੱਖ ਨਹੀਂ ਗਾ, ਅਤੇ ਇਹਨਾਂ ਦੇ ਹਿਸਾਬ ਵੀ ਪੱਕੇ ਆ ਅਤੇ ਕੰਮ ਵੀ ਸੁੱਧੇ ਆ, ਅਤੇ ਇਸ ਕਰਕੇ ਅਸੀਂ ਨਹੀਂ ਕਹਿੰਦੇ ਬਾਕੀਆਂ ਦੇ ਨਹੀਂ, ਬਾਕੀਆਂ ਦੇ ਵੀ ਸੁੱਧੇ ਹੋਣਗੇ, ਮਤਲਬ ਇਸ ਕਰਕੇ ਕੋਈ ਚਰਚ ਕੋਈ ਕਿਸੇ ਥਰੈਟ 'ਚ ਨਹੀਂ, ਕੋਈ ਡਰ 'ਚ ਨਹੀਂ, ਅਸੀਂ ਇੰਜੋਏ ਕਰਨ ਡੇ ਸੀਗੇ ਉਸ ਰੇਡ ਨੂੰ। ਸੱਚਾਈ ਲੋਕੋਂ ਸੇ ਹਜ਼ਮ ਨਹੀਂ ਹੋਤੀ ਹੈ, ਉਹ ਹਜ਼ਮ ਨਹੀਂ ਕਰ ਪਾਤੇ, ਬਾਕੀ ਇਤਨੇ ਬੜੇ ਬੜੇ ਬਿਜ਼ਨਸਮੈਨ ਹੈ, ਕਿਸੇ ਕਹੀਂ ਰੇਡ ਨਹੀਂ ਪੜਤੀ ਹੈ, ਇਸ ਨਾਲ ਭ੍ਰਿਸ਼ਟਾਚਾਰ ਫੈਲਾ। ਹਾਂ, ਬੰਦੇ ਪੈਸੇ ਲੈ ਕੇ ਭੱਜ ਜਾਂਦੇ ਆ। ਪਾਸਟਰ ਗੁਰਸ਼ਰਨ ਜੀ ਦੱਸਣ ਡੇ, ਕਹਿੰਦੇ ਜਦੋਂ ਸਾਡੇ ਘਰੇ ਰੇਡ ਕਰ ਰਹੇ ਸੀ ਨਾ ਉਹ, ਤੇ ਕਹਿੰਦੇ ਅਸੀਂ ਵਰਸ਼ਿਪ ਕਰਨ ਡੇ ਸੀਗੇ, ਤਾਂ ਕਹਿੰਦੇ ਉਹ ਕਹਿੰਦੇ ਕਿ ਤੁਹਾਨੂੰ ਟੈਂਸ਼ਨ ਕੋਈ ਨਹੀਂ ਗੀ ਕਿ ਤੁਸੀਂ ਤੇ ਇੰਜੋਏ ਕਰਨ ਡੇ ਆ ਤੁਹਾਨੂੰ, ਹੈ ਨਾ। ਲੋਕਾਂ ਨੂੰ ਤਾਂ ਕਹਿੰਦੇ ਪਸੀਨੇ ਆਉਂਦੇ ਆ ਜਦੋਂ ਉਹਨਾਂ ਘਰੇ, ਪਤਾ ਹੀ ਲੱਗ ਜਾਏ ਗੇਟ ਦੇ ਉੱਤੇ ਆਈ ਟੀ ਵਾਲੇ ਆ ਗਏ, ਹੈ ਨਾ, ਤਾਂ ਕਹਿੰਦੇ ਤੁਸੀਂ ਤਾਂ ਭੰਗੜੇ ਪਾਉਣ ਡੇ ਆ, ਨੱਚਣ ਡੇ ਆ, ਕਹਿੰਦੇ ਸਾਨੂੰ ਪਤਾ ਪਰਮੇਸ਼ਵਰ ਕੀ ਕਰਦਾ ਪਿਆ, ਹੈ ਨਾ। ਉਹੀ ਗੱਲ ਆ ਨਾ, ਜਿਹਨਾਂ ਦੇ ਕੰਮ ਪੱਕੇ ਉਹਨਾਂ ਨੂੰ ਡਰਨ ਦੀ ਕਾਹਦੀ ਲੋੜ। ਜਦ ਪਤਾ ਕਿ ਅਸੀਂ ਨਾ ਤਾਂ ਕੋਈ ਫਰੋਡ ਕੀਤਾ ਵਾ, ਨਾ ਹੀ ਸਾਡਾ ਕੋਈ ਹਿਸਾਬ ਕੱਚਾ ਵਾ, ਸਾਰਾ ਕੁਝ ਵਾਈਟ ਦੇ ਵਿੱਚ ਆ, ਕੁਝ ਬਲੈਕ 'ਚ ਨਹੀਂ ਆ, ਅਤੇ ਇਸ ਕਰਕੇ ਉਹ ਸਾਰੇ ਹੁਣ ਮਤਲਬ ਲੋਕ ਵੀ ਇਹਨਾਂ ਚੀਜ਼ਾਂ ਦੀ, ਉਹ ਆਈ ਟੀ ਜਿਹੜੇ ਆਈ ਟੀ ਦੀ ਰੇਡ ਈ ਡੀ ਦੀ ਕਰਨ ਵਾਲੇ, ਉਹ ਬੰਦੇ ਕਹਿਣ ਡੇ ਆ, ਕਹਿੰਦੇ ਮਤਲਬ ਇੱਦਾਂ ਦੇ ਜੈਨੂਅਨ ਬੰਦੇ ਤਾਂ ਅਸੀਂ ਦੇਖੇ ਨੇ, ਕਿੱਦਾਂ ਮੈਨੇਜ ਕਰਦੇ ਹੋ ਇੰਨੇ ਫੰਡਸ ਨੂੰ ਵੀ, ਕਿ ਚਰਚ ਵੀ ਬਣਦਾ ਪਿਆ, ਸਾਰਾ ਕੁਝ ਸਾਰਾ ਵਾਈਟ। ਜਦੋਂ ਤੋਂ ਕ੍ਰਿਸਚੈਨਿਟੀ ਦਾ ਵਿਰੋਧ ਭਾਰਤ ਦੇ ਵਿੱਚ ਹੋਣ ਡਿਆ, ਇਹਨਾਂ ਕੋਲ ਮੁੱਦੇ ਕੀ ਆ? ਧਰਮ ਪਰਿਵਰਤਨ, ਰਾਈਸ ਬੈਗ, ਲਾਲਚ, ਜਾਂ ਆ ਕਹਿ ਲਓ ਜੀ ਇਹ ਕਹਿ ਦਿੰਦੇ ਪਖੰਡ ਕਰਦੇ ਆ ਜਾਂ ਡੱਕਦੇ ਆ ਲੋਕਾਂ ਨੂੰ ਕਿ ਹਾਂ ਵੀ ਤੁਸੀਂ ਆਹ ਨਹੀਂ ਕਰਨਾ, ਵੋ ਨਹੀਂ ਕਰਨਾ। ਹੁਣ ਹਰ ਇੱਕ ਧਰਮ ਆਪਣੇ ਲੋਕਾਂ ਨੂੰ ਡੱਕਦਾ ਆ, ਹਰ ਇੱਕ ਧਰਮ।
ਹੁਣ ਸਿੱਖ ਲੋਕ ਆਪਣੇ ਲੋਕਾਂ ਨੂੰ ਕਈ ਗਲਤ ਕੰਮ ਕਰਨ ਤੋਂ ਡੱਕਦੇ ਆ, ਕਈ ਚੀਜ਼ਾਂ ਤੋਂ ਰੋਕਦੇ ਆ ਕਿ ਤੁਸੀਂ ਆਹ ਨਹੀਂ ਕਰਨਾ, ਇਹ ਧਰਮ ਦੇ ਖਿਲਾਫ਼ ਆ, ਇਹ ਨਹੀਂ ਕਰਨੀ, ਇਹ ਚੀਜ਼ ਧਰਮ ਦੇ ਖਿਲਾਫ਼। ਅਤੇ ਜੇ ਕ੍ਰਿਸ਼ਨ ਬੰਦੇ ਨੇ ਡੱਕਦਾ ਤਾਂ ਉਹ ਇੱਕ ਇਸ਼ੂ ਬਣ ਗਿਆ, ਠੀਕ ਆ। ਜੇ ਕਿਸੇ ਕ੍ਰਿਸ਼ਨ ਬੰਦੇ ਨੇ ਕੋਈ ਚੀਜ਼ ਭਲਾ ਕਰਤਾ ਕਿਸੇ ਦਾ, ਫਿਰ ਉਹ 'ਚ ਕਹਿੰਦੇ ਇਹਨੇ ਦੇਖੋ ਜੀ ਉਹਨੂੰ ਕ੍ਰਿਸ਼ਨ ਬਣਾ ਲਈ, ਉਹਨੂੰ ਲਾਲਚ ਦੇ ਦਿੱਤਾ, ਅਤੇ ਜੇ ਇਹੀ ਸਾਡੇ ਸਿੱਖ ਜਾਂ ਹਿੰਦੂ ਵੀਰ ਕਰਨ, ਫਿਰ ਉਹ ਲੋਕ ਭਲਾਈ ਦਾ ਕੰਮ ਆ, ਫਿਰ ਉਹ ਹੈਲਪ ਵਾ ਲੋਕਾਂ ਦੀ, ਹੈ ਨਾ। ਅਤੇ ਉਹ ਕਹਿੰਦੇ ਜੀ ਇਹ ਬੈਨੀਫਿਟ ਲੈਣ ਦੇ ਜਾਤਾਂ ਦਾ, ਕ੍ਰਿਸ਼ਨ ਲੋਕ ਜਿਹੜੇ ਐਸੀਜ਼ ਜਿਹੜੇ ਕਨਵਰਟ ਹੋਏ ਆ, ਇਹ ਬੈਨੀਫਿਟ ਲੈਣ ਦੇ। ਦੇਖੋ ਮਸਲਾ ਇਹ ਆ, ਪਹਿਲਾਂ ਤਾਂ ਤੁਸੀਂ ਜਾਤਾਂ ਨੂੰ ਆਪਣੇ ਹਿਸਾਬ ਨਾਲ ਤੁਸੀਂ ਬਣਾਈਆਂ, ਜਿਹੜਾ ਬੰਦਾ ਇਹ ਗੱਲ ਕਰਨ ਡਿਆ ਉਹ ਦੱਸੇ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਤੁਸੀਂ ਜਾਤਾਂ ਪਾਤਾਂ ਨੂੰ ਮੰਨਦੇ ਹੋ, ਜੇ ਤੁਸੀਂ ਮੰਨਦੇ ਹੋ ਫਿਰ ਗੱਲ ਕਰੋ, ਫਿਰ ਤੁਹਾਡਾ ਬਣਦਾ ਵੀ ਆ। ਜੇ ਤੁਹਾਡੇ ਖੁਦ ਦੇ ਰਿਲੀਜਨ ਨਹੀਂ ਇਸ ਚੀਜ਼ ਨੂੰ ਮੰਨਦੇ ਕਿ ਅਸੀਂ ਜਾਤਾਂ ਪਾਤਾਂ ਤੋਂ ਬਾਹਰ ਹਾਂ, ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ, ਫਿਰ ਇਹ ਗੱਲ ਦਾ ਇਫੈਕਟ ਹੀ ਨਹੀਂ, ਮਤਲਬ ਹੀ ਨਹੀਂ ਬਣਦਾ ਇਹ ਗੱਲ ਕਰਨ ਦਾ। ਹੁਣ ਤੁਸੀਂ ਕਹਿੰਦੇ ਉਹ ਬੈਨੀਫਿਟ ਲੈਣ ਦਿਓ, ਲੈਣ ਕ੍ਰਿਸ਼ਨ ਬਣਨ ਤੋਂ ਬਾਅਦ ਬੰਦਾ ਰਾਤੋਂ ਰਾਤ ਅਮੀਰ ਤਾਂ ਨਹੀਂ ਨਾ ਹੋ ਜਾਂਦਾ, ਉਹਦੀ ਆਰਥਿਕ ਹਾਲਤ ਤਾਂ ਉੱਥੇ ਰਹਿੰਦੀ ਆ, ਠੀਕ ਆ। ਜੇ ਤਾਂ ਮੈਂ ਕਹਿੰਦਾ ਮੌਕਾ ਹੋਵੇ ਹਰੇਕ ਬੰਦੇ ਤੋਂ ਆਪਣੀ ਜਾਤ ਬਦਲਣ ਦਾ, ਤਾਂ ਅੱਜ ਵੀ ਜੱਟ ਹੋਵੇ, ਸਹੀ ਗੱਲ। ਕੋਈ ਵੀ ਜਿਹੜਾ ਸ਼ੈਡਿਊਲ ਕਾਸਟ ਚਾਹੇ, ਜਦੋਂ ਜਾਤ ਬਦਲਣ ਦਾ ਅਧਿਕਾਰ ਹੋਵੇ ਤਾਂ ਸਾਰੇ ਬਾਹਮਣ ਹੀ ਹੋਣ। ਤੁਸੀਂ ਕਹਿੰਦੇ ਕ੍ਰਿਸ਼ਚਨ ਬਣ ਕੇ ਤੁਸੀਂ ਆਪਣੀ ਜਾਤ ਬਦਲੋ, ਜਾਓ ਬਦਲੋ, ਤਾਂ ਤੁਸੀਂ ਵੰਡੀਆਂ ਨਾ, ਤੁਸੀਂ ਪਾਈਆਂ ਵਾ ਸਾਨੂੰ ਕੈਟਾਗਰਾਈਜ਼ ਕਰਨ ਲਈ, ਜਿਹੜੇ ਯਿਸੂ ਮਸੀਹ 'ਤੇ ਵਿਸ਼ਵਾਸ ਕਰਦੇ ਤੁਸੀਂ ਈਸਾਈ ਕਹਿਤਾ, ਤਾਂ ਕਿ ਇਹ ਤਬਕੇ ਨੂੰ ਪਛਾਣਿਆ ਜਾ ਸਕੇ ਕਿ ਯਿਸੂ ਮਸੀਹ 'ਤੇ ਬਿਲੀਵ ਕਰਦੇ ਈਸਾਈ ਆ। ਹਾਲਾਂਕਿ ਬਾਈਬਲ ਇਸ ਚੀਜ਼ ਨੂੰ ਨਹੀਂ ਮੰਨਦੀ, ਬਾਈਬਲ ਕਹਿੰਦੀ ਕਿ ਇਹ ਤੁਸੀਂ ਯਹੋਵਾ ਦਾ ਬਣਾਇਆ ਹੋਇਆ ਯਿਸੂ ਮਸੀਹ ਜਿਹੜੇ ਸਾਂਝਾ ਰੱਬ ਆ ਸਾਰਿਆਂ ਦਾ, ਇਹ ਕੋਈ ਧਰਮ ਦਾ ਰੱਬ ਨਹੀਂ ਹੈਗਾ। ਅਗਰ ਤੁਸੀਂ ਸਿੱਖ ਹੋ, ਮੁਸਲਿਮ, ਹਿੰਦੂ, ਤੁਸੀਂ ਮੰਨ ਸਕਦੇ ਯਿਸੂ ਮਸੀਹ ਨੂੰ, ਤੁਸੀਂ ਬਿਲੀਵ ਕਰ ਸਕਦੇ ਹੋ। ਹੁਣ ਕਈ ਪੋਲੀਵੁੱਡ ਕਹਿੰਦੇ ਕਿ ਆਪਾਂ ਇੰਟਰਵਿਊ 'ਚ ਕਹਿੰਦੇ ਆਪਾਂ ਜੀਸਸ 'ਤੇ ਬਿਲੀਵ ਕਰਦੇ ਹਾਂ, ਪੋਲੀਵੁੱਡ ਪੰਜਾਬ ਦੇ ਐਕਟਰ ਜਿਹੜੇ ਆ, ਸਿੰਗਰ ਆ, ਅਤੇ ਦੇਖ ਲਓ ਬਿਲੀਵ ਕਰਦੇ, ਪਰ ਉਹਨਾਂ ਨੇ ਆਪਣਾ ਧਰਮ ਨਹੀਂ ਬਦਲਿਆ। ਜੀਸਸ ਸਾਂਝਾ ਰੱਬ ਉਸ, ਉਹਨੂੰ ਕੋਈ ਵੀ ਮੰਨ ਸਕਦਾ, ਕੋਈ ਧਰਮ ਦਾ ਨਹੀਂ ਹੈਗਾ। ਸਾਡਾ ਤਾਂ ਧਰਮ ਦਾ ਨਾਂ ਹੀ ਨਹੀਂ ਲਿਖਿਆ ਬਾਈਬਲ 'ਚ, ਇਹ ਤੁਸੀਂ ਸਾਨੂੰ ਧਰਮ ਦਿੱਤਾ, ਤੁਸੀਂ ਸਾਨੂੰ ਈਸਾਈ ਬਣਾਇਆ। ਬਸ ਐਥਲੀਟ ਲੋਕ, ਫੁੱਟਬਾਲਰ ਹੈ, ਬਾਕੀ ਐਸੇ ਬਹੁਤ ਸੇ ਲੋਕ ਹੈ ਜੋ ਪਰਮੇਸ਼ਰ ਕਾ ਨਾਮ ਲੈਤੇ, ਉਨਕੋ ਪਤਾ ਹੈ ਇਸਕੇ ਪਿੱਛੇ ਕੀ ਕਹਾਣੀ ਜੋ ਹੈ ਕਿ ਉਹ ਬਹੁਤ ਮਹਾਨ ਪਰਮੇਸ਼ਰ ਹੈ, ਬਹੁਤ ਸਾਮਰਥੀ ਪਰਮੇਸ਼ਰ ਹੈ। ਔਰ ਇਹ ਜੋ ਹੈ ਕ੍ਰਿਸ਼ਚੀਅਨਿਟੀ ਹੈ, ਇੱਕ ਸਮੂਹ ਹੈ, ਇਸ ਲਈ ਲੋਕ ਇਸ ਮੇ ਆਉਣਾ ਚਾਹਤੇ ਹੈ, ਲੋਕ ਆ ਕਰ ਆਪਣਾ ਜੀਵਨ ਸਮਰਪਿਤ ਕਰਨਾ ਚਾਹਤੇ ਹੈ, ਬਾਕੀ ਰਿਲੀਜਨ ਮੇ ਹੈ ਨਹੀਂ ਕੁਛ। ਇਸ ਲਈ ਜੋ ਕ੍ਰਿਸ਼ਚੀਅਨਿਟੀ ਹੈ ਨਾ, ਉਨਕੇ ਪਾਸ ਇੱਕ ਮਾਤਰ ਵਿਕਲਪ ਹੈ, ਲੋਕ ਔਰ ਆਤੇ ਹੈ ਕ੍ਰਿਸ਼ਚੀਅਨਿਟੀ ਮੇ। ਰਹੀ ਗੱਲ ਕਨਵਰਜਨ ਦੀ, ਦੇਖੋ ਕਨਵਰਜਨ ਅਸੀਂ ਜੇ ਦੇਖੀਏ ਨਾ, ਕਿ ਬਾਹਰਲੀਆਂ ਕੰਟਰੀਜ਼ ਦੇ ਵਿੱਚ ਹਰ ਇੱਕ ਬੰਦਾ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ, ਕੌਣ ਨਹੀਂ ਕਰਨ ਡਿਆ? ਸਿੱਖ ਵੀਰ ਇੱਥੇ ਕਨਵਰਜਨ ਦੀ ਗੱਲ ਕਰਨ ਉਦੋਂ ਜਦੋਂ ਉਹ ਫੋਰਨ ਦੇ ਵਿੱਚ ਆਪਣਾ ਪ੍ਰਚਾਰ ਨਹੀਂ ਕਰਦੇ ਪਏ। ਉੱਧਰਲੇ ਕ੍ਰਿਸ਼ਚਨ ਲੋਕ ਜਾਂ ਉੱਧਰਲੇ ਗੋਰੇ ਲੋਕ ਜਿਹੜੇ ਕਿਸੇ ਨੂੰ ਵੀ ਨਹੀਂ ਮੰਨਦੇ, ਨਾਸਤਿਕ ਲੋਕ, ਉਹ ਜੇ ਸਿੱਖਿਜ਼ਮ 'ਤੇ ਬਿਲੀਵ ਨਾ ਕਰਦੇ ਹੋਣ ਤਾਂ ਉਹ ਕਹਿਣ ਸਾਡੇ ਹਿੰਦੂ ਵੀਰ ਕਰਨ ਗੱਲ ਇਹ, ਜੇ ਉਹ ਦੂਸਰੇ ਰਿਲੀ ਉਹ 'ਚ ਜਾ ਕੇ ਕੰਟਰੀਜ਼ ਦੇ ਵਿੱਚ ਆਪਣਾ ਪ੍ਰਚਾਰ ਨਾ ਕਰਦੇ, ਸਭ ਕੁਝ ਅਸੀਂ ਕਰਨ ਡਏ ਹਾਂ ਪਰ ਦੂਜੇ ਨੂੰ ਡੱਕਣ ਡਏ ਹਾਂ ਕਿ ਹਾਂ ਵੀ ਤੁਸੀਂ ਨਾ ਕਰੋ। ਯਾਰ ਹਰ ਇੱਕ ਬੰਦਾ ਕੋਲ ਰੋਟੀ ਨੂੰ ਚੋਚੀ ਤਾਂ ਅੱਜ ਕੱਲ੍ਹ ਕੋਈ ਨਹੀਂ ਕਹਿੰਦਾ, ਸਭ ਸਿਆਣੇ ਆ। ਅਤੇ ਬਈ ਇੱਕ ਇਹ ਵੀ ਨਹੀਂ ਆ ਕਿ ਜਾਂ ਸਿਰਫ ਪੂਰੀ ਕਮਿਊਨਿਟੀ ਸਾਨੂੰ ਡੱਕਣੀ, ਇਹ ਸਿਰਫ ਕੁਛ ਚੰਦ ਲੋਕ ਨੇ, ਸਿਰਫ ਉਹੀ ਚੱਕਰ ਸਾਰਾ ਫੇਮ ਦਾ ਅਤੇ ਵਿਊ ਦਾ ਜਾਂ ਇਹ ਚੱਕਰ ਆ, ਬਸ ਉਹ ਚੰਦ ਲੋਕ। ਮੇਰਾ ਵਿਸ਼ਵਾਸ ਹੈ ਜੋ ਵੀ ਅੱਜ ਦੇ ਇਸ ਪੋਡਕਾਸਟ ਤੋਂ ਤੁਸੀਂ ਸਿੱਖਿਆ, ਤੁਸੀਂ ਜਾਣਿਆ, ਤੁਸੀਂ ਜ਼ਰੂਰ ਉਹਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰੋਗੇ, ਤਾਂ ਆਪਣੇ ਲੋਕਾਂ ਨੂੰ ਇਸ ਚੀਜ਼ ਦੀ ਜਾਣਕਾਰੀ ਜ਼ਰੂਰ ਦਿਓਗੇ, ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀ ਗੱਲਬਾਤ ਮੇਰੇ ਹਿਸਾਬ ਨਾਲ ਤੁਹਾਡੇ ਨਾਲ ਕਰਨੀ ਜ਼ਰੂਰੀ ਸੀਗੀ। ਇਹ ਐਕਚੁਅਲ ਦੇ ਵਿੱਚ ਕੋਈ ਪੋਡਕਾਸਟ ਪਰਟੀਕੁਲਰ ਕਿਸੇ ਬੰਦੇ ਦਾ ਨਹੀਂ ਸੀ, ਮਤਲਬ ਕਿ ਕਮ ਮੈਂ ਬ੍ਰਦਰ ਫਿਲਿਪ ਦਾ ਜਾਂ ਬ੍ਰਦਰ ਪੰਕਜ ਦਾ, ਇਹ ਐਕਚੁਅਲ 'ਚ ਸਾਡੀ ਭਾਈਆਂ ਦੀ ਆਪਸ ਦੇ ਵਿੱਚ ਗੱਲਬਾਤ ਸੀ, ਜੋ ਅੱਜ ਦੇ ਮੁੱਦਿਆਂ ਨੂੰ ਲੈ ਕੇ, ਅੱਜ ਦੇ ਸਨੈਰੀਓ ਨੂੰ ਲੈ ਕੇ ਸੀ। ਅਤੇ ਮੇਰਾ ਵਿਸ਼ਵਾਸ ਹੈ ਜੋ ਵੀ ਅੱਜ ਦੀ ਗੱਲਬਾਤ ਹੋਈ, ਤੁਸੀਂ ਬਹੁਤ ਕੁਝ ਜਾਣਿਆ ਹੋਏਗਾ, ਬਹੁਤ ਕੁਝ ਸਿੱਖਿਆ ਹੋਏਗਾ, ਅਤੇ ਮੇਰਾ ਪਰਮੇਸ਼ੁਰ ਉਹਨਾਂ ਲੋਕਾਂ ਨੂੰ ਜਿਹੜੇ ਕਿ ਪੰਜਾਬ ਦੇ ਵਿੱਚ ਫੁੱਟ ਪਾਉਣਾ ਚਾਹੁੰਦੇ, ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ, ਮੇਰਾ ਪਰਮੇਸ਼ੁਰ ਉਹਨਾਂ 'ਤੇ ਵੀ ਕਿਰਪਾ ਕਰੇ, ਉਹਨਾਂ ਨੂੰ ਵੀ ਦਇਆ, ਉਹਨਾਂ 'ਤੇ ਵੀ ਦਇਆ ਕਰੇ, ਅਤੇ ਉਹਨਾਂ ਨੂੰ ਅਕਲ ਬੁੱਧੀ ਦੇਵੇ, ਤਾਂ ਕਿ ਉਹ ਸਮਝਣ ਕਿ ਉਹ ਭਾਈਚਾਰਕ ਸਾਂਝ ਨੂੰ ਤੋੜਨ ਨਾ, ਬਲਕਿ ਭਾਈਚਾਰਕ ਸਾਂਝ ਨੂੰ ਆਪਸ ਦੇ ਵਿੱਚ ਬਣਾਈ ਰੱਖਣ। ਅਤੇ ਪਰਮੇਸ਼ੁਰ ਤੁਹਾਨੂੰ ਸਭ ਨੂੰ ਸੁਣਨ ਵਾਲ ਬਰਕਤ ਦੇਣ, ਪ੍ਰਭੂ ਤੁਹਾਡੇ ਸਾਰਿਆਂ ਦੇ ਨਾਲ ਹੋਣ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਆਮੀਨ ਆਮੀਨ ਆਮੀਨ।